ਪ੍ਰਾਈਮ ਪੌਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਕੁਟਕੂਰਾ ਸਾਡੇ ਅੱਜ ਦੇ ਮਹਿਮਾਨ ਰਹਿਣਗੇ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸਾਡੇ ਨਾਲ ਨੇ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਪੱਤੇ ਜੀ ਠੀਕ ਠਾਕ ਹੋ ਜੀ ਹਾਂ ਜੀ ਹਾਂ ਬਿਲਕੁਲ ਅਤੇ ਨਾਲ ਲਾਲ ਸਲਾਮ ਵੀ ਕਹਦੇ ਆ ਉਹ ਕਹਿੰਦੇ ਆ ਨਾ ਵੀ ਜਦੋਂ ਤੁਸੀਂ ਅਕਾਲੀ ਦਲ ਚਾਏ ਜਾਂ ਜਦੋਂ ਇੱਕ ਗੱਲ ਬੜੀ ਆਮ ਤੌਰ ਤੇ ਚਰਚਾ ਚ ਰਹੀ ਕਿ ਕਾਮਰੇਡਾਂ ਨੇ ਅਕਾਲੀ ਦਲ ਤੇ ਕਬਜ਼ਾ ਕਰ ਲਿਆ ਨੇ ਤੋ ਕਹਾਣੀਆਂ ਬਣ ਜਾਂ ਸਹੀ ਮੈਨਿਆਂ ਵਿੱਚ ਮੇਰਾ ਜਿਹੜਾ ਪਰਿਵਾਰਕ ਪਿਛੋਕੜ ਹੈ ਨਾ ਜੀ ਉਹ ਜ਼ਾਇਦ ਹੀ ਬਹੁਤ ਘੱਟ ਲੋਕਾਂ ਦਾ ਹੋਣਾ ਮੇਰੇ ਫਾਦਰ ਸਾਹਿਬ ਵੀ ਤੇ ਮਾਤਾ ਜੀ ਵੀ ਜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜਿਹਾ ਦੇ ਅਮਰਤਾ ਰਹੀ ਸੀ ਜੀ ਸਾਡੇ ਪਿੰਡ ਦੇ ਵਿੱਚ 6 ਪਰਿਵਾਰ ਸੀ ਜਿਹਨਾਂ ਉਹ ਸਿੱਖਾਂ ਦੇ ਪਰਿਵਾਰ ਕਹਿੰਦੇ ਸੀ ਜੀ ਤੇ ਭਾਈ ਰਣਧੀਰ ਸਿੰਘ ਹੁਣੇ ਸਾਡੇ ਪਿੰਡ ਮਹੀਨਾ ਮਹੀਨਾ ਦੋ ਦੋ ਮਹੀਨੇ ਵੀ ਲਾ ਕੇ ਜਾਂਦੇ ਸੀ ਦਵਾਨ ਲਾਉਣ ਹਾਂ ਜੀ ਹਾਂ ਤੇ ਉਹੀ ਅਖੰਡ ਕੀਰਤਿ ਨੇ ਜਿੱਥੇ ਦਾ ਅੰਬਰ ਸੀਗਾ ਸੀ ਮੇਰੇ ਪਿਤਾ ਜੀ ਨੇ ਵੀ ਮਾਤਾ ਜੀ ਨੇ ਵੀ ਜੀ ਉਹੀ ਅਸਰ ਸਾਡੇ ਤੇ ਸੀ ਕਿਉਂਕਿ ਫਤੇਗੜ ਸਾਹਿਬ ਨੇ ਨਜ਼ਦੀਕ ਹੋਣ ਕਰਕੇ ਸਿੱਧੀ ਜੋੜ ਮੇਲੇ ਤੇ ਹਰ ਸੰਗਰਾਂਦ ਤੇ ਅਸੀਂ ਜਾਂਦੇ ਸੀ ਜੀ ਜੀ ਮੇਰੇ ਪਿਤਾ ਜੀ ਹਰ ਸੰਗਰਾਂਦ ਤੇ ਫਤੇਗੜ ਸਾਹਿਬ ਮੱਥਾ ਟੇਕ ਜਾਂਦੇ ਸੀ ਜੀ ਤੇ ਸਾਡੇ ਪਿੰਡ ਜੋ ਵੀ ਚਾਰ ਪੰਜ ਬੰਦੇ ਜਿਹੜੇ ਹਰ ਸੰਗਰਾਂਦ ਤੇ ਤੇ ਸਾਡੇ ਤੇ ਇਸ ਤਰ੍ਹਾਂ ਦਾ ਅਸਰ ਸੀ ਹਾਂ ਬਿਲ ਸਿਖੀ ਵਿਚਾਰਧਾਰਾ ਦੇ ਕੁਦਰਤੀ ਤੌਰ ਤੇ ਇਹਦਾ ਕਾਲਜਾਂ ਵਿੱਚ ਆਣ ਕੇ ਜਦੋਂ ਮਤਲਬ ਗਏ ਅਸੀਂ ਕਾਲਜ ਵਿੱਚ ਉਦੋਂ ਹੜਤਾਲਾਂ ਹੁੰਦੀਆਂ ਸੀ ਤਾਂ ਉਦੋਂ ਕੁਦਰਤੀ ਤੌਰ ਤੇ ਜਿਹੜੀਆਂ ਟ੍ਰੇਡ ਯੂਨੀਅਨਾਂ ਅਸੀਂ ਕਾਮਰੇਡਾਂ ਕੋਲ ਸੀ ਜੀ ਤੇ ਹੜਤਾਲ ਜਦੋਂ ਕਰਦੇ ਸੀ ਇਹ ਕਾਮਰੇਡ ਸਾਡੀ ਮਦਦ ਤੇ ਆ ਜਾਂਦੇ ਸੀ ਉਹਦੇ ਨਾਲ ਉਹਨਾਂ ਨਾਲ ਸਾਡਾ ਲਿੰਕ ਜਾ ਹੋ ਗਿਆ ਤੇ ਫਿਰ ਜਦੋਂ ਅਸੀਂ ਮੋਗਾ ਯੂਨੀਵਰਸਿਟੀ ਵਿੱਚ ਚਲੇ ਗਏ ਉਦੋਂ ਮੋਗੇ ਸਟੂਡੈਂਟ ਮਾਰਤੇ ਤੇ ਗਿਆਨੀ ਜੈਲ ਸਿੰਘ ਦੀ ਸਰਕਾਰ ਸੀ ਜੀ ਉਦੋਂ ਜਿਹੜੀਆਂ ਸਟੂਡੈਂਟ ਫੰਡ ਤੇ ਜਥੇਬੰਦੀਆਂ ਸੀ ਇਹ ਸੀਪੀਆਈ ਦੀ ਸੀ ਤੇ ਸੀਪੀਆਈਐਮ ਦੀ ਸੀ ਤੇ ਐਸਐਫਆਈ ਤੇ ਆਲ ਇੰਡੀਆ ਜਿਹੜੀ ਫੈਡਰੇਸ਼ਨ ਸੀ ਨਾ ਦੀ ਜੀਪੀਆਈ ਦੀ ਸਟੂਡੈਂਟ ਫੈਡਰੇਸ਼ਨ ਇਹਨਾਂ ਨੇ ਸਮਝੌਤਾ ਕਰ ਲਿਆ ਪਹਿਲਾਂ ਸੀਪੀਆਈ ਆ ਇਹਨੇ ਕਰ ਲਿਆ ਵੰਸੀ ਸਿੰਘ ਬਰਾੜ ਹੁੰਦੇ ਸੀ ਫਿਰ ਤਗੜਤਾ ਸਿੰਘ ਹੁੰਦੇ ਉਹਨਾਂ ਨੇ ਬਾਅਦ 'ਚ ਉਹਨੇ ਵੀ ਕਰ ਲਿਆ ਜੀ ਉੱਪਰਲੀ ਲੀਡਰਸ਼ਿਪ ਨੇ ਤੇ ਸਾਡੇ ਜਿਹੜੇ ਸਟੂਡੈਂਟਸ ਸੀ ਇਹਨਾਂ ਨੇ ਕਿਹਾ ਵੀ ਇਹ ਤਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਨੇ ਇੱਕ ਤੋਂ ਇਲਾਵਾ ਕਰ ਲਿਆ ਵੇ ਮੁੱਲ ਬਪਾਲਾ ਜੀ ਖੂਨ ਦਾ ਜੀਦਾ ਦੇ ਖੂਨ ਦਾ ਜਿਉ ਅਸੀਂ ਐਜੀਟੇਸ਼ਨ ਚ ਕੀ ਪੰਜਾਬ ਯੂਨੀਵਰਸਿਟੀ ਤੋਂ ਅਸੀਂ ਹੜਤਾਲ ਜਾਰੀ ਰੱਖੀ ਜੀ ਐਗਰੀਕਲਚਰ ਯੂਨੀਵਰਸਿਟੀ ਤੇ ਵੀ ਹੜਤਾਲ ਜਾਰੀ ਰਹੇਗੀ ਉਹ ਐਸੀ ਹੜਤਾਲ ਭਖੀ 3 ਮਹੀਨੇ ਤੱਕ ਉਹ ਚਲਦੀ ਰਹੀ ਉਹਦੀ ਅਗਵਾਈ ਕਰਨ ਦਾ ਮੈਨੂੰ ਮੌਕਾ ਮਿਲਿਆ ਹਾਂ ਤਾਈ ਤੁਹਾਨੂੰ ਜਿਹੜੇ ਨਾ ਤਾਈ ਤਾਈ ਤੁਹਾਨੂੰ ਕਹਿੰਦੇ ਨੇ ਵੀ ਕਾਮਰੇਡ ਸੀਗੇ ਚੰਦੂ ਆਈ ਦਾ ਜਿਹੜੇ ਨਾ ਤੇਜ ਤੇਜ ਤਰਾਰ ਕਹਿ ਲੋ ਸੰਘਰਸ਼ਵੀ ਲੋਕ ਕਹਿ ਲੋ ਐਜੀਟੇਟਰਸ ਕਹਿ ਲੋ ਉਹਨਾਂ ਨੂੰ ਲੋਕ ਵੈਸੇ ਐ ਸਮਝ ਵੀ ਖਣ ਕੇ ਕਾਮਰੇਡ ਪਿਛੋਕਰ ਨਹੀਂ ਸੀ ਦੇਖਦੇ ਜਿਸ ਕਰਕੇ ਸਾਡਾ ਪਿਛੋਕਰ ਦਾ ਫਿਰ ਇਹ ਰਿਹਾ ਵੀ ਜਦੋਂ ਸਾਡੇ ਜਿਹੜੇ ਉਸ ਕਿਸਮ ਦੀ ਸੋਚ ਵਾਲੇ ਸੀ ਉਹਨਾਂ ਨੇ ਕਿਹਾ ਵੀ ਚੋਣਾਂ ਦਾ ਬਾਈਕਟ ਕਰੋ ਹਾਂ ਦੇ ਰਹੀਆਂ ਇਲੈਕਟਿਡ ਬਾਡੀ ਸੀ ਪੰਜਾਬ ਯੂਨੀਵਰਸਿਟੀ ਜੀ ਤੇ ਮੈਂ ਕਿਹਾ ਵੀ ਅਸੀਂ ਤਾਂ ਬਾਈਕਾਟ ਨਹੀਂ ਕਰਨਾ ਅਸੀਂ ਤਾਂ ਚੋਣ ਲੜਾਂਗੇ ਹਾਂਜੀ ਅਸੀਂ ਚੋਣ ਲੜੀ ਮੋਲੇ ਸਾਡਾ ਅਸਰ ਇੰਨਾ ਜ਼ਿਆਦਾ ਸੀ ਪੰਜਾਬੀ ਯੂਨੀਵਰਸਿਟੀ ਦੇ 73 ਕਾਲ ਸੀਗੇ ਉਦੋਂ ਤੇ ਉਹ ਕੁਦਰਤੀ ਸਾਡੀ ਗੱਲ ਉਹਨਾਂ ਨੂੰ ਮੰਨਨੀ ਪਈ ਪਰ ਚੋਣ ਅਸੀਂ ਲੜੀ ਉਹਨਾਂ ਦੀ ਸੋਚ ਤੋਂ ਪਰੇ ਜਾ ਕੇ ਵੀ ਫਿਰ ਜਦੋਂ ਐਮਰਜੈਂਸੀ ਲੱਗੀ ਮੈਂ ਅੰਦਰ ਚਲੇ ਗਿਆ ਦੋ 21 ਮਹੀਨੇ ਮੈਂ ਜੇਲ੍ਹ ਚ ਰਿਹਾ ਬਾਕੀ ਲੀਡਰ ਉਨੀ ਮਿਨੇਰੇ ਮਾਈਕੀ ਮਿਨੇਰੇ ਸਭ ਤੋਂ ਪਹਿਲਾ ਜਾਨੀ ਪੰਜਾਬ ਦੇ ਵਿੱਚ ਛੋਟੀ ਉਮਰ ਦਾ ਤੇ ਸਟੂਡੈਂਟਸ ਦੇ ਵਿੱਚੋਂ ਜੇ ਕਿਸੇ ਸਭ ਤੋਂ ਸਖਤ ਕਾਨੂੰਨ ਲੱਗਿਆ ਮਿੱਸਾ ਮੇਰੇ ਤੇ ਲੱਗਿਆ ਤੇ ਉਦੋਂ ਬਾਅਦ ਜਦੋਂ ਅਸੀਂ ਬਾਹਰ ਆਏ ਫੇਰ ਵੀ ਸਾਡੇ ਜਿਹੜੇ ਸਟੂਡੈਂਟ ਯੂਨੀਅਨ ਵਾਲੇ ਸੀ ਪੰਜਾਬ ਸਟੂਡੈਂਟ ਯੂਨੀਅਨ ਵਾਲੇ ਉਹ ਕਹਿੰਦੇ ਆਪਾਂ ਮਤਲਬ ਕਿਸੇ ਪਾਰਟੀ ਨਾਲ ਨਹੀਂ ਜਾਣਾ ਚੋਣਾਂ ਨਹੀਂ ਲੜਨੀਆਂ ਉਹ ਸਾਡੇ ਪਿਛੋਕੜ ਦੇ ਪਰਿਵਾਰਕ ਸਾਰੇ ਇਕੱਲੀ ਦਲ ਨਾਲ ਸੀ ਜੀ ਕੁਝ ਦੇਰ ਤੋਂ ਫੇ ਸਾਰੇ ਕਾਲੀ ਲੀਡਰਸ਼ਿਪ ਨਾਲ ਵਾਪਸ ਆ। ਜੇਲ੍ਹ ਚ ਕੌਣ ਕੌਣ ਮਿਲਿਆ? ਜੇਲ੍ਹ ਤਾਂ ਜਦੋਂ ਅਸੀਂ ਹਾਂ ਐਮਰਜੈਂਸੀ ਸੀ। ਹਾਂ ਐਮਰਜੈਂਸੀ ਤਾਂ ਟੌੜਾ ਸਾਹਿਬ ਵੀ ਫਿਰੋਜ਼ਪੁਰ ਜੇਲ੍ਹ ਸੀ। ਉਹ ਮੁਲਾਕਾਤ ਜਦੋਂ ਪੇਸ਼ੀ ਭੁਗਤਣਾਉਂਦੇ ਸੀ। ਪਟਿਆਲੇ ਜਦੋਂ ਆਉਂਦੇ ਸੀ ਕਿਉਂਕਿ ਮੇਰੇ ਜ਼ਿਲ੍ਹਾ ਦਾ ਹੋਣ ਕਰਕੇ ਮੇਰੇ ਬਾਪੂ ਜੀ ਉਹਨਾਂ ਵੀ ਉਹਨਾਂ ਦਾ ਬਹੁਤ ਪੁਰਾਣਾ ਲਗਾ ਸੀ ਉਹ ਮੇਰੇ ਕੋਲ ਹੀ ਮੇਰੀ ਬੈ ਜਿਹੜਾ ਮੇਰੀ ਸੈਲ ਸੀ ਉਹਦੇ ਚ ਆਪਣਾ ਮੈਂ ਟਾਉਂਦੇ ਸੀ ਅਸੀਂ ਉੱਥੇ ਤੇ ਪਹਿਲਾਂ ਤਲਵੰਡੀ ਸਾਹਿਬ ਖਾਲਸਾ ਜੀ ਬਰਨਾਲਾ ਸਾਹਿਬ ਜੀ ਬਰਨਾਲਾ ਸਿੰਘ ਦੀ ਟੰਡਨ ਜੀ ਲਾਲਾ ਜਗਤ ਨਾਰਾਇਣ ਜੀ ਜਿਸ ਵਿੱਚ ਤੁਸੀਂ ਬਰਾੜ ਸਾਰੇ ਜਿੰਨੀ ਅਕਾਲੀ ਲੀਡਰਸ਼ਿਪ ਸਾਡੇ ਅਸੀਂ ਇਕੱਠੇ ਰਹੇ ਜਿੰਦਰ ਸ਼ੇਖਰ ਜੀ ਸਾਡੇ ਤੋਂ ਅਲੱਗ ਇੱਕ ਉਹਦੇ ਸੀ ਵੱਖਰਾ ਪਰ ਉਹ ਮੈਂ ਸਟੂਡੈਂਟ ਸੀ ਸਟੂਡੈਂਟ ਲੀਡਰ ਸੀ ਜਿੰਦਰ ਸ਼ੇਖਰ ਜੀ ਜ਼ਰੂਰ ਮੈਨੂੰ ਚਿੱਠੀ ਵੀ ਭੇਜਦੇ ਸੀ ਲਿਖ ਕੇ ਅਕਾਲੀ ਲੀਡਰ ਅਕਾਲੀ ਲੀਡਰ ਦੇ ਨਾਲ ਹੀ ਰਹੇ ਸੀ ਅਸੀਂ ਇੱਕੇ ਬਾਰਕ ਚ ਰਹੇ ਸੀ ਬਾਕੀ ਤਾਂ ਚੰਦਰ ਸ਼ੇਖਰ ਜੀ ਸਾਡੇ ਤੋਂ ਲੱਗ ਰਹੇ ਨੇ ਸੀ ਪਰ ਮਤਲਬ ਉਹਨਾਂ ਦੀ ਮੁਲਾਕਾਤ ਨਹੀਂ ਸੀ ਹੁੰਦੰਦੀ ਪਰ ਉਹ ਡਿਊਟੀ ਦੇ ਵਿੱਚ ਮੈਨੂੰ ਬੁਲਾ ਲੁੰਦੇ ਸੀ ਉੱਥੇ ਅਸੀਂ ਗੱਲਾਂ ਬਾਤਾਂ ਕਰਦੇ ਰਹੇ ਸੀ ਤੇ ਕਿਤਾਬਾਂ ਵੀ ਉਹ ਮੈਨੂੰ ਦੇ ਦਿੰਦੇ ਸੀ ਪੜ੍ਹਦੇ ਸੀ ਅਜਾ ਇਕਲ ਮੈਂ ਇਥੇ ਹੂਰ ਪੁੱਛਣੀ ਜਾਊਂਗਾ ਵੀ ਤੁਸੀਂ ਮਾਸਟਰਸ ਤੁਹਾਡੀ ਜਿਹੜੀ ਹੈ ਜੇਲ੍ਹ ਦੇ ਵਿੱਚ ਰਹਿ ਕੇ ਕੀਤੀ ਹੈ ਕਿਹੜੀ ਕਾਦੀ ਕਾਦੇ ਚ ਕਰ ਰਹੀ ਸੀ ਮਾਸਟਰਸ ਜਦੋਂ ਨੇ ਮੈਂ ਇਕਨੋਮਿਕਸ ਦੀ ਐਮਏ ਕਰ ਲਈ ਸੀ ਜਦੋਂ ਮਰਜੈਂਸੀ ਲੱਗੀ ਰਿਜ਼ਲਟ ਆਇਆ ਜੋ ਮੈਂ ਮਰਬ 55% ਨੰਬਰ ਹੁੰਦੇ ਸੀ ਜਿਆਦਾ ਜੀ ਜੀ ਨੈਟ ਦੀ ਲੋਡ ਨਹੀਂ ਸੀ ਹੁੰਦੀ ਪੀਐਚਡੀ ਲੋਡ ਨਹੀਂ ਸੀ ਹੁੰਦੀ ਜਿਹਦੇ 55% ਉਹ ਲੈਕਚਰ ਆ ਲੱਗ ਸਕਦਾ ਸੀ ਤੇ ਮੈਂ ਤਾਂ ਐਲੀਜੀਬਲ ਸੀ ਪਰ ਮੈਂ ਜੇਲ੍ਹ ਦੇ ਵਿੱਚ ਵਿਹਲੇ ਸੀ ਮੈਂ ਕਿਹਾ ਵੀ ਚਲੋ ਐਮਏ ਹੋਰ ਕਰ ਲਓ ਮੈਂ ਪੋਲੀਟੀਕਲ ਸਾਇੰਸ ਦੇ ਪੇਪਰ ਦੇਤੇ ਮਨ ਤੁਸੀਂ ਹੈਰਾਨ ਹੋਵੋਗੇ ਵੀ ਉਦੋਂ ਸਾਨੂੰ ਪੇਪਰ ਕਾਗਜ਼ ਵੀ ਗਿਰਤੀ ਦੇ ਭੇਜਦੇ ਸੀ ਕਿਤਾਬਾਂ ਵੀ ਇੱਕ ਪਾਸੇ ਰਿਹਾ ਕਾਗਜ਼ ਵੀ ਅਸੀਂ ਇੱਕ ਹਫ਼ਤੇ ਚ 7 ਕਾਗਜ਼ ਅੰਦਰ ਰੱਖ ਸਕਦੇ ਸੀ ਜੀ ਤੇ ਮਤਲਬ ਕਿਤਾਬਾਂ ਵੀ ਬਹੁਤ ਔਖੀਆਂ ਆਉਂ ਨਹੀਂ ਸੀ ਦੰਦੇ ਮਤਲਬ ਜਿਵੇਂ ਜਿਵੇਂ ਆਪਾਂ ਗੱਲਾਂ ਕਰਦੇ ਆਂ ਆਹੀ ਗੱਲਾਂ ਸਾ ਕਰਪਾਲ ਸਿੰਘ ਹੁੰਦੇ ਸਾਡੇ ਸੋਸ਼ਲਿਸਟ ਪਾਰਟੀ ਦੇ ਚੀਫ ਖਾਲਸਾ ਦਵਾਨ ਦੇ ਪ੍ਰਧਾਨ ਵੀ ਰਹੇ ਫਿਰ ਮੈਂਬਰ ਪਾਰਲੀਮੈਂਟ ਵੀ ਬਣ ਗਏ ਜੀ ਇੱਕ ਪੇਪਰ ਦਾ ਇੰਡੀਅਨ ਥਾਟ ਤਾਂ ਮੈਨੂੰ ਉਹਨਾਂ ਨੇ ਪੜ੍ਹਾਤਾ ਅਸੀਂ ਸੈਰ ਕਰਦੇ ਹੁੰਦੇ ਸੀ ਹਾਂਜੀ ਤੇ ਗਾਂਧੀਅਨ ਥਾਟ ਗੁਰੂ ਨਾਨਕ ਦੇਵ ਸਾਹਿਬ ਦਾ ਥਾਟ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਮਤਲਬ ਨਾ ਚੁਰ-ਤੁਰਦੇ-ਤੁਰਦੇ ਮੈਨੂੰ ਪੜ੍ਹਾਉਂਦੇ ਰਹੇ ਉਹੀ ਪੇਪਰ ਆ ਗਏ ਮਤਲਬ ਕਾਫੀ ਹੱਦ ਤੱਕ ਤਾਂ ਮੈਂ ਗੱਲਾਂ ਬਾਤਾਂ ਦੀ ਇੱਕ ਦੋ ਬੁੱਕਾਈ ਮੇਰੇ ਕੋਲ ਬਾਕੀ ਤਾਂ ਸਾਰੇ ਗੱਲਾਂ ਬਾਤਾਂ ਕਰਕੇ ਪੜ੍ਹ ਲਿਆ ਤੇ ਪੋਲੀਟੀਕਲ ਸਾਇੰਸ ਪਾਸ ਕਰ ਲਈ ਡਬਲ ਐਮਏ ਹੋ ਗਈ ਡਬਲ ਐਮਏ ਹੋ ਗਈ ਜੇਲ੍ਹ ਦੇ ਅੰਦਰ ਆ ਨਾ ਪੋਲ ਸਾਇੰਸ ਹੀ ਕਿਉਂ ਚੁਣੀ ਇਹ ਹੋਰ ਵਿਸ਼ਾ ਵੀ ਚੁਣਿਆ ਜਾ ਸਕਦਾ ਸੀ ਇੱਕ ਗੱਲ ਨਾਲੇ ਹੋਰ ਇੱਥੇ ਕਹਿਣ ਵਾਲੀ ਆ ਵੀ ਉਹ ਟਾਈਮਸ ਤੁਸੀਂ ਚੁਣ ਲਈ ਤੇ ਸਾਰੇ ਜਿੰਨੇ ਪੋਲੀਟੀਕਲ ਲੀਡਰ ਸੀ ਸਾਰੇ ਤੁਹਾਨੂੰ ਗਾਈਡ ਕਰਨ ਵਾਸਤੇ ਜੇਲ੍ਹ 'ਚ ਇਕੱਠੇ ਹੋਗੇ ਹਾਂ ਉਹਨਾਂ ਕੁਦਰਤੀ ਮਤਲਬ ਇੱਕ ਤਾਂ ਪੋਲੀਟੀਕਲ ਸਾਇੰਸ ਦਾ ਪੇਪਰ ਇਸ ਤਰ੍ਹਾਂ ਦਾ ਸੀ ਉਹਦੇ ਚੋ ਕਾਫੀ ਕੁਝ ਮਤਲਬ ਥੋੜੀ ਬੈਕਗ੍ਰਾਉਂਡ ਨਾਲ ਹੀ ਪਤਾ ਲੱਜਾਂਦਾ ਕੁਝ ਉੱਥੇ ਪੋਲੀਟੀਕਲ ਵਾਤਾਵਰਨ ਐਸਾ ਸੀ ਉਹਨਾਂ ਨਾਲ ਗੱਲਾਂ ਬਾਤਾਂ ਨਾਲ ਵੀ ਸਿੱਖੇ ਲਿਆ ਸੋ ਮੂਹੇ ਚ ਕੋਈ ਕਠਿਨਾਈ ਨਹੀਂ ਆਈ ਵੀ ਜਬੁਕਸ ਨਹੀਂ ਵੀ ਮਿਲੀਆਂ ਤਾਂ ਮੂਹੇ ਜਵਾਨੀ ਵੀ ਅਸੀਂ ਕਰ ਲਿਆ ਕੁਝ ਜਿਹੜੇ ਨੋਟ ਸੀਗੇ ਆਏ ਪੰਜਾਬੀ ਯੂਨੀਵਰਸਿਟੀ ਨੇੜੇ ਸੀ ਜਿਹੜੇ ਮੁਲਾਕਾਤ ਤੇ ਆਉਂਦੇ ਸੀ ਉਹਨਾਂ ਤੋਂ ਮੰਗਾਲੀਦੇ ਸੀ ਸੋ ਹੱਤਕੜੀ ਲੱਗੀ ਸੀ ਹੱਤ ਨੂੰ ਸੱਜੇ ਹੱਥ ਨਾਲ ਪੇਪਰ ਦਿੰਦੇ ਰਹੇ ਅੱਛਾ ਇਹ ਹੱਤਕੜੀ ਲਾ ਕੇ ਪੇਪਰ ਹਾਂ ਇੱਧਰ ਹੱਤਕੜੀ ਪੁਲਿਸ ਵਾਲੇ ਨਾਲ ਬੈਠੇ ਹੁੰਦੇ ਸੀ ਜਦ ਤਾ ਬੜੀ ਸਖਤੀ ਸੀ ਨਾ ਐਮਰਜੈਂਸੀ ਦੀ ਜੇੜ ਤਾਂ ਬੜੀ ਸਖਤੀ ਇਹ ਪਰ ਕਿੱਥੇ ਹੋਈ ਸੀ ਤੁਹਾਡੇ ਪਟਿਆਲੇ ਜਿਹੜਾ ਸਟੇਟ ਕਾਲਜਾ ਉਹਦੇ ਚ ਹੋਈ ਸੀ ਅੱਛਾ ਜੀ ਹਾਂ ਤੇ ਹੱਤਕੜੀ ਲਾ ਕੇ ਪੇਪਰ ਹੱਤਕੜੀ ਲਾ ਕੇ ਪੁਲਿਸ ਵਾਲੇ ਨਾਲ ਬੈਠੀ ਹੁੰਦੀ ਸੀ ਤੇ ਪੇਪਰ ਦੇ ਕੇ ਉਹ ਤਾਂ ਪੈਨ ਵੀ ਅੰਕ ਵਾਲੇ ਹੁੰਦੇ ਸੀ ਹਣਾ ਪੈਨ ਵੀ ਅੰਕ ਵਾਲੇ ਹੁੰਦੇ ਸੀ ਉਹ ਪੈਨ ਵੀ ਅੰਕ ਵਾਲੇ ਹੁੰਦੇ ਸੀ ਮੁੱਖੀ ਸੀ ਫਿਰ ਵਿੱਚ ਦੀ ਮੁੱਖੀ ਸੀ ਅੰਕ ਹਾਂ ਮੁੱਖੀ ਉਹਦੇ ਫੇਰ ਲਿਆ ਦਿੰਦੇ ਸੀ ਹਾਂ ਬੜਾ ਸ਼ੁਗਲ ਸੀ ਤੇ ਪਰ ਉਹ ਪੇਪਰਾਂ ਦੇ ਬੱਚੇ ਮੈਂ ਮੈਂ ਤਾਂ ਉਹ ਕਰ ਲਈ ਪਰ ਬਾਹਰ ਜਦੋਂ ਰਿਲੀਜ਼ ਹੋਏ ਫਿਰ ਮੈਂ ਮਤਲਬ ਸੋਚਿਆ ਵੀ ਹੁਣ ਪ੍ਰੋਫੈਸਰ ਲੱਗਣਾ ਹੁਣ ਹੋਰ ਕੋਈ ਪੋਲਿਟਿਕਸ ਨਹੀਂ ਕਰਨੀ ਤੇ ਅੱਛਾ ਅੱਛਾ ਨੰਬਰ ਕਿੰਨੇ ਆਏ ਸੀਗੇ ਉਦੋਂ ਉਹ ਸਾਇੰਸ ਜਦੋਂ ਜੇਲ੍ਹ ਦੇ ਅੰਦਰੋਂ ਪੇਪਰ ਦਿੱਤੇ ਫਿਰ ਉਹ ਮੇਰੇ ਨੰਬਰ ਆਏ ਸੀ ਮੇਰਾ ਉਹਦੇ ਤਾਂ ਮੇਰਾ 55% ਨੰਬਰ ਸੀ ਜੀ ਪੋਲੀਟਿਕਸ ਆ ਹਾਂ 55% ਸੀ ਤੇ ਇਕਨੌਫ ਦੇ ਮੇਰੇ 55% ਜੀ ਪੂਰੇ ਪੂਰੇ ਜੀ ਤੇ ਕਿਉਂਕਿ ਇਕੱਲੀ ਸਰਕਾਰ ਸੀ ਤੇ ਮੈਨੂੰ ਸਿਲੈਕਟ ਕਰ ਲਿਆ ਤੇ ਮੈਂ ਗਵਰਨਮੈਂਟ ਕਾਲ ਡਿਰਾ ਬਸ ਸੀ ਲੱਗ ਗਿਆ ਇੱਥੋਂ ਮੇਰੀ ਬਦਲੀ ਕਰਤੀ ਕਿਹੜੀ ਜਗ੍ਹਾ ਟਾਂਡੇ ਅੱਛਾ ਜੀ ਦੇਖੋ ਕੁਦਰਤੀ ਦਾ ਜਿੱਦ ਨੇ ਬਦਲੀ ਕੀਤੀ ਮਟੜੋਥਾ ਕੋ ਗਿਆ ਸਾਉ ਜਿੰਦਰ ਸਿੰਘ ਰੀ ਐਜੂਕੇਸ਼ਨ ਮਿਨਿਸਟਰ ਸੀ ਮੈਨੂੰ ਲੱਗੇ 77 ਹਾਂ 77 ਜੀ ਤੇ ਉਹ ਕਹਿੰਦਾ ਵੀ ਸਾਡੇ ਮੁੰਡੇ ਦੀ ਤੁਸੀਂ ਬਦਲੀ ਕਰਦੀ ਉਹ ਨਾਲ ਚੇਅਰਮੈਨ ਸਕੂਲ ਬੋਰਡ ਦਾ ਬੈਠਾ ਸੀ ਭਰਪੂਰ ਸਿੰਘ ਉਹ ਕਹਿੰਦਾ ਬਦਲੀ ਮਟੜੋਥਾ ਹੁੰਦੀ ਹੀ ਰਹਿਣੀ ਹੈ ਸਰਕਾਰਾਂ ਬਦਲਦੀਆਂ ਵੀ ਮੇਰੇ ਕੋ ਭੇਜੋ ਤਾਂ ਇਹਨੂੰ ਜੀ ਵੀ ਮੈਂ ਇਹਨੂੰ ਲੈਕਚਰਰ ਦਾ ਗ੍ਰੇਡ ਦੇ ਲਾ ਦੇਣਾ ਹੂੰ ਉਹ ਮੈਨੂੰ ਕਹਿੰਦਾ ਵੀ ਤੂੰ ਦੇਖ ਲੈ ਸਬਜੈਕਟਸ ਪਰ ਤਾਂ ਕਹਿੰਦੇ ਨਾ ਇਹ ਪਿੰਟੂ ਮਾਜਾ ਕਰੀ ਜੀ ਮੈਂ ਕਿਹਾ ਵੀ ਗਲਤ ਆ ਵਧੀਆ ਜਦੋਂ ਮੈਂ ਮੋਟਰਸਾਈਕਲ ਤੇ ਫੇਰ ਇੱਥੇ ਸੂਰਜ ਜੀ ਕਿਸੇ ਬੋਰਡ ਦੇ ਵਿੱਚ ਵਿਸ਼ਾ ਮਾਰ ਰਿਹਾ ਤੇ ਫਿਰ ਉੱਥੇ ਨੌਕਰੀ ਕੀਤੀ ਤੇ ਮੇਰੇ ਬੇਟੇ ਦਾ ਮਤਲਬ ਬਰਥ ਹੋਇਆ ਹਮ ਰਾਜਪੁਰੇ ਅੱਛਾ ਜੀ ਛੋਟੇ ਬੇਟੇ ਦਾ ਹਰਿੰਦਰ ਦਾ ਜੀ ਛੋਟੇ ਬੇਟੇ ਸਿਮਰਨ ਦਾ ਜੀ ਤੁਹਾਡੇ ਨਾਲ ਜੀ ਤੇ ਉਧਰ ਤਾਂ ਮੈਨੂੰ ਹੁਣ ਵੀ ਆਦਾ ਨਰਸ ਜਿਹੜੀ ਸੀ ਉਹ ਬੇਟੇ ਲੈ ਕੇ ਆਈ ਵਧਾਈ ਦੇਣ ਵਾਸਤੇ ਦਖਾਣ ਵਾਸਤੇ ਮੈਂ ਗੇਟ ਤੇ ਖੜਾ ਸੀ ਦਰਵਾਜੇ ਤੇ ਦੂਜੇ ਪਾਸੇ ਪੁਲਿਸ ਵਾਲੇ ਨੇ ਆਣ ਕੇ ਮੈਨੂੰ ਫੜ ਲਿਆ ਹਮ ਅਕਾਲੀ ਦਲ ਨੇ ਨਾ ਇੱਕ ਐਜੀਟੇਸ਼ਨ ਕੀਤੀ ਕਰਾਇਆ ਐਜੀਟੇਸ਼ਨ ਅਸੈਂਬਲੀ ਕੀਤੀ ਸੀ ਜੀ ਉਹਦੇ ਤੇ ਪੁਰਾਣਾ ਰਿਕਾਰਡ ਦੇ ਕਿ ਮੇਰੇ ਮੇਰੀ ਬ੍ਰਾਟ ਕੱਟ ਤੇ ਮੈਨੂੰ ਫੜਨਾ ਮੈਂ ਕਿਹਾ ਮੈਂ ਤਾਂ ਸਰਵਿਸ ਕਰਦਾ ਇਹ ਤਾਂ ਹੁਣ ਕਾਰਡ ਆ ਮੈਂ ਬੇਟੇ ਨੂੰ ਨਾ ਉਹਨੂੰ ਫੜਾਇਆ ਨਰਸ ਨੂੰ ਤੇ ਮੈਨੂੰ ਪੁਲਸ ਵਾਲੇ ਲੈ ਗਏ ਦੋ ਦਿਨ ਉੱਥੇ ਤਿੰਨ ਦਿਨ ਰੱਖਿਆ ਥਾਣੇ ਜਦੋਂ ਮੈਂ ਆਇਆ ਤੇ ਇੱਥੇ ਬੋਰਡ ਦੇ ਵਿੱਚ ਤੇ ਚੇਅਰਮੈਨ ਕਹਿੰਦਾ ਜਾਂ ਨੌਕਰੀ ਕਰ ਲੋ ਜਾਂ ਲੀਡਰੀ ਕਰ ਲੋ ਹਮ ਮੈਂ ਟੋੜਾ ਸਾਨੂੰ ਦੱਸਿਆ ਵੀ ਇਹ ਭਰਪੂਰ ਤੋਂ ਦੇਖੋ ਜੀ ਐਂ ਕਹਿੰਦਾ ਉਹ ਕਹਿੰਦੇ ਹੁਣ ਇਹ ਦਰਬਾਰਾ ਸਿੰਘ ਦਾ ਹੋ ਗਿਆ ਹੁਣ ਆਪਣਾ ਨਹੀਂ ਰਿਹਾ ਹਮ ਹੁਣ ਤੁਹਾਨੂੰ ਵੀ ਕਿਰਾਏ ਚ ਹੁਣਾ ਪੈਣਾ ਅੱਛਾ ਈਟੀ ਆ ਗਿਆ ਸੀ ਉਦੋਂ ਸਰਕਾਰ ਆ ਗਈ ਸੀ ਕਾਂਗਰਸ ਦੀ ਕਾਂਗਰਸ ਦੀ ਸਰਕਾਰ ਆ ਗਈ ਸੀ ਅੱਛਾ ਜੀ ਤੇ ਉਹ ਫਿਰ ਇਧਰ ਅਕਾਲੀ ਦਲ ਨੇ ਵੀ ਕਾਫੀ ਮੋਰਚਾ ਕਿਸਮ ਦਾ ਸ਼ੁਰੂ ਕਰਤਾ ਸੀ ਹਮ ਜਿਹੜਾ ਤੁਰਨ ਯੁੱਧ ਮੋਰਚਾ ਨਾ ਹਾਂਜੀ ਹਾਂਜੀ ਕਪੂਰੀ ਮੋਰਚੇ ਦੀ ਗੱਲ ਚੱਲ ਰਹੀ ਸੀ ਨਹਿਰ ਦਾ ਟੱਕ ਲਾਉਣ ਲਈ ਇੰਦਰਾ ਗਾਂਧੀ ਨੇ ਆਉਣਾ ਸੀ ਤੇ ਉਦੋਂ ਫਿਰ ਇਹਨਾਂ ਨੇ ਮੈਨੂੰ ਤਾਂ ਕਿਹਾ ਵੀ ਤੁਸੀਂ ਜੇ ਇੱਧਰ ਆਉਣਾ ਤਾਂ ਅਕਾਲੀ ਦਲ ਦੇ ਯੂਥ ਦੀ ਤੁਹਾਨੂੰ ਵਾਈ ਸਮਾ ਲਾਂਗੇ ਪਰ ਪਹਿਲੀ ਵਾਰੀ ਹੋਣਾ ਵੀ ਪੰਜ ਲੀਡਰ ਅਕਾਲੀ ਦਲ ਦੇ ਟੌਪ ਦੇ ਹਮ ਸ਼ਾਇਦ ਇਤਿਹਾਸ ਦੇ ਵਿੱਚ ਵੀ ਕਿਸੇ ਜਥੇਬੰਦੀ ਨੂੰ ਬਣਾਉਣ ਵਾਸਤੇ ਵੀ ਆਏ ਹੁਣ ਪਟਿਆਲੇ ਤੇ ਮੇਰੇ ਕੋਲ ਆਏ ਮੈਨੂੰ ਕਹਿੰਦਾ ਵੀ ਤੁਸੀਂ ਤੁਹਾਨੂੰ ਵਾਈ ਦੰਨੇ ਆ ਤੁਸੀਂ ਪ੍ਰਧਾਨ ਬਣੋ ਤੇ ਮੈਂ ਉੱਥੇ ਇਕੱਠ ਕਰਿਆ ਫਿਰ ਅਸੀਂ ਪਹਿਲੇ ਪ੍ਰਧਾਨ ਬਣੇ ਪਹਿਲਾ ਪ੍ਰਧਾਨ ਬਣਿਆ ਬਹੁਤ ਵੱਡਾ ਇਕੱਠ ਕਰਿਆ ਤੇ ਪਹਿਲੀ ਵਾਰੀ ਅਕਾਲੀਆਂ ਦੇ ਵਿੱਚ ਇੰਨੇ ਨੌਜਵਾਨ ਇਕੱਠੇ ਹੋਏ ਸਾਰੇ ਰੌਲਾ ਪੈ ਗਿਆ ਵੀ ਨੌਜਵਾਨ ਇੰਨੇ ਮੁੰਡੇ ਇਕੱਠੇ ਕਰਿਆ ਜੀ ਜੀ ਤੇ ਫਿਰ ਅਸੀਂ ਸਾਰੇ ਪੰਜਾਬ ਚ ਲਾਂਬੰਦ ਕੀਤੀ ਨੌਜਵਾਨਾਂ ਦੀ ਜੈਸੇ ਮੰਦੀ ਤੇ ਉਹਦੇ ਨਾਲ ਮਤਲਬ ਬਹੁਤ ਤਾਕਤ ਤਾਕਤ ਮਿਲੀ ਫਿਰ ਕੁਦਰਤੀ ਇਹ ਹੋ ਗਿਆ ਬਲੂ ਸਟਾਰ ਪ੍ਰੇਸ਼ਾਂ ਜਦੋਂ ਹੋਇਆ ਹਾਂਜੀ ਤੇ ਉਹਦੇ ਚ ਫਿਰ ਪਹਿਲਾ ਧਰਮ ਯੁੱਧ ਮੋਰਚਾ ਜਦੋਂ ਲੱਗਿਆ ਉਦੋਂ ਵੀ ਮੈਨੂੰ ਗ੍ਰਿਫਤਾਰ ਕਰ ਲਿਆ ਹੂੰ ਤੇ ਉਹਦੇ ਚ ਹੁੰਦੇ ਰਹੀਆਂ ਗ੍ਰਿਫਤਾਰੀਆਂ ਪਰ ਜਦੋਂ ਫਿਰ ਇਹ ਹੋਇਆ ਉਦੋਂ ਤਾਂ ਫਿਰ ਮੇਰੇ ਤੇ ਐਨਐਸਏ ਲਾਤਾ ਹੂੰ ਐਨਐਸਏ ਲਾਇਆ ਤੇ ਮੈਨੂੰ 6 ਮਹੀਨੇ ਬਾਅਦ ਬੋਰਡ ਨੇ ਰਿਹਾ ਕਰਤਾ ਜੀ ਤੇ ਰਿਹਾ ਹੁਣ ਤੋਂ ਬਾਅਦ ਮੈਂ ਜਦੋਂ ਘੁੰਮਿਆ ਆ ਰਾਉਂਡ ਲਾਇਆ ਸਾਰੇ ਪੰਜਾਬ ਚ ਉਹ ਇੰਨੇ ਨੌਜਵਾਨ ਲਾ ਬੰਦ ਹੋਏ ਤੇ ਸਰਕਾਰ ਨੇ ਦੁਬਾਰਾ ਫਿਰ ਐਨਐਸਏ ਲਾਤਾ ਹੂੰ ਡੌੜਾ ਸਾਹਿਬ ਤੇ ਬਾਦਲ ਸਾਹਿਬ ਤੋਂ ਬਾਅਦ ਸ਼ਾਇਦ ਮੈਂ ਹੀ ਸੀ ਜੀ ਤੇ ਦੁਬਾਰਾ ਇੰਨੇ ਸੇ ਲੱਗਿਆ ਹੂੰ ਤੇ ਫੇਰ ਮੈਂ ਥਾਲ ਫੇਰ ਅੰਦਰ ਰਹਾ ਜੀ ਹਾਂਜੀ ਜਦੋਂ ਪੰਜਾਬ ਕਾਰਡ ਹੋਇਆ ਸੰਤ ਜੀ ਆਏ ਬਾਹਰ ਲੰਗਵਾਲ ਲੰਗਵਾਲ ਸਾਹਿਬ ਜੀ ਉਦੋਂ ਫੇਰ ਮੈਨੂੰ ਰਿਹਾ ਕੀਤਾ ਜੀ ਤੇ ਰਿਹਾ ਹੋ ਗਿਆ ਇੱਕ ਵਾਰ ਹੋਰ ਤੁਹਾਨੂੰ ਦੱਸਦਾ ਮਤਲਬ ਹਿਸਟੋਰੀਕਲ ਗੱਲ ਆ ਵੀ ਸੰਤ ਜੀ ਤੋਂ ਮਤਲਬ ਅਕਾਲੀ ਦਲ ਭੰਗ ਕਰਾ ਲਿਆ ਉਦੋਂ ਹਾਲਾਤ ਐਸੇ ਸੀ ਪ੍ਰੈਸ਼ਰ ਹੀ ਨਾ ਪਿਆ ਸੰਤ ਲੰਗਵਾਲ ਜੀ ਤੋਂ ਨਾ ਅਕਾਲੀ ਦਲ ਭੰਗ ਕਰਾਤਾ ਤੇ ਅਸੀਂ ਨੌਜਵਾਨਾਂ ਨੇ ਇਕ ਮੈਂ ਇਕੱਠੇ ਕੀਤਾ ਸੀ ਕਿ ਆ ਵੀ ਅਸੀਂ ਨਹੀਂ ਭੰਗ ਹੋਣ ਦੇਣਾ ਰੌਲਾ ਪਾਇਆ ਤੇ ਸੰਤ ਜੀ ਕਹਿੰਦੇ ਵੀ ਹੁਣ ਸਾਰੇ ਲੀਡਰ ਨਹੀਂ ਮੰਨਦੇ ਮੈਂ ਕੀ ਕਰਾਂ ਅਸੀਂ ਅਸੀਂ ਤੁਹਾਡੇ ਨਾਲ ਖੜੇ ਆ ਜੀ ਤੇ ਸਵੇਰੇ ਉਹਨਾਂ ਨੇ ਭੰਗੇ ਦਾ ਸ਼ਾਮ ਨੂੰ ਅਸੀਂ ਦੁਬਾਰਾ ਰਿਵਾਈਵ ਕਰਾਉਣ ਦਾ ਪ੍ਰੈਸ਼ਰ ਪਾ ਕੇ ਕਹੇ ਤਾਂ ਵੀ ਕੋਈ ਕਾਲੀ ਦਲ ਭੰਗ ਨਹੀਂ ਕਾਲੀ ਦਲ ਉਵੇਂ ਰਹੇਗਾ ਜੀ ਤੇ ਫਿਰ ਰੈਲੀਆਂ ਕੀਤੀਆਂ ਸਾਰੀਆਂ ਪੰਜਾਬ ਦੇ ਵਿੱਚ ਜਾ ਕੇ ਜੀ ਤੇ ਕਾਲੀ ਦਲ ਫਿਰ ਕਿਸੇ ਕਿਸਮ ਦੀ ਦੁਬਾਰਾ ਰਿਵਾਈਵ ਹੋਇਆ ਨਹਿਤਾ ਕਾਲੀ ਦਲ ਬਿਲਕੁਲ ਇੱਕ ਵਾਰ ਤਾਂ ਭੰਗੀ ਕਰਨ ਦੀ ਗੱਲ ਕਰਦੀ ਸੀ ਅ ਸੰਤ ਜੀ ਆਉਂਦੇ ਸੀ ਜਾਂ ਟੋਹੜਾ ਸਾਹਿਬ ਜਾਂ ਬਾਦਲ ਸਾਹਿਬ ਜੀ ਮਤਲਬ ਜਿਹੜੇ ਉਦੋਂ ਹਾਲਾਤ ਇਹ ਜੇ ਬਣੇ ਸੀ ਵੀ ਜਿਵੇਂ ਕਹਿੰਦੇ ਨੇ ਵੀ ਇੱਕ ਤਾਂ ਗੋਲੀਆਂ ਨਾਲ ਸ਼ਹੀਦ ਕਰਤੇ ਹਾਂਜੀ ਸੰਤ ਜੀ ਤੇ ਦੂਜਿਆਂ ਨੂੰ ਪਬਲੀਕਲੀ ਮਾਰਨ ਦੀ ਗੱਲ ਸੀ ਮਤਲਬ ਤੁਸੀਂ ਹੈਰਾਨ ਹੋਵੋਗੇ ਵੀ ਇੰਦਰਾ ਗਾਂਧੀ ਦੇ ਵਿਰੋਧ ਦੇ ਵਿੱਚ ਘੱਟ ਪ੍ਰਚਾਰ ਹੋਇਆ ਹੂੰ ਮਤਲਬ ਅਕਾਲੀ ਦਾ ਟੋੜਾ ਸਾਹਿਬ ਦੇ ਬਾਦਲ ਸਾਹਿਬ ਦੇ ਲੰਗਵਾਲ ਸਾਹਿਬ ਦੇ ਵਿਰੁੱਧ ਜ਼ਿਆਦਾ ਹੋਇਆ ਜੇਲ੍ਹਾਂ ਦੇ ਵਿੱਚ ਵੀ ਤੁਸੀਂ ਹੈਰਾਨ ਹੋਵੋਗੇ ਜਦੋਂ ਅਸੀਂ ਜੇਲ੍ਹ 'ਚ ਗਏ ਤਾਂ ਜੇਲ੍ਹਾਂ ਦੇ ਵਿੱਚ ਸਾਰੇ ਨਾਰੇ ਜਿਹੜੇ ਜੋ ਬਲੂ ਸਟਾਰ ਹੋਇਆ ਨਾ ਜਦ ਸਾਨੂੰ ਗ੍ਰਿਫਤਾਰ ਕਰਕੇ ਲੈ ਗਏ ਸਾਰੀਆਂ ਜੇਲ੍ਹਾਂ ਤੇ ਬਾਦਲ ਸਾਹਿਬ ਟੋੜਾ ਸਾਹਿਬ ਲੰਗਵਾਲ ਸਾਹਿਬ ਇਹਨਾਂ ਦੇ ਵਿਰੁੱਧ ਨਾਰੇ ਹਮ ਇੰਦਰਾਗਦੀ ਦੇ ਵਿਰੋਧ ਇੱਕ ਨਾਰਾ ਮੈਨੂੰ ਹੁਣ ਵੀ ਯਾਦ ਆ ਵੀ ਉਦੋਂ ਇੱਕ ਸਾਡੇ ਡਿਊਟੀ ਸਟੂਡੈਂਟ ਦੇਰ ਸੀ ਉਹ ਮਤਲਬ ਉਹਨਾਂ ਨੇ ਕਿਹਾ ਯਾਰ ਉਹ ਕਹਿੰਦਾ ਹੈ ਵਿਚਾਰਾ ਗੁਰਸਿੱਖ ਸੀ ਉਹ ਕਹਿੰਦਾ ਵੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਟਾਇਆ ਬੰਦੇ ਸ਼ਹੀਦ ਕੀਤੇ ਉਹਨਾਂ ਦੇ ਵਿਰੁੱਧ ਤੁਸੀਂ ਕੋਈ ਨਾਰਾ ਨਹੀਂ ਲਿਖਿਆ ਤੁਸੀਂ ਆ ਅਕਾਲੀ ਲੀਡਰਾਂ ਦੇ ਵਿਰੁੱਧ ਲਿਖੀ ਫਿਰਦੇ ਹੋ ਬਹੁਤ ਗਲਤ ਵੀ ਕਈਆਂ ਨੂੰ ਸ਼ਰਮਸਾਰ ਕੀਤਾ ਇਹ ਨਾ ਇੱਕ ਸਰਕਾਰ ਦੀ ਸਾਜ਼ਿ ਸੀ ਜਿਵੇਂ ਆਪੋਜੀਸ਼ਨ ਵਾਲਿਆਂ ਨੇ ਸਵਾਲ ਕੀਤੇ ਜੰਦੂ ਮਾਜਰਾ ਸਾਹਿਬ ਜਿਵੇਂ ਬਲੂ ਸਟਾਰ ਦੀ ਚਲੋ ਤੁਸੀਂ ਗੱਲ ਕਰ ਲਈ ਹੈ ਨਾ ਵੀ ਬਲੂ ਸਟਾਰ ਦੀ ਗੱਲ ਆਪਾਂ ਛੇੜ ਲਈ ਹੁਣ ਉਹਨਾਂ ਸਮੇਂ ਜਿਵੇਂ ਜਿਹੜੀਆਂ ਮੀਟਿੰਗਸ ਹੋਈਆਂ ਸੈਂਟਰ ਦੇ ਨਾਲ ਕਾਲੀ ਲੀਡਰਸ਼ਿਪ ਦੀਆਂ ਹੋਈਆਂ ਜਾਂ ਜਿਨ੍ਹਾਂ ਨੂੰ ਇਹ ਪ੍ਰਮਾਨ ਨਹੀਂ ਸੀ ਵੀ ਸੰਤ ਗੱਲਬਾਤ ਕਰਨ ਜਰਨੈਲ ਸਿੰਘ ਪਿੰਡਰਾਵਾਲੇ ਜਾਂ ਉਹਨਾਂ ਨੂੰ ਬਾਹਰ ਕੱਢਣ ਦੀ ਗੱਲ 골ਡਨ ਟੈਂਪਲ ਕੰਪਲੈਕਸ ਚੋਂ ਬਹੁਤ ਆਇਆ ਜਿਹੀਆਂ ਚਿੱਠੀਆਂ ਬਾਅਦ ਚ ਸਾਹਮਣੇ ਆਈਆਂ ਸੋ ਜਿਹੜੀਆਂ ਕਹਿੰਦੀਆਂ ਸੀ ਕਿ ਆਪਰੇਸ਼ਨ ਕਰਦਿਓ ਸੋ ਹੁਣ ਲੱਗਦਾ ਤਾਂ ਕਰਕੇ ਨਾ ਰੇ ਜਾਂ ਕੀ ਇਹਦੇ ਤੇ ਕੀ ਸਪਸ਼ਟੀ ਕਰਨਾ ਇਹ ਮੈਂ ਤੁਹਾਨੂੰ ਪੁੱਛ ਮੈਂ ਤੁਹਾਨੂੰ ਦੱਸਦਾ ਵੀ ਇਹ ਸਾਰਾ ਕੁਝ ਨਾ ਇੱਕ ਸਾਸਤੀ ਤਰੀਕੇ ਨਾਲ ਮਾਲਿਕ ਗਿਣੀ ਮਿੱਠੀ ਸਾਜਦੇ ਤਹਿਤ ਵੀ ਇੱਕ ਨੂੰ ਤਾਂ ਗੋਲੀਆਂ ਨਾਲ ਸ਼ਹੀਦ ਕਰਦੋ ਇੱਕ ਨੂੰ ਲੋਕਾਂ ਚ ਬਦਨਾਮ ਕਰਦੋ ਇੱਕ ਹਿੱਸੇ ਨੂੰ ਪਰ ਉਸ ਸਾਜਦ ਦਾ ਹਿੱਸਾ ਸੀ ਮਤਲਬ ਜਿਹੜੀਆਂ ਉਹਦੋਂ ਨਾ ਚਿੱਠੀਆਂ ਦੀ ਗੱਲ ਕੀਤੀ ਆ ਉਹ ਟਿੱਠੀ ਦਾ ਜਿਹੜਾ ਮਤਲਬ ਕਾਲੀਦਾਲ ਦਾ ਪੈੜ ਤੇ ਜਿਹੜਾ ਬਹੁਤ ਪੁਰਾਣਾ ਤਲਵੰਡੀ ਸਾਹਿਬ ਪ੍ਰਧਾਨ ਹੁੰਦੇ ਸੀ ਜਦੋਂ ਉਹਨਾਂ ਦੇ ਟਾਈਮ ਦੇ ਲੈਟਰ ਪੈਡ ਦਾ ਟੈਲੀਫੋਨ ਨੰਬਰ ਲਿਖਿਆ ਸੀ ਜਿਹੜਾ ਟੈਲੀਫੋਨ ਨੰਬਰ ਮੁੜ ਕੇ ਹੈ ਹੀ ਨਹੀਂ ਸੀ ਪਰ ਜਦੋਂ ਤਲਵੰਡੀ ਸਾਹਿਬ ਪ੍ਰਧਾਨ ਸੀ ਉਦੋਂ ਦਾ ਸੀ ਜੀ ਮera ਮਤਲਬ ਝੂਠੀ ਉਹ ਲੈਟਰ ਟੋਟਲੀ ਮਤਲਬ ਇਹ ਜੀਆਂ ਬਹੁਤ ਕੁਝ ਗੱਲਾਂ ਸੀ ਜਿਹੜੀਆਂ ਮਤਲਬ ਬਣੀਆਂ ਬਣਾਈਆਂ ਕਹਾਣੀਆਂ ਬਣਾ ਕੇ ਜਾਨੀ ਇੱਕ ਹਿੱਸੇ ਨੂੰ ਬਦਨਾਮ ਕਰਕੇ ਇਹ ਵਾਤੇ ਤੁਡੀ ਗੱਲ ਤੁਸੀਂ ਹੈਰਾਨ ਮੈਂ ਤੈਨੂੰ ਇਹ ਵਾਰ-ਵਾਰ ਰਿਪੀਟ ਕਰਦਾ ਵੀ ਜਿਨ੍ਹਾਂ ਨੇ ਟੈਂਕ ਚਾੜੇ ਜਿਨ੍ਹਾਂ ਨੇ ਸ਼ਹੀਦ ਕੀਤੇ ਸਿੰਘ ਹਾਂਜੀ ਮਲ ਐਡਾ ਜ਼ੁਲਮ ਕੀਤਾ ਉਹਨਾਂ ਦਾ ਇੱਕ ਨਾਮ ਵੀ ਕਿਤੇ ਨਹੀਂ ਲਿਖਿਆ ਤੇ ਅਕਾਲੀ ਲੀਡਰਾਂ ਦੇ ਵਿਰੁੱਧ ਭਾਰਤੀਆਂ ਕਹਿੰਦਾ ਲਿਖ ਕੇ ਇੱਕ ਸਾਜੇ ਦਾ ਹਿੱਸਾ ਸੀ ਚਲੋ ਆਪਾਂ ਤੁਹਾਡੀ ਪੋਲਿਟੀਕਲ ਲਾਈਫ ਤੋਂ ਹਟ ਕੇ ਨਾ ਆਪਾਂ ਤੁਹਾਡੇ ਪਰਿਵਾਰ ਅਸ਼ੋਕੜ ਦੀ ਗੱਲਬਾਤ ਕਰਦੇ ਹਾਂ ਹੋਰ ਛੋਟਿਆਂ ਹੁੰਦੇ ਆ ਸਕੂਲਿੰਗ ਤੁਹਾਡੀ ਕਿੱਥੇ ਹੋਈ ਦੇਖੋ ਮੈਂ ਆਪਣੇ ਪਿੰਡ ਦੇ ਸਕੂਲ ਚ ਪੜਿਆ ਤੇ ਫਿਰ 5ਵੀਂ ਤੱਕ ਫਿਰ ਮੈਂ 8ਵੀਂ ਤੱਕ ਗਵਾਂਢ ਪਿੰਡ ਦੀ ਸਾਡਾ ਮਿਡਲ ਸਕੂਲ ਉਦੋਂ ਹੁੰਦਾ ਸੀ 2 ਕਿਲੋਮੀਟਰ ਤੁਰ ਕੇ ਜਾਂਦੇ ਸੀ ਅਸੀਂ ਫਿਰ ਉੱਥੇ ਮੈਂ ਥਰੂਆਊਟ ਸਕੂਲ ਲਾਈਫ ਚ ਮਨੀਟਰ ਰਹਾ 5ਵੀਂ ਤੋਂ ਲੈ ਕੇ ਜੀ ਪਹਿਲਾ ਪਿੰਡ ਦੇ 5ਵੀਂ ਤੱਕ ਫਿਰ ਨਾਲਗਮਾਣ ਦੇ ਪਿੰਡ ਦੇ ਵਿੱਚ ਮਿਡਲ ਸਕੂਲ ਤੇ ਮਿਡਲ ਤੋਂ ਬਾਅਦ ਫਿਰ ਮੈਂ 10ਵੀਂ ਜਿਹੜੀ ਆ ਰਾਜਪੁਰੇ ਕੀਤੀ ਅੱਛਾ ਜੀ ਤੇ ਰਾਜਪੁਰੇ ਕਰਨ ਤੋਂ ਬਾਅਦ ਕਾਲਜ ਵਿੱਚ ਚਲਿਆ ਗਿਆ ਜੀ ਕਾਲਜ ਵਿੱਚ ਜਾਂਦੇ ਪਹਿਲੀ ਵਾਰ ਸਾਲ ਸੀ ਮੈਨੂੰ ਕਲਾਸ ਰਿਪਰਜੈਂਟੇਟ ਵੀ ਚੋਣ ਲਿਆ ਕਿਹੜੇ ਕਾਲਜ 1968 ਦੀ ਗੱਲ ਆ 69 ਦੀ ਕਾਲਜ ਕਿਹੜਾ ਸੀ ਪੀਆਵਨ ਕਾਲਜ ਰਾਜਪੁਰਾ ਅੱਛਾ ਜੀ ਦੇਖੋ ਕਿਵੇਂ ਹਾਲਾਤ ਬਣਦੇ ਆ ਇੱਕ ਡੈਕਲੇਮੇਸ਼ਨ ਕੰਟੈਸਟ ਹੋਇਆ ਤੇ ਉੱਥੇ ਮੈਂ ਵੀ ਬੋਲਿਆ ਤੇ ਮੈਨੇਜਮੈਂਟ ਕਾਲ ਦੀ ਜਿਹੜਾ ਸੀ ਸੈਕਟਰੀ ਉਹਦੀ ਲੜਕੀ ਬੋਲੀ ਜੀ ਤੇ ਉਹਨਾਂ ਨੇ ਹੋਰ ਵੀ ਬਹੁਤ ਮੁੰਡੇ ਬੋਲੇ ਤੇ ਅਸੀਂ ਮਤਲਬ ਆਪਣੇ ਜਾਂਚ ਪੂਰਾ ਕੀਤਾ ਉਹ ਲੜਕੀ ਦਾ ਕੱਖ ਵੀ ਨਹੀਂ ਬੋਲਿਆ ਉਹ ਨੰਬਰ ਹੀ ਕਿਤੇ ਕੱਢਦੇ ਉਧਰ ਰੌਲਾ ਪੈ ਗਿਆ ਰੌਲਾ ਪਿਆ ਉਹ ਦਰਵਾਜ਼ੇ ਤੋੜਾ ਜਿਵੇਂ ਨਾਰੇ ਲਾਉਂਦੇ ਹੁੰਦੇ ਆ ਅਸੀਂ ਬਾਹਰ ਆ ਗਏ ਤੇ ਉਹ ਕਾਲਜ ਦੇ ਮੈਨੇਜਮੈਂਟ ਦੇ ਸੈਕਟਰੀ ਦੇ ਬੁੱਧ ਹੜਤਾਲ ਹੋ ਗਈ ਉਹ ਹੜਤਾਲ ਹੋਈ ਰੌਲਾ ਪੈਂਦਾ ਗਿਆ ਤੇ 3 ਮਹੀਨੇ ਹੜਤਾਲ ਚੱਲੀ ਤੇ ਉਹਦੇ ਵਿੱਚ ਜਿਹੜੇ ਸੀ ਨਾ ਮੈਂ ਇੱਕ ਕਿਸਮ ਦੀ ਅਗਵਾਈ ਕਰਨਾ ਮੈਨੂੰ ਮਿਲ ਗਿਆ ਮੌਕਾ ਪਹਿਲੇ ਸਾਲ ਹੀ ਜਦੋਂ ਚੋਣ ਹੋਈ ਤਿੰਨ ਮਹੀਨੇ ਬਾਅਦ ਸਰਵਸੰਮਤੀ ਨਾਲ ਮੈਨੂੰ ਮੈਂ ਚੁਣ ਲਿਆ ਕਲਾਸ ਦਾ ਜੂਨੀਅਰ ਦਾ ਤੇ ਉਸ ਤੋਂ ਬਾਅਦ ਪ੍ਰਧਾਨਗੀ ਆਈ ਤਾਂ ਪ੍ਰਧਾਨਗੀ ਪਹਿਲੀ ਵਾਰੀ ਮੌਲਾ ਜੇ ਜੂਨੀਅਰ ਕਲਾਸ ਚੋਂ ਕੋਈ ਪ੍ਰਧਾਨ ਬਣਿਆ ਤਾਂ ਮੈਂ ਬਣਿਆ ਦੂਜੀ ਸਾਲ ਸਾਡੇ ਪ੍ਰੋਫੈਸਰ ਕੱਢਤੇ ਅਸੀਂ ਉਹਨਾਂ ਦੇ ਹੱਕ 'ਚ ਹੜਤਾਲ ਕਰਤੀ ਫਿਰ ਮੈਂ ਉਹਦੀ ਲੀਡਰ ਪ੍ਰਧਾਨਗੀ ਕੀਤੀ ਅਗਵਾਈ ਕੀਤੀ ਤੀਜੇ ਸਾਲ ਫਿਰ ਸਾਡੇ ਕੋਈ ਮੁੰਡੇ ਐਕਸਪੈਲ ਕਰਤੇ ਫਿਰ ਕੀਤੀ ਯਾਨੀ 4 3 ਸਾਲ 4 ਸਾਲ ਕਾਲਜ 'ਮੈਂ ਲਾਏ 4 ਸਾਲ ਅਗਵਾਈ ਕੀਤੀ ਕਾਲ ਤੋਂ ਬਾਅਦ ਫਿਰ ਮੈਂ ਚਲੇ ਗਿਆ ਯੂਨੀਵਰਸਿਟੀ ਦੇ ਕਿਵੇਂ ਹਾਲਾਤ ਬਣਦੇ ਆ ਜਦੋਂ ਮੈਂ ਗਿਆ ਤੇ ਸਾਡਾ ਪ੍ਰੋਫੈਸਰ ਹੁੰਦਾ ਪੀ.ਡੀ. ਹਜੇਲਾ ਉਲਾਹਾਬਾਦ ਯੂਨੀਵਰਸਿਟੀ ਦਾ ਬਾਈ ਚੈਂਸਰ ਬਣਿਆ ਬਾਅਦ ਚ ਬਹੁਤ ਇੱਕ ਰੋਮਿਕਸ ਅੱਛਾ ਜੀ ਤੇ ਉਹ ਇੰਨਾ ਫਲੋਸ ਹੁੰਦਾ ਇੰਗਲਿਸ਼ ਤੇ ਕਿਸੇ ਨੂੰ ਸਮਝੇ ਨਾ ਆਵੇ ਤੇ ਮੈਂ ਨਾਲ ਦੇ ਨੂੰ ਪੁੱਛਿਆ ਮੈਂ ਕਿਹਾ ਕੀ ਪੜਾ ਰਹੇ ਆ ਉਹ ਕਹਿੰਦਾ ਤੁਸੀਂ ਦੱਸ ਜਾਇਆ ਕਹਿੰਦਾ ਅਸੀਂ ਹਫਤਾ ਹੋ ਗਿਆ ਸਾਨੂੰ ਨਹੀਂ ਸਮਝ ਆਈ ਉਹ ਸਾਡੇ ਕੋਲ ਆ ਪਹੇ ਗਿਆ ਕਹਿੰਦਾ ਤੁਹਾਨੂੰ ਕੀ ਪ੍ਰੋਬਲਮ ਆ ਮੈਂ ਉੱਠ ਕੇ ਖੜਾ ਹੋ ਕੇ ਮੈਂ ਜੀ ਸਾਨੂੰ ਸਮਝ ਨਹੀਂ ਆ ਰਹੀ ਉਹ ਕਹਿੰਦਾ ਮੈਂ ਕੀ ਕਰਾਂ ਮੈਂ ਜੀ ਤੁਸੀਂ ਹਿੰਦੀ ਸਮਝਾ ਦਿਆ ਕਰੋ ਹੈ ਉਹ ਕਹਦਾ ਤੁਹਾਨੂੰ ਇੰਗਲਿਸ਼ ਚ ਸਮਝਣਾ ਪਊਗਾ ਜੋ ਮੀਡੀਅਮ ਇੰਗਲਿਸ਼ ਆ ਬਈ ਜੇ ਸਮਝੇ ਨਹੀਂ ਆਉਂਦਾ ਅਸੀਂ ਕਰਾਂਗੇ ਕੀ ਮੁੰਡਾ ਤਾੜੀ ਜੀ ਮਾਰਦੀ ਤੇ ਉਹ ਕਰਕੇ ਜੀ ਉਹਨੂੰ ਇੰਨਾ ਮੰਨਣਾ ਪਿਆ ਸਾਡੀ ਗੱਲ ਉਹ 10 ਮਿੰਟ ਫਿਰ ਪੜਾਇਆ ਕਰੇ ਹਿੰਦੀ ਦੱਸਿਆ ਕਰੇ ਜੀ ਫਿਰ ਸਾਡੇ ਸਮਝ ਵੀ ਆ ਜਾਇਆ ਕਰੇ ਜੀ ਉਹ ਹੋਇਆ ਇਹ ਹਫਤੇ ਕੇ ਬਾਅਦ ਨੋਟਸ ਆ ਗਿਆ ਵੀ ਤੁਸੀਂ ਇਲੈਕਸ਼ਨ ਹੋਣੀਆਂ। ਅੱਛਾ ਜੀ। ਉਹ ਸਾਰੀ ਕਲਾਸ ਕਹੇ ਜੀ ਤੁਹਾਨੂੰ ਅਸੀਂ ਸਰਬਸੰਤੀ ਨਾਲ ਚੁਣਨਾ। ਉਹ ਮੈਂ ਤਾਂ ਕਿਹਾ ਪਿਆ ਸੀ ਮੈਂ ਤਾਂ ਮੈਂ ਪੜ ਨਹੀਂ ਪੜਨਾ ਹੁਣ ਆ ਕੇ। ਹਾਂਜੀ। ਪਰ ਮੁੰਡੇ ਸਾਰੇ ਕਹੇ ਮੁੰਡੇ ਗੁੜੀਆਂ ਵੀ ਤੁਹਾਨੂੰ ਹੀ ਬਣਾਉਣਾ ਅਸੀਂ। ਉਹ ਮੈਨੂੰ ਸਰਬਸੰਤੀ ਨਾਲ ਬਣਾਤਾ। ਜੀ। ਅੱਛਾ ਕੁਦਰਤੀ ਗੱਲਾਂ ਕੀ ਹੁੰਨੀਆਂ ਜੀ? ਮੌਗੇ ਗੋਲੀ ਚੱਲ ਗਈ। ਹਮਮ। ਆਲ ਇੰਡੀਆ ਇੰਟਰ ਯੂਨੀਵਰਸਿਟੀ ਮੈਚ ਹੋ ਰਿਹਾ ਸੀ। ਜੀ। ਸਾਰੇ ਕਾਲਜਾਂ ਦੇ ਮੁੰਡੇ ਆਏ ਸਾਰੇ ਮੈਨੂੰ ਜਾਣਦੇ ਸੀ ਅਸੀਂ ਪਹਿਲਾਂ ਹੜਤਾਲਾਂ ਕਰਦੇ ਸੀ। ਜੀ ਜੀ। ਪਟਿਆਲੇ ਤੋਂ ਵੀ ਮੁੰਡੇ ਆਏ। ਕਹਿੰਦੇ ਜੀ ਮ ਉਹ ਜਿਹੜਾ ਸਾਡਾ ਸੀਨੀਅਰ ਸੀ ਨਾ ਪ੍ਰਧਾਨ ਹੁੰਦਾ ਟ੍ਰਾਂਜ ਯੂਨੀਅਨ ਦਾ ਜੀ ਮੈਂ ਤੋਂ ਸੀਨੀਅਰ ਸੀ ਜੀ ਮੈਂਬਰ ਮੈਂ ਵੀ ਸੀ ਉਹ ਕਹਿੰਦਾ ਐ ਥੋੜਾ ਮੈਚ ਬੰਦ ਹੋ ਜਾ ਕਰਦੇ ਆ ਸੈਂਡੋ ਸੀ ਸਾਡਾ ਇੱਥੇ ਰਿਹਾ 80 ਸੀ ਰਿਹਾ ਐਕਸਰਸਾਈਜ਼ ਤੇ ਕਹਿੰਦਾ ਐ ਮੈਂ ਥੋੜਾ ਬੰਦ ਹੋ ਜਨੇ ਮੈਂ ਕਿਉਂ ਨਹੀਂ ਹੁੰਦੇ ਕਹਿੰਦਾ ਕੀ ਕਰਕੇ ਦਿਖਾਓ ਬਾਹ ਹੁਣੀ ਕਰ ਦਿੰਦੇ ਆ ਹੂੰ ਮੈਂ ਮਾਰਿਆ ਨਾਰਾ ਮੁੰਡਿਆਂ ਨੇ ਉਹ ਕਰਕੇ ਵੀ ਮੋਗੇ ਦੇ ਸ਼ਹੀਦਾਂ ਨੂੰ ਫਲਾਣਾ ਕਰਦੇ ਜੀ ਅਸੀਂ ਅੰਦਰ ਜਾ ਬੜੇ ਮੈਚ ਬੰਦ ਹੋ ਗਿਆ ਹੂੰ ਕਹਿੰਦੇ ਜੀ ਬੱਸਾਂ ਰੋਕੋ ਸੀ ਬੱਸਾਂ ਰੋਕ ਲੀਆਂ ਉਹ ਬੋਟ ਕੱਟ ਹੋ ਗਿਆ ਉੱਥੇ ਮੈਂ ਸਪੀਚ ਕਰਦੀ ਉਹ ਮੁੜ ਕੇ ਪ੍ਰਧਾਨ ਨੇ ਤਾਂ ਪ੍ਰਧਾਨਗੀ ਕੀਤੀ ਨਹੀਂ ਸਾਰਾ ਸਾਲ ਮੈਂ ਹੀ ਪ੍ਰਧਾਨ ਰਹਾ ਐਜੀਟੇਸ਼ਨ ਚੱਲਦੀ ਰਹੀ ਬੜੀ ਲੰਮੀ ਚੱਲੀ ਸੀ ਇੱਥੇ ਅਗਿਆਨੀ ਜੈਲ ਸਿੰਘ ਨਾਲ ਪੰਗਾ ਪੈ ਗਿਆ ਆਣ ਕੇ ਚੰਡੀਗੜ੍ਹ ਅਮਰੌਦ ਸਿੰਘ ਦੀ ਪੱਗ ਲੈ ਗਈ ਬੜਾ ਕੁਝ ਹੋਇਆ ਮੁੰਡੇ ਮੈਂਡੇ ਕੁੱਟੇ ਬਹੁਤ ਕਿੰਨੇਕ ਮੇਰਾ ਖਿਆਲ ਹੈ ਸਾਡੇ ਮੇਰੀਆਂ ਤਾਂ ਲੱਤਾਂ ਸਜਾਤੀਆਂ ਸੀ ਬਾਹਾਂ ਤੋੜਦੀ ਸੀ ਨਹੀਂ ਤੁਸੀਂ ਕੁੱਟੇ ਗਾ ਮੁੰਡੇ ਮੈਂਡੇ ਬਦਮਾਸ਼ੀ ਕੀਤੀ ਪੂਰੀ ਕਾਲਜ ਟਾਈਮ ਕਾਲਜ ਟਾਈਮ ਨਹੀਂ ਅਸੀਂ ਤਾਂ ਬਦਮਾਸ਼ਾਂ ਨੂੰ ਕੁੱਟਦੇ ਸੀ ਅੱਛਾ ਜਿਹੜੀ ਸਾਡੀ ਇੱਕ ਪਹਿਚਾਨ ਸੀ ਨਾ ਪੀਐਸਯੂ ਚ ਕੰਮ ਕੀਤਾ ਹਾਂ ਤੇ ਉਹ ਸਾਡੀ ਜਿਹੜੀ ਪਹਿਚਾਨ ਸੀ ਨਾ ਉੱਥੇ ਜਿਹੜੇ ਬਦਮਾਸ਼ ਦੇ ਲੋਕ ਸੀ ਨਾ ਲੜਕੀਆਂ ਨੂੰ ਛੇੜਦੇ ਸੀ ਗੁੰਡਾਗਰਦੀ ਕਰਦੇ ਸੀ ਅਸੀਂ ਉਹਨਾਂ ਨੂੰ ਨਹੀਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਬਿਲਕੁਲ ਨਹੀਂ ਬਿਲਕੁਲ ਬੰਦ ਕਰਦੇ ਸੀ ਇਹ ਇਸੇ ਕਰਕੇ ਸਾਨੂੰ ਮੁੰਡੇ ਲਾਈਕ ਕਰਦੇ ਸੀ ਇਸੇ ਕਰਕੇ ਸਾਡੀ ਪ੍ਰਧਾਨਗੀ ਚੱਲੀ ਤੇ ਇੱਕ ਮਲਿਕ ਪਿੰਡਾਂ ਦੇ ਮੁੰਡਿਆਂ ਦਾ ਜਾਂ ਇਸ ਕਿਸਮ ਦੀ ਜਗ੍ਹਾ ਚੰਗੀ ਸੋਚ ਰੱਖਣ ਵਾਲੇ ਮੁੰਡਿਆਂ ਦਾ ਮਲਿਕ ਪਛਾਣ ਹੋ ਗਈ ਜਿਹੜੇ ਗੁੰਡਾਗਰਦੀ ਕਰਦੇ ਸੀ ਉਹਦੇ ਵਿਰੁੱਧ ਸਾਡੀ ਅਸਲ ਚ ਲੀਡਰ ਹੀ ਬਣੀ ਤੇ ਉਹ ਤਿੰਨ ਚਾਰ ਮਹੀਨੇ ਐਜੀਟੇਸ਼ਨ ਚੱਲੀ ਫੇਰ ਪੰਗਾ ਪੈ ਗਿਆ ਜੀ ਕਹਿੰਦੇ ਜੀ ਐਜੀਟ ਮਤਲਬ ਅਗੇ ਮਥਿਆਨ ਅੱਗੇ ਕਰੋ ਅਸੀਂ ਕਿ ਇਮਤਿਆਨੀ ਕਿੰਨਾ ਪਿੱਛੇ ਕਰੋ ਗਿਆਨੀ ਜੀ ਕਹਿੰਦਾ ਇੱਕ ਦਿਨ ਨਹੀਂ ਜਾਂ ਚਲ ਸੀ ਕਹਿੰਦਾ ਇੱਕ ਦਿਨ ਇਮਤਿਆਨੀ ਪਰੇ ਕਰਨੇ ਹੂੰ ਬਾਈ ਚਾਂਸਰ ਮੈਨੂੰ ਕਹਿੰਦਾ ਵੀ ਸਾਨੂੰ ਕਰ ਲੈਂਦੇ ਅਸੀਂ ਕਹਿੰਦਾ ਨਹੀਂ ਕਹਿੰਦਾ ਐ ਕਰੋ ਮੈਂ ਤੁਹਾਨੂੰ ਤਰੀਕਾ ਦੱਸਦਾ ਨਾ ਵੀ ਤੁਸੀਂ ਡੇਟ ਸ਼ੀਟ ਬਣਾ ਲਿਓ ਚਾਹੇ 15-15 ਦਿਨ ਵਿੱਚ ਲੈ ਲਿਓ ਵੀ ਇਹ ਪਹਿਲਾ ਪੇਪਰ ਉਹ ਰੇਟ ਤੋਂ ਸ਼ੁਰੂ ਕਰ ਲੈਣ ਤੋਂ ਜਿਹੜਾ ਯੂਨੀਵਰਸਿਟੀ ਜੀ ਕਿਸੇ ਵੀ ਵਿਦਿਆਰਥੀ ਕੋਲ ਨਹੀਂ ਹੂੰ ਜਦੋਂ ਮੈਂ ਮੁੰਡਿਆਂ ਨੂੰ ਦੱਸਿਆ ਕਹਿੰਦਾ ਇਹ ਤੋਂ ਹੋਰ ਕੀ ਚਾਹੀਦਾ ਆਪਾਂ ਨੂੰ ਪਹਿਲੀ ਵਾਰੀ ਹੋਣਾ ਜਦੋਂ ਡੇਟ ਸ਼ੀਟ ਅਸੀਂ ਆਪ ਬਣਾਈ ਤਿੰਨ ਮਹੀਨੇ ਪੇਪਰ ਡੇਢ ਢਾਈ ਮਹੀਨੇ ਪੇਪਰ ਹੁੰ ਹੂੰ ਬਈ ਇੰਨਾ ਲੰਮੀਆਂ ਛੁੱਟੀਆਂ ਵਿੱਚ ਪਾ ਲੀਆਂ ਸੀ ਉਹਦਾ ਹੀ ਨਤੀਜਾ ਸੀ ਵੀ ਅਸੀਂ ਪੜ ਨਹੀਂ ਸਕੇ ਤਿੰਨ ਚਾਰ ਮਹੀਨੇ ਹੜਤਾਲ ਚੱਲਦੀ ਰਹੀ ਸਾਡੇ ਤਾਂ ਅੱਗੇ ਸੈਕੰਡ ਕਲਾਸ ਫਰਸਟ ਕਲਾਸ ਤੇ ਜਿਹੜੇ ਲਗਾਤਾਰ ਪੜਦੇ ਸੀ ਉਹ ਬਰਖਲਵਾ ਤੇ 50% ਵੀ ਗਏ ਹੈ ਜੀ ਤੇ ਚਲੋ ਜੀ ਅਸੀਂ ਉਹਦੇ ਚ ਨਾ ਮੇਰਾ ਮਤਲਬ ਇਸ ਤਰ੍ਹਾਂ ਅੱਗੇ ਵਧਦੇ ਗਏ ਫਿਰ ਉਹ ਐਮਰਜੈਂਸੀ ਲਾ ਗਈ ਗਿਆਨੀ ਜੈਲ ਸਿੰਘ ਨੇ ਉਹੀ ਕੀੜ ਕੱਢਣੀ ਸੀ ਹੂੰ ਗਿਆਨੀ ਜੈਲ ਸਿੰਘ ਨੂੰ ਜਿੰਨੀ ਦੌਰ ਚੀਫ ਮਿਨਿਸਟਰ ਰਿਹਾ ਅਸੀਂ ਪੰਜਾਬੀ ਯੂਨੀਵਰਸਿਟੀ ਨਹੀਂ ਪੜਦੇ ਉਸ ਤੋਂ ਬਾਅਦ ਇਹ ਫੈਸਲਾ ਹੀ ਸੀ ਤੇ ਜਦੋਂ ਕੀ ਨਾ ਕੀ ਨਾ ਕੀ ਨਾ ਕੋਈ ਆਈ ਥਿੰਕ ਗਿਆਨੀ ਜੈਲ ਸਿੰਘ ਹੀ ਸੀ ਕਿ ਕੰਧ ਤੋੜ ਕੇ ਭਜਣਾ ਪਿਆ ਸੀ ਉਹਨੂੰ ਹਾਂ ਤੁਸੀਂ ਤੁਸੀਂ ਸੀਗੇ ਉਹ ਟੈਸਟ ਕਰ ਰਹੇ ਸੀ ਅਸੀਂ ਪੜ ਰਹੇ ਸੀ ਇਹ ਕਿਹੜੇ ਸਾਲ ਦੀ ਗੱਲ ਹੈ ਇਹ ਹੈਗੀ ਆ 73 ਦੀ ਅੱਛਾ ਜੀ 73 ਦੀ ਗੱਲ ਆ ਤੇ ਗਿਆਨੀ ਜੀ ਮਤਲਬ ਨਾ ਪੇਪਰ ਹੋ ਰਹੇ ਸਾਡੇ ਆਹੀ ਜਿਹੜੇ ਹੁੰਦੇ ਆ ਪੱਕੇ ਇਗਜ਼ਾਮ ਅਸੀਂ ਪੜ ਰਹੇ ਸੀ ਤੇ ਉਹ ਹੁਣੇ ਸੀ ਜੈਗਜ਼ਾਮ ਤੇ ਉਹ ਅਗੇ ਬਾਈਚਾਸ ਨੇ ਬੁਲਾ ਲੇ ਕਿਸੇ ਸੈਮੀਨਰ ਤੇ ਸਾਨੂੰ ਕੋਈ ਦੱਸੇ ਵੀ ਵਿਗਿਆਨੀ ਜਾਇਆ ਪਤਾ ਕਹਿੰਦੇ ਵੀ ਕਿੱਥੇ ਆ ਜੀ ਪਤਾ ਕਰੋ ਹੈ ਬਾਈਚਾਸ ਦੇ ਘਰੇ ਸੀ ਜੀ ਉਹਦਾ ਜਿਸਾ ਹੋਰ ਹੋਸਟਲ ਦਾ ਲਾਇਆ ਨਾਰਾ ਵੀ ਆਜੋ ਵਿਗਿਆਨੀ ਜੀ ਨੂੰ ਘੇਰਨਾ ਸਾਰੇ ਬਾਈਚਾਸ ਦਾ ਘਰ ਘੇਰ ਲਿਆ ਬੂਰੇ ਬੈਠ ਗਏ ਤੇ ਧਰਨੇ ਤੇ ਰੌਲਾ ਪਾਈ ਗਏ ਵੀ ਅਸੀਂ ਨਹੀਂ ਨਿਕਲਦੇ ਨਾ ਮੰਗਾ ਕੀ ਸੀ ਗੀਆਂ ਫੁੱਟਣਾ ਬਸ ਅਸੀਂ ਕਿ ਗਿਆਨੀ ਜੀ ਦਾ ਮੋਗ ਐਜੀਟੇਸ਼ਨ ਕਰਕੇ ਸਾਡੀ ਜਦਾ ਸੀ ਵੀ ਮੋਗ ਦੇ ਜਿਹੜੇ ਮੁੰਡੇ ਮਾਰੇ ਉਹਨਾਂ ਨੂੰ ਇਨਸਾਫ ਦੋ ਜੀ 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 ਤੇ ਇਹੀ ਐਜੀਟੇਸ਼ਨ ਚੱਲਦੀ ਰਹੀ ਨਾ ਲਾਸਟ ਤੱਕ ਜੀ ਤੇ ਕੀ ਕੀਤਾ ਜੀ ਅਸੀਂ ਬੈਠੇ ਸਾਨੂੰ ਉਦੋਂ ਐਸਐਚ ਹੁੰਦਾ ਹਰਿੰਦਰ ਚਾਹਰਵਾ ਚਾਈ ਜੀ ਬਣ ਗਿਆ ਸੀ ਜੀ ਉਹ ਆਣ ਕੇ ਕਹਿੰਦਾ ਜੀ ਗਿਆਨੀ ਦਾ ਚਲੇ ਗਿਆ ਸੀ ਕਿ ਤੈਨੂੰ ਝੂਠ ਬੋਲਦਾ ਘਰ ਤੂੰ ਦਿਖਾ ਲਿਓ ਨਾ ਹੂੰ ਯਾ ਕਿ ਬੰਦੇ ਕਸਾ ਨੇ ਇਹਦਾ ਸਾਰਾ ਘੇਰਿਆ ਹੋਇਆ ਹਾਂਜੀ ਉਹ ਕਹਿੰਦਾ ਅਸੀਂ ਪਿੱਛੋਂ ਕੰਨ ਤੋੜ ਕੇ ਕੱਢਦੇ ਹਾਂਜੀ ਪਿੱਛੋਂ ਦੀ ਕੱਢਦੇ ਹੂੰ ਮੁੱਖ ਮੰਤਰੀ ਹਾਂ ਮੁੱਖ ਮੰਤਰੀ ਕੰਨ ਤੋੜ ਕੇ ਨਾ ਅਰਬਨ ਸਟੇਟਾ ਜਿੱਦਣ ਹੋਣਾ ਇੱਧਰੋਂ ਕੱਢੇ ਜੀ ਸੋ ਮਤਲਬ ਜਦੋਂ ਐਮਰਜੈਂਸੀ ਲੱਗੀ ਹੂੰ ਤਾਂ ਹੀ ਤਾਂ ਗੈਨੀ ਜੀ ਨੇ ਸਭ ਤੋਂ ਪਹਿਲਾਂ ਮੈਨੂੰ ਵੇਈ ਨੂੰ ਗ੍ਰਿਫਤਾਰ ਤੇ ਰੂਕ ਕਰਨਾ ਬੜਾ ਫਿਰ ਪੰਚਾਇਤਾਂ ਨੇ ਜ਼ੋਰ ਪਾਇਆ ਫਿਰ ਹਰ 100-100 ਪੰਚਾਇਤ ਵੀ ਟਰਾਲੀਆਂ ਲੈ ਕੇ ਜਾਂਦੇ ਰਹੇ ਜੀ ਮਕਾਂ ਮਾਲ ਇਕੱਠੇ ਹੋ ਕੇ ਜੀ ਜੀ ਬੇ ਇਹਨੂੰ ਮੁੰਡਾ ਹੈ ਇਹਦਾ ਕੈਰੀਅਰ ਖਰਾਬ ਹੋ ਜਾਊਗਾ ਤੁਸੀਂ ਛੱਡ ਦਿਓ ਪਰ ਗਿਆਨੀ ਜੀ ਕਹਿੰਦਾ ਵੀ ਨਹੀਂ ਇਹ ਤੋਂ ਐਮਰਜੈਂਸੀ ਦੇ ਹੱਕ ਚ ਲਖਾ ਦਿਓ ਵਾਹ ਮੈਂ ਨਹੀਂ ਲਿਖਣਾ ਮਤਲਬ ਤਾਂ ਮੇਰੇ ਤੇ ਉਹ ਸਖਤ ਕਾਨੂੰਨ ਲਾਇਆ ਇਸ ਤਰ੍ਹਾਂ ਕਰਕੇ ਅੱਗੇ ਤੇ ਅੱਗੇ ਕੰਮ ਵਧ ਗਿਆ ਮਤਲਬ ਜਣੀ ਫਿਰ ਅੰਦਰ ਚਲੇ ਗਏ ਅੰਦਰ ਜਾ ਕੇ ਫਿਰ ਤੁਹਾਨੂੰ ਪਤਾ ਵੀ ਅਕਾਲੀ ਲੀਡਰਸ਼ਿਪ ਦਾ ਵਾਹ ਪੈ ਗਿਆ ਬਾਹਰ ਨਿਕਲ ਗਏ ਫਿਰ ਨੌਕਰੀ ਕਰੀ ਵੀ ਪਰ ਫਿਰ ਕਰਨੀ ਦਿੱਤੀ ਤੇ ਫਿਰ ਅੱਗੇ ਤੇ ਅੱਗੇ ਯੂਥ ਕਲਰ ਦੇ ਪ੍ਰਧਾਨ ਜਮਾ ਬਣ ਗਿਆ ਫਿਰ ਸਮਝ ਪੰਜਾਬ ਅਕਾਡ ਹੋ ਗਿਆ ਪੰਜਾਬ ਅਕਾਡ ਦਾ ਵੀ ਅਸੀਂ ਸੰਤ ਲੰਗੋਲ ਨਾਲ ਪੂਰੇ ਡਟ ਕੇ ਖੜੇ ਜੀ ਤੇ ਕੁਦਰਤੀ ਤੌਰ ਤੇ ਸੀ ਵੀ ਮੈਨੂੰ ਟਿਕਟ ਤਾਂ ਦੇਣੀ ਹੀ ਦੇਣਾ ਸੀ ਵੀ ਜਿਹੜੀ ਮਰਜ਼ੀ ਸੀਟ ਤੇ ਲਓ ਤੇ ਫਿਰ ਉਹਦੋਂ ਮੈਂ ਸੀਟ ਵੀ ਉਹ ਦਿੱਤੀ ਜਿੱਥੇ ਲਗਾਤਾਰ ਅਕਾਲੀ ਦਾ ਹਾਰਦਾ ਸੀ ਜੀ ਜੀ ਉਹ ਸੀਟ ਤੋਂ 77 ਦੇ ਅਕਾਲੀ ਦਾ ਹਾਰ ਰਿਆ ਸੀ ਉਹ ਸੀਟ ਜਿੱਥੋਂ ਸਾਰੀਆਂ ਧਾਵਾਂ ਤੇ ਗੱਲ ਲਿੱਤਿਆ ਸੀ ਪਰ ਉਹ ਸੀਟ ਕੁਦਰਤੀ ਨੌਜਵਾਨ ਸੀ ਸਾਰੇ ਪੰਜਾਬ ਦੇ ਇਕੱਠੇ ਹੋ ਗਏ ਅਸੀਂ ਉਹ ਸੀਟ ਜਿੱਤ ਗਏ ਪਰ ਮੈਕਮਾ ਵੀ ਸਭ ਤੋਂ ਵੱਡਾ ਦਿੱਤਾ ਹਾਂ ਜੀ ਪਰ ਮੈਕਮੇ ਦੇ ਵਿੱਚ ਵੀ ਜਿਹੜੇ ਮੈਂ ਇਤਿਹਾਸਕ ਕੰਮ ਕੀਤੇ ਇੱਕ ਇੱਕ ਸਵਾਲ ਆ ਮੇਰਾ ਇੱਥੇ ਇੱਥੇ ਹੁਣ ਸਵਾਲ ਆ ਵੀ ਤੁਸੀਂ ਸੋਚਿਆ ਸੀ ਵੀ ਮੈਂ ਬਨਣਾ ਪ੍ਰੋਫੈਸਰ ਹਮ ਪ੍ਰੋਫੈਸਰੀ ਤੋਂ ਸਿੱਧਾ ਜਦੋਂ ਤੁਹਾਨੂੰ ਬਣਾਤਾ ਮੰਤਰੀ ਪਹਿਲਾਂ ਫੀਲ ਕਿਵੇਂ ਆਇਆ ਜਦ ਪਹਿਲੀ ਪਹਿਲੇ ਦਿਨ ਜਾ ਕੇ ਜਦੇ ਕੁਰਸੀ ਤੇ ਬੈਠੇ ਸੈਕਟਰੀਏਟ ਕੀ ਲੱਗਿਆ ਦਿਲਚਸਪ ਕੀ ਆਇਆ ਨਹੀਂ ਉਦੋਂ ਅਸਲ ਤੇ ਦੇਖੋ ਸੋਚ ਦੀ ਗੱਲ ਹੁੰਦੀ ਆ ਮੇਰੇ ਮਨ ਚ ਹਮੇਸ਼ਾ ਹੀ ਰਹੇ ਸੀ ਵੀ ਕੁਝ ਕਰਕੇ ਦਿਖਾਈਏ ਪਬਲਿਕ ਇੰਟਰੈਸਟ ਤੇ ਲੋਕਾਂ ਦੀ ਭਲਾਈ ਚ ਕਦੇ ਸੋਚਿਆ ਹੀ ਨਹੀਂ ਸੀ ਵੀ ਕੁਝ ਆਪਣਾ ਬਣਾਉਣਾ ਦਿਨ ਰਾਤ ਇਸੇ ਕੰਮ ਤੇ ਲੱਗੇ ਰਹੇ ਸੀ ਲੋਕਾਂ ਦੇ ਨਿੱਕੇ ਰਾਉਂ ਆਏ ਤਾਂ ਹੁੰਦਾ ਵੀ ਜਦੋਂ ਬੰਦਾ ਸਟੂਡੈਂਟ ਯੂਨੀਅਨ ਚ ਕੰਮ ਕਰਦਾ ਹੋਵੇ ਉਸ ਤੋਂ ਬਾਅਦ ਪ੍ਰੋਫੈਸਰੀ ਦੀ ਚਾਹਤ ਹੋਵੇ ਬਸ ਹਨ ਤੇ ਸਦਾ ਜਦੋਂ ਮਹਿਕਮਾ ਮਿਲ ਜੇ ਫਿਰ ਦਿਲ 'ਚ ਕੀ ਆਉਂਦਾ ਹੈ ਨਹੀਂ ਗੱਲ ਇਹ ਸੀ ਵੀ ਪ੍ਰੋਫੈਸਰੀ ਤੋਂ ਆਏ ਇਜਿਟੇਸ਼ਨ ਕਰਨੀ ਹੋਰ ਔਖਾ ਤਾਂ ਲੱਗਦਾ ਸੀ ਪਰ ਜਦੋਂ ਹਾਲਾਤ ਮਨ ਲ ਇਹੋ ਜਿਹੇ ਬਣੇ ਸੀ ਸਰਕਾਰ ਕਰਨੇ ਸੀ ਕੋਈ ਦੰਦੀ ਤੇ ਫਿਰ ਤਾਂ ਇਹ ਸੀ ਵੀ ਹੁਣ ਜੋ ਆਪਾਂ ਕਰ ਸਕਦੇ ਆ ਆਪਾਂ ਫਿਰ ਉਹ ਕਰੋ ਤੇ ਕੁਦਰਤੀ ਤੌਰ ਤੇ ਫਿਰ ਜਦੋਂ ਮੈਂ ਬਣ ਗਿਆ ਮੰਤਰੀ ਤੇ ਮੇਰੇ ਮਨ 'ਚ ਸੀ ਵੀ ਕੁਝ ਨਾ ਕੁਝ ਐਸਾ ਕਰੀਏ ਜਿਹੜਾ ਯਾਦ ਰੱਖਣ ਲੋਕ ਜੀ ਫੇਰ ਮਸਾਉ ਤੋਂ ਪਹਿਲਾਂ ਹਥਕੜੀਆਂ ਹਟਾਈਆਂ ਹੂੰ ਜਿਹੜਾ ਧਾਰਾ ਆਪਣਾ 76 ਦੇ ਤਹਿਤ ਕਰਜ਼ੇ ਦੀ ਵਸੂਲੀ ਲਈ ਹਥਕੜੀ ਲੱਗਦੀ ਸੀ ਸਭ ਤੋਂ ਪਹਿਲਾਂ ਮੈਂ ਉਹ ਹਟਾਈ ਆਪਦੇ ਪੇਪਰ ਯਾਦ ਆ ਗਈ ਹੋਣਗੇ ਆਪੇ ਪਰ ਯਾਦ ਆਵੇ ਹਥਕੜੀਆਂ ਲੱਗਾਂ ਤੇ ਅੱਛਾ ਜਦੋਂ ਹਟਾਈ ਤਾਂ ਸਾਡਾ ਰਜਿਸਟਰਾਰ ਕਹਿੰਦਾ ਦੇਖੋ ਤੁਹਾਨੂੰ ਹੈਰਾਨੀ ਦੀ ਗੱਲ ਦਾ ਉਹ ਮੈਨੂੰ ਰਾਤ ਨੂੰ ਟੈਲੀਫੋਨ ਆਇਆ ਕਹਿੰਦਾ ਥੋੜਾ ਬਿਆਨ ਆ ਰਿਹਾ ਕਹਿੰਦਾ ਮੈਂ ਠੀਕ ਆ ਜੀ ਮੈਂ ਹਾਂ ਕਹਿੰਦਾ ਮਹਿਕਮਾ ਫੇਲ ਹੋ ਜਾਵਾਂ ਮੈਂ ਤੈਨੂੰ ਜ਼ਿਆਦਾ ਫਿਕਰ ਆ ਮੈਂ ਕਿਵੇਂ ਦਾ ਮੈਨੂੰ ਨਹੀਂ ਫਿਕਰ ਮੈਂ ਮੰਤਰੀਆਂ ਤੇ ਕਹਿੰਦਾ ਜੀ ਥੋੜੀ ਮਰਜ਼ੀਆ ਰੱਖਤਾ ਉਹਨੇ ਟੈਲੀਫੋਨ ਬਰਨਾਲਾ ਦਾ ਮੁੱਖ ਮੰਤਰੀ ਸੀ ਉਹਨਾਂ ਨੂੰ ਦੱਸਤਾ ਬਰਨਾਲਾ ਨੇ ਮੈਨੂੰ ਬੁਲਾ ਲਿਆ ਕਹਿੰਦੇ ਤੁਸੀਂ ਕੋਈ ਬਿਆਨ ਦੇਤਾ ਮੈਂ ਹਾਂ ਜੀ ਜੀ ਕਹਿੰਦੇ ਕਾਨੂੰਨ ਬਣਿਆ ਨਹੀਂ ਤੂੰ ਬਿਆਨ ਕਿਵੇਂ ਦੇਤਾ ਹੂੰ ਬਾਹ ਜੀ ਕਾਨੂੰਨ ਕੌਣ ਬਣਾਉਂਦਾ ਮੈਨੂੰ ਪਤਾ ਸੀ ਕਹਿੰਦੇ ਤੈਨੂੰ ਨਹੀਂ ਪਤਾ ਸਰਕਾਰ ਬਣਾਉਂਦੀ ਆ ਬਾਹ ਜੀ ਮੈਂ ਮੰਤਰੀ ਆ ਤੁਸੀਂ ਮੁੱਖ ਮੰਤਰੀ ਸਰਕਾਰ ਕਿਹੜੀ ਹੁੰਦੀ ਆ ਹੱਥ ਨਾਲ ਲਾ ਕੇ ਕਹਿੰਦੇ ਤੂੰ ਮੁੰਡਾ ਗੁੰਡਾ ਕਹਿੰਦੇ ਲਾਗੂ ਕਿਵੇਂ ਕਰ ਲੂੰਗਾ ਬਾਹ ਮੈਂ ਕੱਲ ਨੂੰ ਕਰ ਦਿੰਦਾ ਜੀ ਮੈਂ ਉਹਨਾਂ ਦੇ ਸਾਹਮਣੇ ਪੀਏ ਨੂੰ ਕਿਹਾ ਮੈਂ ਰਜਿਸ ਤੇ ਮੈਂ ਨੂਰ ਜੀ ਸਾਹਿਬ ਨੂੰ ਫੋਨ ਕੀਤਾ ਮੈਂ ਮੇਰੇ ਦਫ਼ਤਰ ਆ ਗਏ ਉਹ ਨਾਲੇ ਡੀਆਰ ਲਿਆ ਸਾਰੇ 12 ਜ਼ਿਲ੍ਹੇ ਸੀ ਪੰਜਾਬ ਦੇ ਮੈਂ ਚਾਹ ਭਲਾਈ ਉਹਨਾਂ ਨੂੰ 11 ਵਜੇ ਬੁਲਾਏ ਸੀ ਮੈਨੂੰ ਹੁਣ ਵੀ ਯਾਦ ਆ ਕਹਿੰਦੇ ਕੀ ਹੁਕਮਾ ਜੀ ਮੈਂ ਇੱਕੋ ਹੁਕਮਾ ਜੇ ਆਜ ਤੋਂ ਬਾਅਦ ਕਿਸੇ ਦੇ ਹਾਥਕੜੀ ਲੱਗੀ ਦੇਖ ਲਈ ਨਾ ਕਰਦੇ ਸੀ ਵਸੂਲੀ ਲਈ ਮੈਂ ਉਹ ਡਿਆ ਨਹੀਂ ਛੜਨਾ ਉਹਨਾਂ ਨੇ ਇੰਸਪੈਕਟਰਾਂ ਨੂੰ ਕਹਿਤਾ ਹਾਥਕੜੀ ਲੱਗਰ ਤੁਹਾਡੀ ਆ ਮੇਰੇ ਬੇਟੇ ਨੇ ਸਵਾਲ ਕੀਤਾ ਸੀ ਕੈਪਟਨ ਮਨਿੰਦਰ ਸਿੰਘ ਨੂੰ ਵਿੱਚ 85 ਤੋਂ ਬਾਅਦ ਕਿਸੇ ਦੇ ਹਾਥਕੜੀ ਲੱਗੀ ਆ ਉਹ ਕਹਿੰਦਾ ਕਿਸੇ ਦੇ ਨਹੀਂ ਲੱਗੀ ਕਰਦੀ ਸੀ ਵਸੂਲੀ ਲਈ ਆ ਹੁਣ ਗੰਨਾ ਮਿਲਾ ਤੁਸੀਂ ਹੈਰਾਨ ਹੋਵੋਗੇ ਮੇਤੋਂ ਪਹਿਲਾਂ ਮੇਤੋਂ ਬਾਅਦ ਅੱਜ ਤੱਕ ਕਿਸੇ ਨੇ ਗੰਨਾ ਮਿਲਾ ਦਾ ਨਫਾ ਨਹੀਂ ਵੰਡਿਆ ਮੈਂ 8.9 ਕਰੋੜ ਕੱਲੀ-ਕੱਲੀ ਮਿਲਦਾ ਬੰਦਿਆ ਹੋਇਆ ਕਿ ਮੈਂ ਮਹਿਕਮਾ ਬੁਲਾਇਆ ਅਫਸਰ ਮੈਂ ਯਾਰ ਇੱਕ ਬੰਦੇ ਕੋ ਮਿਲ ਹੋਵੇ ਕਰੋੜਾਪਤੀ ਬਣ ਜਾਂਦਾ ਤੇ ਅਸੀਂ ਮਤਲਬ ਮੈਂ ਕਿਹਾ ਆਪਾਂ ਨੇ ਉਹ 12 ਮਿਲਾ ਆਪਾਂ ਕਿਉਂ ਨਹੀਂ ਤੇ ਮੈਂ ਕਿਹਾ ਵੀ ਕਾਰਨ ਕੀ ਆ ਉਹ ਕਹਿੰਦੇ ਜੀ ਸੀਰਾ ਜਿਹੜਾ ਨਾ ਉਹ ਕਹਿੰਦੇ ਸਰਕਾਰ ਚੁੱਕ ਲਈ ਜਾਂਦੀ ਹੈ ਕੰਟਰੋਲ ਰੇਟ ਤੇ ਮੈਂ ਸਰਕਾਰ ਕੌਣ ਹੁੰਦੀ ਆ ਜੀ ਮਿਲਾ ਦੇ ਮਾਲਕ ਤਾਂ ਲੋਕ ਆ ਜੀ ਮੈਂ ਫਾਈਲ ਤੇ ਕਿਹਾ ਵੀ ਇਹ ਜਿਹੜਾ ਖਿਸਰਾ ਖੁੱਲੀ ਮੰਡੀ 'ਚ ਵੇਚੋ ਹੂੰ ਤੇ ਖੁੱਲੀ ਮੰਡੀ ਚ ਵੇਚਿਆ ਕਰੋੜਾ ਰੁਪਏ ਦਾ ਮੁਨਾਫਾ ਹੋਇਆ ਤੇ ਤਾਂ ਉਹਦਾ ਮੁਨਾਫਾ ਲੋਕਾਂ ਚ ਵੜਿਆ ਅੱਜ ਤੱਕ ਨਹੀਂ ਕਿਸੇ ਨੇ ਵੰਡਿਆ ਸੀ ਸੋ ਮਤਲਬ ਨਾ ਜਿਹੜੀ ਮੈਂ ਆਮ ਤੌਰ ਤੇ ਕਹਿੰਦਾ ਹੋਂ ਨਾ ਵੀ ਜੇ ਸਰਕਾਰ ਕਰਨਾ ਚਾਹੇ ਨਾ ਤਾਂ ਬਹੁਤ ਕੁਝ ਹੋ ਜਾਂਦਾ ਜੇ ਕਰਨਾ ਚਾਹੇ ਤਾਂ ਪਹਿਲੀ ਈ ਤੁਸੀਂ ਮੰਤਰੀ ਬਣੇ ਫਿਰ ਕਿੰਨੇ ਗਨਮੈਨ ਬਣ ਮਿਹੇ ਪਹਿਲੀ ਈ ਤੁਹਾਨੂੰ ਉਦੋਂ ਲੇ ਗੱਲ ਗੱਲ ਨੂੰ ਮੈਂ ਤਾਂ ਲੋਡਿੰਗ ਸੀ ਹੁੰਦੀ ਸਾਡੇ ਨਾਲ ਤਾਂ ਯੂਥ ਇੰਨਾ ਹੁੰਦਾ ਸੀ ਫੌਜੇ ਹੁੰਦੀ ਸੀ 100 ਤੋਂ ਵੱਧ ਨੀ ਤਾਂ ਵੀ ਦਿੱਤੀ ਹੋਣਗੇ ਮੁਲਾਜ਼ਮ ਤਾਂ ਨਹੀਂ ਮੁਲਾਜ਼ਮ ਤਾਂ ਹੋ ਸਕਦਾ ਮੈਨੂੰ ਯਾਦ ਨਹੀਂ ਸੱਚੀ ਗੱਲ ਹੈ ਮੁਲਾਜ਼ਮਾਂ ਦੀ ਲੋੜ ਹੀ ਨਹੀਂ ਸੀ ਹੁੰਦੀ ਗੱਡੀ ਮਿਲਦੀ ਸੀ ਉਦੋਂ ਸਰਕਾਰੀ ਗੱਡੀ ਸੀਗੀ ਸਰਕਾਰੀ ਗੱਡੀ ਸਰਕਾਰੀ ਤਾਂ ਸੀ ਅੱਛਾ ਤੇ ਉਹ ਜਿਹੜੇ ਸਕਿਉਰਟੀ ਵਾਸਤੇ ਨਾ ਜੀ ਦੋ ਦੋ ਜੀਪਾਂ ਤੇ ਤਿੰਜੀ ਪਾਏ ਹਜਾ ਕੁਝ ਨਹੀਂ ਸੀ ਨਾ ਕੋਈ ਸਾਡੇ ਕੋਲ ਤਾਂ ਵੈਸੇ ਗੱਡੀਆਂ ਵਾਲੇ ਮੌਜੂਦ ਤੇ ਬਹੁਤ ਦੁਰਾ ਹੁੰਦਾ ਸੀ ਮਤਲਬ ਇੰਨੀ ਜ਼ਿਆਦਾ ਉਹਦੀ ਲੋੜ ਨਹੀਂ ਸੀ ਹੁੰਦੀ ਪਰ ਇੱਕ ਗੱਲ ਜ਼ਰੂਰ ਆ ਵੀ ਜਿਹਨੇ ਐਜ਼ ਅ ਮਨਿਸਟਰ ਜਿਹਨੇ ਜੋ ਕਰਕੇ ਦਿਖਾਇਆ ਸੀ ਵੀ ਸ਼ਾਇਦ ਹੀ ਮਾ ਮਤਲ ਇਹ ਤਾਂ ਸਭ ਬਲਵਾਂ ਤੋਂ ਵੀ ਇੱਕ ਵਾਰੀ ਤੁਹਾਨੂੰ ਪਤਾ ਦੀ ਗੱਲ ਦੱਸਦਾ ਵੇ ਸਾਡੇ ਮਾਰਕਫੜ ਦੀ ਇਲੈਕਸ਼ਨ ਆ ਗਈ ਜੀ ਤੇ ਮਾਰਕਫੜ ਦੀ ਇਲੈਕਸ਼ਨ ਦੇ ਵਿੱਚ ਸਾਡੇ ਯੂਥ ਵਾਲੇ ਕਹਿੰਦੇ ਮੈਨੂੰ ਵੀ ਬਣਾਓ ਡਾਇਰੈਕਟਰ ਮੈਨੂੰ ਵੀ ਬਣਾਓ ਤੁਸੀਂ ਹੁਣ ਮੰਤਰੀਓ ਹੈ ਜੀ ਤੋ ਸਾਡਾ ਇੰਦਰਜੀ ਦੀ ਦੀਰਾ ਹੁੰਦਾ ਸੀ ਉਹਨੇ ਪਵੀਰ ਜੀ ਦੇ ਫਾਦਰ ਹਾਂ ਤੇ ਉਹਨੂੰ ਅਸੀਂ ਬਣਾਤਾ ਕਹਿੰਦਾ ਵੀ ਤੈਨੂੰ ਬਣਾ ਦਾਂਗੇ ਅੱਛਾ ਜੀ ਉਧਰ ਬਰਨਾਲਾ ਸਾਹਿਬ ਦੇ ਜਵਾਈ ਦਾ ਭਾਈ ਹੂੰ ਉਹ ਉਹ ਕਹਿੰਦਾ ਵੀ ਮੈਂ ਬਣਾ ਉਹਨੇ ਉੱਥੇ ਪਾਰਟੀ ਵੀ ਕਰਤੀ ਅੱਛਾ ਪਹਿਲਾਂ ਹੀ ਪਹਿਲਾਂ ਹੀ ਤੇ ਮੈਨੂੰ ਨਾ ਤਾਂ ਟੈਲੀਫੋਨ ਆਇਆ ਵੀ ਤੁਸੀਂ ਸਾਨੂੰ ਕਿਹਾ ਸੀ ਜੀ ਮੈਂ ਦੇਖੋ ਇਹ ਤਾਂ ਚੌਣ ਹੋਣੀ ਆ ਪਰ ਐ ਥੋੜਾ ਬਣਦਾ ਕਹਿੰਦਾ ਜੀ ਉਹਨਾਂ ਦਾ ਪਾਰਟੀ ਕਰਦੀ ਮੈਂ ਇੱਕ ਗੱਲ ਸੁਣ ਲਓ ਮੇਰੇ ਹੁੰਦਿਆ ਮਾ ਜੋ ਮਰਦੀ ਹੋਵੇ ਮੈਂ ਨਾਂ ਤਾਂ ਨਹੀਂ ਲਿਆ ਪਰ ਮੈਂ ਇਹ ਗੱਲ ਕਹਿਤੀ ਵੀ ਕੋਈ ਹੋਵੇ ਕਿਸੇ ਦਾ ਜਵਾਈ ਹੋਵੇ ਭਾਈ ਹੋਵੇ ਵੀ ਮਤਲਬ ਇਹ ਇਹ ਨਹੀਂ ਆਪਾਂ ਹੁਣ ਦੇਣਾ ਬੇਫਿਕਰ ਰਹੋ ਉਹ ਖੈਰ ਜੀ ਮਤਲਬ ਬਣਾਇਆ ਸੀ ਇੰਦਰ ਜੀ ਤੋਂ ਮਾਲ ਮੁੱਖ ਮੰਤਰੀ ਸਾਹਿਬ ਨੇ ਕੋਈ ਨਹੀਂ ਇਹਨਾਂ ਨੇ ਮੈਂ ਕਹੀ ਸੀ ਰਾਜੀ ਹੋਈ ਫਿਰ ਸੀਐਮ ਸਾਹਿਬ ਕੋਈ ਨਾਰਾਜ਼ ਨਹੀਂ ਹੋਏ ਬਲਕਿ ਆ ਸਾਡੀ ਮੀਟਿੰਗ ਚ ਹੋਰ ਵੀ ਦੋ ਤਿੰਨ ਥਾਵਾਂ ਤੇ ਆਇਆ ਹੋਇਆ ਤੇ ਸਾਡੀ ਮੀਟਿੰਗ ਚ ਜਦੋਂ ਲੱਗੇ ਨਾ ਰੌਲਾ ਪਿਆ ਤੇ ਮੈਨੂੰ ਕਹਣ ਲੱਗੇ ਵੀ ਬਈ ਐ ਬੇਇੱਜ਼ਤੀ ਕਰਤੀ ਜੇ ਕਰਤਾ ਤੇ ਮੈਨੂੰ ਕਹੇ ਬਲਕਿ ਸਭ ਬਲਵਾਨਸ ਹੁੰਦੇ ਸੀ ਉਹ ਕਹਿੰਦੇ ਗੱਲ ਸੁਣੋ ਕਹਿੰਦੇ ਇੱਕ ਮੰਤਰੀ ਤਾਂ ਹੈ ਨਾ ਆਪਣਾ ਦੇਦੀ ਅਫਸਰ ਮੰਨਦੇ ਆ ਵੀ ਆਪਣੀ ਗੱਲ ਚਲਾ ਸਕਦਾ ਹਾਂ ਜੀ ਸੋ ਇਸ ਕਰਕੇ ਮੇਰਾ ਮਤਲਬ ਵੀ ਅਸੀਂ ਅਸਰਟ ਕਰਕੇ ਹੁਣ ਰਵੀਰੋ ਵਾਲੀ ਗੱਲ ਸੀ ਤੁਹਾਨੂੰ ਤੁਹਾਨੂੰ ਰਵੀਰੋ ਨੇ ਚੱਕਿਆ ਸੀ ਇੱਕ ਵਾਰੀ ਉਹ ਕਿਉਂ ਚੱਕਿਆ ਸੀ ਮੈਂ ਤੁਹਾਨੂੰ ਦੱਸਦਾ ਵੀ ਸਾਡੀ ਕੈਬਨਿਟ ਦੀ ਮੀਟਿੰਗ ਰਵੀਰੋ ਨੂੰ ਸਿਕਿਉਰਟੀ ਦੇ ਪੁਆਇੰਟ ਆਫ 뷰 ਤੋਂ ਬੁਲਾ ਲਿਆ ਅੱਛਾ ਜੀ ਉਹ ਕਹਿੰਦੇ ਸੁਝਾਅ ਦੇਣਾ ਨੇ ਸੁਝਾਅ ਕੀ ਦਿੱਤਾ ਉਹ ਕਹਿੰਦਾ ਜੀ ਜਿੱਥੇ ਖਾੜ ਕੋ ਐਕਸ਼ਨ ਕਰਦੇ ਆ ਨਾ ਬੇ ਉੱਥੇ ਉਹਨਾਂ ਦੇ ਘਰਾਂ ਨੂੰ ਅੱਗ ਲਾ ਦਿਓ ਉਹਦੇ ਮਾਪੇ ਨੂੰ ਮਾਰ ਦਿਓ ਉਹਦੇ ਰਿਸ਼ਤੇਦਾਰਾਂ ਨੂੰ ਮਾਰ ਦਿਓ ਤੇ ਮਤਲਬ ਇੱਕ ਇਸ ਤਰ੍ਹਾਂ ਦੀ ਸਿਕਿਉਰਡ ਬਣਾਓ ਉਮ ਬਾਏ ਉਹਦਾ ਬ੍ਰੋਧ ਕੀਤਾ ਮਾਹ ਇਹਦਾ anarchi ਫੈਲ ਜੂ ਕਤਲੋਕਾਰ ਤਾਂ ਹੋ ਜੂ ਜੇ ਪੁਲਿਸ ਵਾਲੇ ਜਿਹੜੇ ਵਰਦੀ ਦੀ ਸ਼ਰਮ ਮੰਦੇ ਆ ਜੇ ਤੁਸੀਂ ਸਿਵਲ ਡਰੈਸ ਤੇ ਇਹਨਾਂ ਨੂੰ ਹਥਿਆਰ ਦੇਤੇ ਤਾਂ ਲੁੱਟਖੋਹ ਸ਼ੁਰੂ ਹੋ ਜਾਣਗੇ ਰਵੀਰੋ ਕਹਿੰਦਾ ਤੁਹਾਨੂੰ ਸਾਡੇ ਤੇ ਭਰੋਸਾ ਨਹੀਂ ਪੁਲਿਸ ਤੇ ਮਾ ਭਰੋਸਾ ਹੈਗਾ ਪਰ ਮਤਲਬ ਇਹ ਸਚਾਈ ਆ ਵੀ ਤੇ ਤੁਸੀਂ ਸਿਵਲ ਡਰੈਸ ਤੇ ਕਿਸੇ ਨੂੰ ਹਥਿਆਰ ਦੇ ਦੋਗੇ ਥੋੜੇ ਐਸਐਸਬੀਆਂ ਨੂੰ ਵੀ ਮਾਰਨਗੇ ਉਹੀ ਗੱਲ ਹੋਈ ਬਾਅਦ ਵਿੱਚ ਸਾਡੀ ਸਰਕਾਰ ਤਾਂ ਤੋੜਤੀ ਤੇ ਉਦੋਂ ਫਿਰ ਮੁੰਡਿਆਂ ਨੂੰ ਲੱਗੇ ਸੀ ਮਾਰਨਾ ਸਾਡੇ ਇੱਥੇ ਰੋਪੜ ਮਰ थाने ਜੋ ਕਿਸੇ ਨੇ ਦੱਸਤਾ ਸਾਰੇ ਆਏ ਬਰਨਾਥ ਸਾਹਿਬ ਕੋਲ ਮੈਂ ਨਾ ਕਰਤੀ ਫਿਰ ਮੇਰੇ ਕੋਲ ਆ ਗਏ ਮੈਂ ਐਸਐਸਪੀ ਰੋਪੜ ਨੂੰ ਕਹਿ ਬੈਠਿਆ ਮੈਂ ਤੁਸੀਂ ਕਿਸੇ ਮੁੰਡੇ ਨਾ ਮਾਰ ਦਿਓ ਜੇ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਕਾਨੂੰਨ ਮੁਤਾਬਕ ਜੋ ਮਰਜ਼ੀ ਉਹਨਾਂ ਤੇ ਐਕਸ਼ਨ ਲਾਓ ਪਰ ਮਾਰਨਾਂ ਹੀ ਗੱਲਾਂ ਕਰ ਦਿਓ ਉਹ ਕਹਿੰਦਾ ਜੀ ਰਵੀਰੋ ਸਾਹਿਬ ਨਾਲ ਗੱਲ ਕਰ ਲੋ ਮੈਂ ਰਵੀਰੋ ਕੌਣ ਹੁੰਦਾ ਮੈਨੂੰ ਗੁਸਾ ਆਇਆ ਮੈਂ ਮੈਂ ਤੇਰੀ ਬਾਹਵਰੀਆਂ ਪਾੜ ਦੂੰ ਜੇ ਮੁੰਡੇ ਮਾਰਤੇ ਮੈਂ ਇਕੱਲਾ ਮੰਤਰੀ ਨਹੀਂ ਮੈਂ ਸ਼ਕਤੀ ਨਾਲ ਕੀਤਾ ਮੈਨੂੰ ਪਤਾ ਵੀ ਮੰਤਰੀ ਦੀ ਕਿੰਨੀ ਤਾਕਤ ਹੁੰਦੀ ਹੈ ਮੈਂ ਪੂਰਾ ਧੋਖਾਇਆ ਤੇ ਮੁੰਡੇ ਤਾਂ ਬਚਾ ਲੇ ਮੁੰਡੇ ਲਿਆਣ ਕੇ ਥਾਣੇ ਅੱਜ ਵੀ ਅਮਰੀਕਾ ਚ ਰਹਿ ਰਿਹਾ ਉਹਨਾਂ ਤੇ ਇੱਕ ਹੁੰਦਾ ਜੀ ਹਾਂ ਜੀ ਮੁੰਡੇ ਬਚਾਏ ਤੁਮਰਾ ਮਤਲਬ ਉਹ ਉਸ ਗੱਲ ਦਾ ਉਹਨੂੰ ਗੁੱਸਾ ਸੀ ਵੀ ਸਾਡੀ ਇੰਨੀ ਬੇਇੱਜ਼ਤੀ ਕੀਤੀ ਆ ਬਾਅਦ ਚ ਉਹਨਾਂ ਨੇ ਸਾਡੀ ਸਰਕਾਰ ਤੋੜਤੀ ਮੇਰੇ ਤੇ ਤਸ਼ੱਦਦ ਵੀ ਕੀਤਾ ਮੈਂ ਪੂਰਾ ਜਿੰਨਾ ਉਹਨਾਂ ਦਾ ਟੇਲ ਦਾ ਜੋਰ ਲਾਇਆ ਕਿਉਂਕਿ ਉਹਨਾਂ ਨੂੰ ਪਰ ਇੱਕ ਵਾਰੀ ਤਾਂ ਉਹਨਾਂ ਨੂੰ ਇਸ ਗੱਲ ਦਾ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਫੇਰ ਵੀਰੋ ਨੂੰ ਮਤਲਬ ਕਹਿਣਾ ਪਿਆ ਵੀ ਸਭ ਤੋਂ ਬਹੁਤ ਵੱਡੀ ਗਲਤੀ ਕਰਾਈ ਆ ਹਮ ਭਾ ਜਦੋਂ ਦੋ ਵਾਰੀ ਸੀਬੀਆਈ ਦੀ ਇਨਕੁਆਰੀ ਮੇਰੀ ਹੋਈ ਲੋਗਾ ਹੁਣ ਕੇਜਰੀਆਲ ਤਾਂ ਇੱਕ ਕਿਤੋਂ ਭੱਜੇ ਫਿਰਦਾ ਨਾ ਮੇਰੀ ਦੋ ਵਾਰੀ ਸੀਬੀਆਈ ਨੇ ਇਨਕੁਆਰੀ ਕੀਤੀ ਹਮ ਤੇ ਬੁਟਾਧੂਨੇ ਬੁਲਾ ਕੇ ਕਿਹਾ ਵੀ ਅਸੀਂ ਸਾਹੋਗਨ ਜੀ ਸੱਚੇ ਜਿੰਨੇ ਵੀ ਇਲਜ਼ਾਮ ਲਾਇਆ ਝੂਠੇ ਆ ਉਹ ਕਹਿੰਦਾ ਇਲਜ਼ਾਮਾਂ ਦੀ ਗੱਲ ਨਹੀਂ ਵੀ ਅਸੀਂ ਤਾਂ ਕੇਸ ਬਣਾਉਣਾ ਹਮ ਉਹ ਜਦੋਂ ਲੀਗਲ ਸੈਲ ਕੋਲ ਗਿਆ ਉਹ ਕਹਿੰਦੇ ਸਾਨੂੰ ਅੰਦਰ ਕਰਾ ਦੂਗਾ ਬਿਲਕੁਲ ਗਲਤ ਆ ਯਾਨੀ ਮੇਰਾ ਮਤਲਬ ਦੋ ਵਾਰੀ ਇਨਕੁਆਰੀ ਹੋਈ 5 ਪੈਸੇ ਦਾ ਮੇਰੇ ਵਿਰੋਧ ਦੇ ਵਿੱਚ ਕੋਈ ਇਲਜ਼ਾਮ ਨਹੀਂ ਲਾ ਸਕੇ ਮਤਲਬ ਮੈਨੂੰ ਰਿਹਾ ਕਰਨਾ ਪਿਆ ਮਤਲਬ ਅਫਸੋਸ ਇਸ ਗੱਲ ਦਾ ਹੁੰਦਾ ਜਿਹੜੇ ਆਪਣੇ ਹੀ ਹੁੰਦੇ ਆ ਨਾ ਉਹ ਇਹਨਾਂ ਦਾ ਸ਼ਿਕਾਰ ਹੋ ਜਾਂਦੇ ਆ ਮੈਂ ਤੁਹਾਨੂੰ ਦੱਸਦਾ ਜਦੋਂ ਰਵੀਰੋ ਨਾਲ ਮੇਰਾ ਪੰਗਾ ਪਿਆ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਨੂੰ ਅੰਦਰ ਜੇਲ੍ਹ ਚ ਲੈ ਗਏ ਮਤਲਬ ਮੇਰੇ ਬੁਰਧ ਉੱਥੇ ਜੇਲ੍ਹ ਦੇ ਵਿੱਚ ਵੀ ਕਹਿੰਦੇ ਅਸੀਂ ਨਾਰੇ ਲਾਉਣੇ ਆ ਉਹ ਤਾਂ ਜਿਹੜੇ ਉਹਦਾ ਇੱਕ ਬੰਦਾ ਤਰਲੋਜਨ ਸਿੰਘ ਪ੍ਰਿੰਸੀਪਲ ਹੁੰਦਾ ਸੀ ਉਹਦਾ ਹੀ ਮੁੰਡਾ ਕੁਦਰਤੀ ਮਾਂ ਬਚਾਇਆ ਸੀ ਉਹ ਵੀ ਜੇਲ੍ਹ ਦੇ ਵਿੱਚ ਸੀ ਜੀ ਉਹ ਕਹਿੰਦਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਗਾਣਾ ਲਾ ਗਿਆ ਕੱਢਣਾ ਉਹਨੂੰ ਕਹਿੰਦਾ ਐਸੀਆਂ ਗਾਲਾਂ ਉਹਨੇ ਕਹਿਣੀਆਂ ਕਹਿੰਦਾ ਮੇਰਾ ਮੁੰਡਾ ਬਚਾਇਆ ਹੈ ਵੀ ਮੈਂ ਜ਼ਿੰਦਗੀ ਪਰ ਇਹਦਾ ਆਸਾਨ ਨਹੀਂ ਦੇਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਜਿਹਨੇ ਮੁੰਡੇ ਬਚਾਏ ਹੋਣ ਤੁਸੀਂ ਉਹਦੇ ਬਰੂਦੋ ਗੱਲ ਕਰੋ ਫਿਰ ਸਾਰੇ ਸ਼ਰਮਸਾਰ ਹੋਏ ਸੋ ਇਹ ਨਾ ਮਤਲਬ ਕੋਈ ਨਾ ਕੋਈ ਉਂਗਲ ਲਾ ਕੇ ਨਾ ਗੋਹਣ ਹੋ ਗਈ ਦਿੱਕੇ ਤੋਂ ਦਾ ਪ੍ਰਚਾਰ ਇੱਕ ਮੇਰੇ ਕਿ ਹਰ ਇੱਕ ਦੇ ਕਰਦੇ ਆ ਅੱਛਾ ਤੁਸੀਂ ਕਿਹਾ ਵੀ ਜਦੋਂ ਰਬੈਰੋ ਨੇ ਚੱਕਿਆ ਤਸ਼ੱਦਦ ਵੀ ਕੀਤਾ ਤੁਹਾਨੂੰ ਕਿਹੜੇ ਕੇਸ ਚੱਕਿਆ ਸੀ ਜਾਂ ਵੈਸੀ ਚੱਕ ਲਿਆ ਸੀ ਤੇ ਤਸ਼ੱਦਦ ਕੀ ਕੀ ਹੋਇਆ ਉਹ ਕਹਿੰਦੇ ਜੀ ਮਤਲਬ ਤੁਹਾਡੇ ਕੋ ਆਣ ਕੇ ਜੀ ਬਾਹਰ ਮਿਲੀਟੈਂਟ ਆਉਂਦੇ ਰਹੇ ਜੀ ਮਤਲਬ ਤੁਹਾਡੇ ਘਰੇ ਆਉਂਦੇ ਰਹੇ ਐਵੀਂ ਕਹਾਣੀ ਬਣਾਉਣੀ ਹੁੰਦੀ ਆ ਹੋਰ ਕੀ ਆ ਕਹਾਣੀਆਂ ਬਣਾ ਬਣਾ ਕੇ ਫਿਰ ਉਹਦੇ 'ਚ ਮੈਨੂੰ ਰੱਖਿਆ 1 ਮਹੀਨਾ ਹਾਂ ਫਿਰ ਮੇਰੇ ਗਨ ਮੈਂ ਇਹਨਾਂ ਨੂੰ ਗਵਾ ਬਣਾ ਲਿਆ ਉਹ ਗਨਮੈਨ ਕਹਿੰਦੇ ਅਸੀਂ ਝੂਠ ਕਿਵੇਂ ਬੋਲ ਸਕਦੇ ਜੀ ਉਹਨਾਂ ਨੇ ਜਦਦਰ ਦੇ ਸਾਹਮਣੇ ਆਏ ਤੇ ਤਾਂ ਹੀ ਮੈਨੂੰ ਜਦ ਹੀ ਜਦੋਂ ਗਵਾਹੀ ਹੋਈ ਮੈਨੂੰ ਉੱਥੇ ਜਦ ਜੱਜ ਨੇ ਆਰਡਰ ਕਰਦੇ ਕਹਿੰਦਾ ਬਿਲਕੁਲ ਝੂਠ ਆ ਤੇ ਜਦ ਰਿਹਾ ਕਰਨਾ ਪਿਆ ਚੰਦੂ ਮੈਨੂੰ ਸਾਹਿਬ ਜਦੋਂ ਮੰਤਰੀ ਬਣੇ ਜਾਂ ਬਾਅਦ ਚ ਜਿਹੜੇ ਪੀਐਸਯੂ ਵਾਲੇ ਜਿਹੜੇ ਪੁਰਾਣੇ ਦੋਸਤ ਸੀਗੇ ਅੱਜ ਕੱਲ ਮਿਲਦੇ ਆ ਉਹ ਜਿਹੜੇ ਕਾਲਜ ਟਾਈਮ ਦੇ ਦੋਸਤ ਸੀਗੇ ਆ ਬਹੁਤ ਮਿਲਦੇ ਆ ਮਤਲਬ ਕਾਫੀ ਜ਼ਿਆਦਾ ਮਿਲ ਜਾਂਦੇ ਆ ਮਿਲਦੇ ਰਹਿੰਦੇ ਆ ਤਾਂ ਮਤਲਬ ਜਿਹੜੀ ਦੋਸਤੀ ਹੈ ਉਹ ਤਾਂ ਦੋਸਤੀ ਹੁੰਦੀ ਹੈ ਨਾਲੇ ਸਾਡਾ ਅਸਲ ਚ ਸੁਭਾਅ ਵੀ ਸੀ ਸਾਡਾ ਮਤਲਬ ਇੱਕ ਕਿਸਮ ਦਾ ਲੀਡਿੰਗ ਰੋਲ ਹੁਣ ਕਰਕੇ ਮਤਲਬ ਇੱਕ ਕਿਸਮ ਦਾ ਲੋਕਾਂ ਨਾਲ ਮਿਲਬਰਤਨ ਤੇ ਪਿਆਰ ਸੀ ਉਹ ਉਦੋਂ ਦਾ ਹੀ ਰਿਸਪੈਕਟ ਕਰਦੇ ਹਾਂ ਸਾਰੇ ਛੋਟੇ ਹੁੰਦੇ ਕੀ ਸੋਚਿਆ ਸੀ ਕੀ ਬਣਾਣਾ ਜ਼ਿੰਦਗੀ ਚ ਹਾਂਜੀ ਛੋਟੇ ਹੁੰਦੇ ਕੀ ਸੋਚਿਆ ਸੀ ਕੀ ਬਣਾਣਾ ਜ਼ਿੰਦਗੀ ਚ ਸਕੂਲਿੰਗ ਟਾਈਮ ਬੰਦਾ ਸੋਚਦਾ ਇਹ ਤਾਂ ਮੈਨੂੰ ਦੱਸਾ ਸਾਨੂੰ ਇੱਕ ਸੁਧਾਰਨ ਕਰਦੇ ਸੀ ਅਸੀਂ ਤਾਂ ਸੁਧਾਰਨ ਕਰ ਸਾਡੀ ਕੋਈ ਪੋਲਿਟਿਕਸ ਦੇ ਹਿਸਾਬ ਨਾਲ ਤਾਂ ਸਾਡੀ ਹੈ ਨਹੀਂ ਸੀ ਉਹ ਘਰ ਦਾ ਕੰਮ ਕੀ ਬਾਪੂ ਜੀ ਸਾਡੇ ਥੇਤੀ ਬਾੜੀ ਸੀ ਸਾਡੇ ਮਤਲਬ ਜ਼ਿਮੀਦਾਰਾ ਸਾਡਾ ਸਾਡੀ ਜਿਹੜੀ ਸਰਪਲਸ ਜ਼ਮੀਨ ਵੀ 130 ਬਿਗੇ ਸਾਡੀ ਸਰਪਲਸ ਜ਼ਮੀਨ ਨਿਕਲ ਗਈ ਸੀ ਅੱਛਾ ਜੀ ਤੇ ਫੇਰ ਵੀ ਸਾਡੇ ਕੋ ਪਰਮਾਤਮਾ ਨੇ ਜ਼ਮੀਨ ਦਿੱਤੀ ਸੀ ਉਹਦੇ ਤੇ ਕਾਰੋਬਾਰ ਚੱਲਦਾ ਸੀ ਸੋ ਉਪਰ ਕਦੇ ਐ ਸੋਚਿਆ ਨਹੀਂ ਸੀ ਵੀ ਐ ਵੀ ਗਾਹਾਂ ਚਲੇ ਜਾਵਾਂਗੇ ਇਹ ਤੁਹਾਨੂੰ ਦੱਸਿਆ ਨਹੀਂ ਸਾਰੀ ਕਹਾਣੀ ਦਸਾਈ ਆ ਵੀ ਹੌਲੀ ਹੌਲੀ ਹਾਲਾਤ ਹੀ ਤੱਕ ਕੇ ਤੱਕ ਕੇ ਗਾਂ ਤੇ ਗਾ ਬਣਾਈ ਗਏ ਤੇ ਗੱਲ ਚਲੀ ਗਈ ਨਹੀਂ ਤਾਂ ਵੈਸੇ ਆਖਰ ਤਾਈ ਸੋਚਿਆ ਸੀ ਵੀ ਪ੍ਰੋਫੈਸਰ ਲੱਗਣਾ ਪੜਾਉਣਾ ਬਸ ਇਹੀ ਮਨ ਦੇ ਵਿੱਚ ਸੀ ਪਰ ਉਹ ਕੁਦਰਤੀ ਹਾਲਾਤਾਂ ਨੇ ਹਜਾ ਕੀਤਾ ਤੇ ਇੱਧਰ ਆਉਣਾ ਪੈ ਗਿਆ ਅੱਛਾ ਇੱਕ ਹੋਰ ਗੱਲ ਹੈ ਵੀ ਤੁਹਾਨੂੰ ਵਿਧਾਨ ਸਭਾ ਪਸੰਦ ਨਹੀਂ ਜਾਂ ਕੀ ਕਰਨ ਆ ਵੀ ਲੋਕ ਸਭਾ ਜੀ ਜਾਂਦੇ ਹੋ ਜਿਆਦਾ ਜਾਂ ਪਾਰਲੀਮੈਂਟ ਹੀ ਜਾਂਦੇ ਹੋ ਨਹੀਂ ਨਹੀਂ ਵਿਧਾਨ ਸਭਾ ਪਸੰਦ ਸੀ ਇਹ ਵੀ ਤੁਹਾਨੂੰ ਇੱਕ ਹੋਰ ਹੀ ਗਏ ਹਾਂ ਮੈਂ ਤਾਂ ਪੁੱਛਿਆ ਇਹ ਮੈਂ ਤੁਹਾਨੂੰ ਅਜੀਬ ਦੱਸਦਾ ਗੱਲ ਮੇਰਾ ਤਾਂ ਅੱਧਾ ਹੀ ਨਹੀਂ ਸੀ ਪਾਰਲੀਮੈਂਟ ਕਦੇ ਮੈਂ ਸੋਚਿਆ ਵੀ ਨਹੀਂ ਸੀ ਹਾਂਜੀ ਇਹ ਤਾਂ ਜਦੋਂ 96 ਦੇ ਇਲੈਕਸ਼ਨ ਆਈ ਨਾ ਲੰਮਾ ਟਾਈਮ ਗਵਰਨਰੀ ਰਾਜ ਰਿਹਾ ਸੀ ਜੀ 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 ਤੁਸੀਂ ਹੈਰਾਨ ਹੋਵੋਗੇ ਵੀ ਜਦੋਂ ਅਕਾਲੀ ਦਲ ਦੀ ਮੀਟਿੰਗ ਹੋਈ ਹੂੰ ਤੇ ਪਟਿਆਲੇ ਵਾਲੀ ਸੀਟ ਕੁਦਰਤੀ ਸਿੰਘ ਟੋੜਾ ਸਾਹਿਬ ਨੂੰ ਬਾਲ ਸਾਹਿਬ ਨੇ ਕਿਹਾ ਵੀ ਤੁਸੀਂ ਉਮੀਦਵਾਰ ਦਓ ਜੀ ਕਿਹੜਾ ਦੇਣਾ ਇੱਥੋਂ ਬਾਕੀ ਉਮੀਦਵਾਰਾਂ ਦੀ ਮਤਲਬ ਲਿਸਟ ਬਣਾ ਲਈ ਟੋੜਾ ਸਾਹਿਬ ਕਹਿੰਦੇ ਵੀ ਦੋ ਦਿਨਾਂ ਬਾਅਦ ਸੋਚ ਕੇ ਦੱਸ ਦਿਆਂ ਸੀ ਤੇ ਅਸੀਂ ਗਏ ਕੈਪਟਨ ਅਮਰਿੰਦਰ ਸਿੰਘ ਕੋ ਉਹ ਸਾਡੀ ਪਾਰਟੀ ਦੇ ਸੀ ਜੀ 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 ਮੈਂ ਤੇ ਟੋੜਾ ਸਾਹਿਬ ਡੇਢ ਘੰਟਾ ਅਸੀਂ ਉਹਦੇ ਘਰੇ ਬੈਠੇ ਰਹੇ ਅਸੀਂ ਉਹਦੇ ਬੜੇ ਮਿੰਤਾ ਕੀਤੇ ਆ ਵੀ ਤੂੰ ਚੋਣ ਲੜ ਉਹ ਕਹਿੰਦਾ ਮੈਂ ਚੋਣ ਨਹੀਂ ਲੜਨੀ ਪਾਰਲੀਮੈਂਟ ਦੀ ਵੀ ਤੁਸੀਂ ਚੰਦੂ ਮਾਜਰਾ ਜੀ ਨੂੰ ਲੜਾਓ ਮੈਂ ਲੜੂੰਗਾ ਚੋਣ ਮੈਂ ਬੈਠੂੰਗਾ ਇੱਥੇ ਜਿਉਂ ਲੱਗਿਆ ਕਰਨ ਅਸੀਂ ਕਹਿੰਦੇ ਵੀ ਤੁਸੀਂ ਲੜਦੇ ਨਹੀਂ ਤੂੰ ਮੈਨੂੰ ਮੈਂ ਕੀ ਲੜਾਉਂਗਾ ਮੈਂ ਕਿਹਾ ਵੀ ਤੁਸੀਂ ਕਿਉਂ ਨਹੀਂ ਲੜਦੇ ਕਹਿੰਦਾ ਵੀ ਮੈਂ ਨਹੀਂ ਲੜਨੀ ਤੁਸੀਂ ਮੈਨੂੰ ਪੰਜਾਬ ਤੋਂ ਕੱਢਣਾ ਚਾਹੁੰਦੇ ਹੋ ਹਾਂਜੀ ਤੇ ਮੈਂ ਕਿਹਾ ਵੀ ਮੈਂ ਤਾਂ ਦਿੱਲੀ ਕਦੇ ਸੋਚਿਆ ਵੀ ਨਹੀਂ ਵੀ ਮੈਨੂੰ ਤਾਂ ਪਤਾ ਵੀ ਨਹੀਂ ਵੀ ਤੁਹਾਨੂੰ ਹੁਣ ਸਾਰੀ ਪਾਰਟੀ ਕਹਿੰਦੀ ਆ ਖੈਰ ਦਿਓ ਮੰਨਿਆ ਨਹੀਂ ਤੇ ਉਤੋਂ ਪਹਿਲਾਂ ਟੌੜਾ ਸਾਹਿਬ ਮਤਲਬ ਕੈਪਟਨ ਕਮਲਜੀਤ ਹੁੰਦਾ ਸੀ ਉਹਨੂੰ ਵੀ ਕਿਹਾ ਉਹ ਲੱਗਿਆ ਕਿ ਨਹੀਂ 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 ਜੀ ਮੈਨੂੰ ਕਿਥੇ ਮੈਚ ਟੂਰਨ ਕਿਥੇ ਜੀ ਮੈਂ ਟੂਰਨ ਕੀ ਮੈਚ ਅੜਦਾ ਹਾਂ ਹੋਰ ਵੀ ਦੋ ਤਿੰਨ ਬੰਦਿਆਂ ਨੂੰ ਸੋਚਿਆ ਸੀ ਤੇ ਜਦੋਂ ਅਸੀਂ ਬਾਹਰ ਨਿਕਲੇ ਤਾਂ ਗੱਡੀ 'ਚ ਬੈਠ ਗਏ ਟੌੜਾ ਸਾਹਿਬ ਮੈਨੂੰ ਕਹਿੰਦੇ ਆ ਗੱਲ ਸੁਣ ਕਾਦੂ ਐਵੇਂ ਜਲੀਲ ਕਰਾਈ ਜਾਣਾ ਤੂੰ ਹੀ ਲੜ ਦੇਖੀ ਜਾਊਗੀ ਮੈਂ ਕਿਹਾ ਜੀ ਮੈਂ ਕਿਥੇ ਲੜਨੀ ਆ ਮੈਂ ਥੋੜਾ ਹੈਰਾਨ ਹੋਇਆ ਤੇ ਮੈਨੂੰ ਕਹਿੰਦੇ ਨਹੀਂ ਹੁਣ ਤਾਂ ਲੜਨੀ ਪੈਣੀ ਆ ਆਪਾਂ ਨਾਂ ਦੇਣਾ ਤੇ ਆਪਾਂ ਬੇਇੱਜ਼ਤੀ ਵੜੀਆ ਵੀ ਆਪਾਂ ਜਨਾ ਨਾ ਦਿੱਤਾ ਜੀ ਜੀ ਕੱਲ ਨੂੰ ਲਿਸਟ ਡਿਕਲੇਅਰ ਕਰਨੀ ਆ ਜੀ ਲਓ ਉੱਥੇ ਗੱਡੀ 'ਚ ਬੈਠ ਕੇ ਅਸੀਂ ਸਰਗਠਾ ਹੋ ਸਾਗੇ ਤੇ ਮੈਨੂੰ ਕਹਿੰਦੇ ਤੂੰ ਨਾ ਨਹੀਂ ਕਰਨੀ ਵੀ ਤੈਨੂੰ ਲੜਨੀ ਪੈਣੀ ਆ ਹੂੰ ਤੇ ਉੱਥੇ ਬਾਲ ਸਾਹਬ ਨੂੰ ਟੈਲੀਫੋਨ ਕੀਤਾ ਵੀ ਸਾਡਾ ਮੇਰਾ ਕਰਤਾ ਮਤਲਬ ਐਂ ਪਾਰਲੀਮੈਂਟ 'ਚ ਜਿਹੜਾ ਗਿਆਨੀ ਜੈਲ ਸਿੰਘ ਦਾ ਸੈਕਟਰੀ ਰਿਹਾ ਲੰਮਾ ਟਾਈਮ ਹੂੰ ਸਿੰਘਲਾ ਸਾਹਿਬ ਜੀ ਉਹ ਮੁਕਾਬਲੇ ਦੇ ਵਿੱਚ ਸੀ ਤੇ ਲਗਾਤਾਰ ਕਾਂਗਰਸ ਜਿੱਤਦੀ ਸੀ ਪਟਿਆਲਾ ਸੀ ਜੀ 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 ਲਗਾਤਾਰ ਹੀ ਇੱਕ ਵਾਰੀ ਸਿਰਫ ਇੱਕ ਵਾਰੀ ਟੌੜਾ ਸਾਹਿਬ ਜਿੱਤੇ ਸੀ ਉਹ ਵੀ ਐਮਰਜੈਂਸੀ ਤੋਂ ਬਾਅਦ ਜਿਹੜੀ ਲਹਿਰ ਸੀ ਜਨਤਾ ਲਹਿਰ ਉਹਦੇ ਵਿੱਚ ਜੀ ਨਹੀਂ ਤਾਂ ਮਤਲਬ ਕੋਈ ਹੋਰ ਜਿੱਤਿਆ ਨਹੀਂ ਸੀ ਗੱਲ ਹੀ ਤੇ ਬਸ ਮੈਨੂੰ ਵੀ ਸੀ ਵੀ ਇਹ ਜਿੱਤੀ ਤਾਂ ਜਾਣੀ ਨਹੀਂ ਪਰ ਆਪਣੇ ਅਮਲਾ ਫੈਲਾ ਇੰਨਾ ਸੀ ਸਾਰੀ ਜਨਤਾ ਟੁੱਟ ਕੇ ਪੈ ਗਈ ਤੇ ਤਕਰੀਬਨ ਆਪਾਂ 50000 ਦੇ ਨੇੜੇ 50000 ਤੋਂ ਉੱਤੇ ਹੀ ਹੋਇਆ 51-55000 ਤੇ ਜਿੱਤੀ ਹੋ। ਅੱਛਾ ਪਹਿਲੀ ਦੀ ਪਾਰਲੀਮੈਂਟ ਗਏ ਤੇ ਦੂਜੀ ਵਾਰੀ ਕੈਪਟਨ ਮਰੀਂਦਰ ਸਿੰਘ ਕਾਂਗਰਸ ਚ ਲਿਆ ਗਿਆ। ਹੂੰ ਤੇ ਉਹਦੇ ਨਾਲ ਪੈ ਗਿਆ ਪੇਚਾ। ਹਾਂਜੀ ਤੇ ਫੇਰ ਤੁਹਾਨੂੰ ਪਤਾ ਹੀ ਹੈ ਵੀ ਉੱਥੇ ਕਹਿੰਦੇ ਜੀ ਰਾਜਾ ਸਾਹਿਬ ਆ ਜੀ ਫਲਾਣਾ ਜੀ ਇਹ ਆਵਾਜ਼ ਹੀ ਤੇ ਉਹਨੂੰ ਵੀ ਫੇਰ ਆਪਾਂ 33000 ਵੋਟਾਂ ਨਾਲ ਹਰਾਇਆ ਫੋੜਿਆਲੇ ਤੋਂ। ਫਰਾਂ ਕੋਈ ਛੌਂਕ ਚ ਨਹੀਂ ਮਾ ਇਹ ਵੀ ਮਜੂਰੀ ਚ ਗਾਂ ਤੇ ਗਾਂ ਕੰਮ ਬਣਿਆ ਹਾਂਜੀ ਫਿਰ ਬਾਦ ਦੇ ਵਿੱਚ ਦੇਖੋ ਆ ਹੁਣ ਇੱਥੇ ਮੁਕਾਬਲਾ ਵੀ ਕੁਦਰਤੀ ਅੰਬਿਕਾ ਸੋਨੀ ਹਾਂਜੀ ਸੋਨੀਆ ਗਾਂਧੀ ਸੀ ਸਭ ਤੋਂ ਨੇੜੇ ਦੀ ਸੇਹਲੀ ਸੀ ਸਭ ਤੋਂ ਤਕੜੀ ਲੀਡਰ ਸੀ ਜੀ ਫਿਰ ਇਹਦੇ ਨਾਲ ਪੈ ਗਿਆ ਪੇਚਾ ਹੂੰ ਫਿਰ ਇਹ ਵੀ ਪਰਵਾਤਵਾਨ ਅੱਛਾ ਪਹਿਲਾਂ ਪਾਰਲੀਮੈਂਟ ਜਾਂਦੇ ਅੱਛਾ ਜਤਨ ਤੋਂ ਪਹਿਲਾਂ ਵੇਸੀ ਕਦੇ ਗਏ ਸੀ ਸੈਸ਼ਨ ਵੇਖਣ ਪਾਰਲੀਮੈਂਟ ਹਾਂ ਕਿਹਦੇ ਨਾਲ ਇੱਕ ਦੋ ਵਾਰੀ ਆਪਣੇ ਤੌਰ ਤੇ ਕਾਲਜ ਲੈਵਲ ਤੇ ਜਦੋਂ ਅਸੀਂ ਉਦੋਂ ਵੀ ਇੱਕ ਵਾਰੀ ਗਏ ਜਾਂਦੇ ਰਹਿੰਦੇ ਹਾਂ ਉਦੋਂ ਵੀ ਗਏ ਸੀ ਉਦੋਂ ਗਿਆ ਸੀ ਤੇ 77 ਦੇ ਵਿੱਚ ਵੀ ਜਦੋਂ ਟੌੜਾ ਸਾਹਿਬ ਐਮਪੀ ਬਣੇ ਸੀ ਉਦੋਂ ਵੀ ਅਸੀਂ ਗਏ ਸੀ ਟੌੜਾ ਸਾਹਿਬ ਦਾ ਵਾਵਾ ਨੀੜਤਾ ਸੀ ਹਨਾ ਤੁਹਾਡੀ ਹਾਂ ਉਦੋਂ ਵੀ ਅਸੀਂ ਗਏ ਸੀ ਉਦੋਂ ਵੀ ਇੱਕ ਦੋ ਵਾਰੀ ਬੈਠ ਕੇ ਆ ਸੀ ਪਰ ਉਹ ਮਤਲਬ ਆਇਆ ਨਹੀਂ ਸੀ ਵੀ ਸੋਚਿਆ ਵੀ ਆਪਾਂ ਬੈਠੇ ਐਮਪੀ ਬਣਾਂਗੇ ਸਾਨੂੰ ਦੇ ਖਿਆਲ ਅੱਛਾ ਪਰ ਜਦੋਂ ਪਹਿਲੀ ਦੀ ਮੌਕਾ ਮਿਲਿਆ ਪਹਿਲੀ ਦੀ ਜਦੋਂ ਮੌਕਾ ਮਿਲਿਆ ਕਿਹੜੇ ਇਸ਼ੂ ਤੇ ਕਿਹੜਾ ਇਸ਼ੂ ਅਡਰੈਸ ਕੀਤਾ ਤੁਸੀਂ ਯਾਦ ਆ ਕਿੱਥੇ ਪਾਰਲੀਮੈਂਟ ਪਾਰਲੀਮੈਂਟ ਦੇ ਵਿੱਚ ਤਾਂ ਕਿਸਾਨਾਂ ਦਾ ਇਸ਼ੂ ਸੀ ਸਭ ਤੋਂ ਪਹਿਲੀ ਗੱਲ ਤਾਂ ਉੱਥੇ ਨਾ ਕੁਦਰਤੀ ਪਹਿਲੀ ਵਾਰੀ ਜਦ ਤੁਸੀਂ ਯਾਦ ਕਰਾਤਾ ਹੁਣ ਮੇਰੇ ਉਦੋਂ ਨਾ ਮਤਲਬ ਕੋਲੇ ਦੀ ਘਾਟ ਪੈ ਗਈ ਸੀ ਅੱਛਾ ਜੀ ਮਤਲਬ ਥਰਮਲ ਪਲੈਂਟ ਬੰਦ ਹੋਣ ਲੱਗੇ ਸੀ ਹੂੰ ਤੇ ਬਾਜਪੀ ਸਾਹਿਬ ਜਦੋਂ 13 ਦਿਨ ਲਈ ਪ੍ਰਧਾਨ ਮੰਤਰੀ ਬਣਿਆ ਤੁਸੀਂ ਯਾਦ ਕਰਾਤਾ ਜੀ ਤੇ ਥਰਮਲ ਪਲੈਂਟ ਮੈਨੂੰ ਨਾ ਚੱਠਾ ਸਾਹਿਬ ਹੁੰਦੇ ਸੀ ਉਦੋਂ ਉਜੀ ਸੀ ਚਠਾ ਜੀ ਸੈਕਟਰੀ ਪਾਵਰ ਤੇ ਉਹ ਮੈਨੂੰ ਉਹਦਾ ਟੈਲੀਫੋਨ ਆਇਆ ਕਹਿੰਦਾ ਯਾਰ ਤੁਸੀਂ ਉੱਥੇ ਮਾੜੀ ਮੋਟੀ ਗੱਲ ਕਰੋ ਵੀ ਇਹ ਤੱਕ ਜੇ ਥਰਮਲ ਪਲੈਂਟ ਬੰਦ ਹੋ ਗਏ ਕੰਮ ਬੜਾ ਖਰਾਬ ਹੋ ਜਾਣਾ ਬਾਜਪਾਈ ਸਾਹਿਬ ਉਧਰੋਂ ਆ ਰਹੇ ਸੀ ਇਧਰੋਂ ਮੈਂ ਜਾ ਰਹਾ ਸੀ ਮੈਂ ਜੀ ਸਾਡੇ ਤਾਂ ਥਰਮਲ ਪਲੈਂਟ ਬੰਦ ਹੋ ਜਾਣੇ ਆ ਕਹਿੰਦਾ ਮੈਂ ਕੀ ਕਰੂੰ ਮੈਂ ਜੀ ਤੁਸੀਂ ਕਹੋ ਹੈ ਜੀ ਕਿ ਰੇਲ ਨਹੀਂ ਰੇਲਾ ਨਹੀਂ ਮਿਲ ਰਹੀਆਂ ਸਾਡੇ ਐਡਾ ਗ੍ਰੇਟ ਮੈਂ ਸੀ ਦੇਖ ਲਓ ਵੀ ਬਾਹਰ ਨਿਕਲੇ ਫੇਰ ਅੰਦਰ ਜਾ ਕੇ ਉਹਨੇ ਆਪਣੇ ਸੈਕਟਰੀ ਨੂੰ ਕਿਹਾ ਵੀ ਕਰੋ ਟੈਲੀਫੋਨ ਹੂੰ ਤੇ ਫੇਰ ਅਸੀਂ ਰੇਲਾਂ ਤੋਰੀਆਂ ਤਾਂ ਤੇ ਨਹੀਂ ਥਰਮੋਪਲੈਂਟ ਉਹ ਤੋਂ ਜੂਨ ਦਾ ਮਹੀਨਾ ਸੀ ਜੇ ਕਿਤੇ ਬੰਦ ਹੋ ਜਾਂਦਾ ਝੋਨੇ ਲੱਗਣ ਲੱਗੇ ਸੀ ਹੂੰ ਤੇ ਕਾਫੀ ਨੁਕਸਾਨ ਹੋਣਾ ਸੀ ਹੂੰ ਪਰ ਸਭ ਤੋਂ ਪਹਿਲਾਂ ਕੰਮ ਆ ਜੇ ਕਰਾ ਸੀ ਮੈਨੂੰ ਹੁਣ ਵੀ ਯਾਦ ਆ ਦੂਜਾ ਕੰਮ ਕਰਾਇਆ ਸੀ ਫਿਰ ਜਦੋਂ ਅਮਰਿੰਦਰ ਸਿੰਘ ਨੂੰ ਹਰਾ ਕੇ ਮੈਂ ਗਿਆ ਮੈਂ ਵਾਦਾ ਕਰਕੇ ਗਿਆ ਸੀ ਵੀ ਜੇ ਮੈਨੂੰ ਭੇਜ ਦੋਗੇ ਨਾ ਉਦੋਂ ਕਣਕ ਦੇ ਭਾਅ ਬੜੇ ਘੱਟ ਮਿਲੇ ਸੀ ਮੈਂ ਕਿਹਾ ਤੁਹਾਨੂੰ ਬੋਨਸ ਦਵਾ ਕੇ ਲਿਆਉਂਗਾ ਮੈਨੂੰ ਪਤਾ ਲੱਗਿਆ ਕਿਵੇਂ ਦਵਾਈਦਾ ਉੱਥੇ ਲੋਕਾਂ ਨੂੰ ਜਿਤਾਤਾ ਤੇ ਮੈਂ ਸਭ ਤੋਂ ਪਹਿਲਾਂ ਉੱਥੇ ਟਰਮਿੰਦਰ ਜੀ ਆਰਵਸੀਰ ਤੇ ਬੜਾ ਵਧੀਆ ਮਿੱਤਰ ਸੀ ਮੇਰਾ ਫੂਡ ਸਪਲਾਈ ਮੰਤਰੀ ਤੇ ਅਸੀਂ ਰੌਲਾ ਪਾ ਕੇ ਨਾ ਫਿਰ 55 ਰੁਪਏ ਕਵਾਂਟਲ ਪੀਚੇ ਉਦੋਂ ਬੋਨਸ ਤੋਂ ਆਇਆ ਸੀ ਕਣਕ ਦਾ ਅੱਛਾ ਚੰਦੂ ਮਾਜਰਾ ਦੇ ਮਿੱਤਰ ਕਿਹੜੇ ਕਿਹੜੇ ਆ ਪਾਰਲੀਮੈਂਟ ਦੇ ਵਿੱਚ ਜਿਹੜੇ ਵਧੀਆ ਲੱਗਦੇ ਆ ਤੁਹਾਨੂੰ ਨਹੀਂ ਮਿੱਤਰ ਤਾਂ ਦੇਖੋ ਜੋ ਪ੍ਰਭਾਵਿਤ ਕਰਦੇ ਰਹੇ ਸਾਡੇ ਮਿੱਤਰ ਤਾਂ ਸਾਰੇ ਕੌਣ ਕੌਣ ਕਰਦਾ ਪ੍ਰਭਾਵਿਤ ਕੌਣ ਕਰਦਾ ਤੁਹਾਨੂੰ ਨਹੀਂ ਮਲ ਇੱਕ ਦੂਜੇ ਨਾਲ ਜਿੰਨੇ ਹੈ ਉਥੇ ਕੋਈ ਇੱਕ ਨੂੰ ਤਾਂ ਮੈਂ ਕਹਿ ਨਹੀਂ ਸਕਦਾ ਵੀ ਇਹ ਨਹੀਂ ਮੇਰਾ ਖਾਸ ਆਏ ਨਹੀਂ ਆਏ ਨਹੀਂ ਨਹੀਂ ਖਾਸਲੇ ਕੀ ਦੱਸੂ ਖਾਸ ਮਿੱਤਰ ਦੇਖੋ ਮੇਰਾ ਵਾ ਹੂੰ ਮੇਰਾ ਬਾਅਦ ਦੇਖੋ ਜੇ ਪ੍ਰਾਈਮ ਮਿਨਿਸਟਰ ਜਿਨੇ ਬਏ ਨੇੜੇ ਜਿਵੇਂ ਹੁਣ ਆਪਾਂ ਬੈਠੇ ਆਂ ਪਹਿਲ ਬਾਜਪਾਈ ਸਾਹਿਬ ਨਾਲ ਵੀ ਚੰਦਰ ਸੇਖਰ ਦਾ ਮੇਰੇ ਘਰੇ ਵੀ ਮੇਰਾ ਚੰਦਰ ਸੇਖਰ ਜੀ ਦਾ ਤਿੰਨ ਚਾਰ ਵਾਰੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਬਾਅਦ ਵੀ ਆਏ ਹੋਣੇ ਵੀ ਪੀ ਸਿੰਘ ਮੇਰੇ ਘਰੇ ਆਏ ਉਹਨਾਂ ਨਾਲ ਵੀ ਮੇਰੀ ਬਹੁਤ ਦੋਸਤੀ ਸੀ ਮੰਤਰੀਆਂ ਚੋਂ ਜਾਂ ਹੋਰ ਜਿਹੜੇ ਸਮਕਾਲੀ ਸੀਗੇ ਬੋਦੀ ਸਾਹਿਬ ਹੋ ਗਏ ਮੇਰਾ ਖਿਆਲ ਵੀ ਕਮ ਸੇ ਕਮ ਗੁਜਰਾਲ ਸਾਹਿਬ ਗੁਜਰਾਲ ਸਾਹਿਬ ਨਾਲ ਮੇਰਾ ਬਹੁਤ ਪਿਆਰ ਸੀ ਜੀ ਸਮਝੋ ਮੈਂ ਬਾਜਪੀ ਸੇ ਹੋ ਗਏ ਡਾਕਟਰ ਮਰਮੋਣ ਸਿੰਘ ਹੋਣਾ ਹੱਦ ਵੀ ਬਹੁਤ ਮੇਰੀ ਰਿਸਪੈਕਟ ਕਰਦੇ ਆ ਜੀ ਮੈਂ ਬਾਜਪੀ ਸੇ ਹੋ ਗਏ ਡਾਕਟਰ ਮਰਮੋਣ ਸਿੰਘ ਹੋ ਗਏ ਚੰਦਰ ਸਿੰਘ ਜੀ ਹੋ ਗਏ ਵੀ ਪੀ ਸਿੰਘ ਜੀ ਹੋ ਗਏ ਅਸੀਂ ਗੁਜਰਾਲ ਸਾਹਿਬ ਹੋ ਗਏ ਮੇਰਾ ਖਿਆਲ ਹੈ 6-7 ਪ੍ਰਾਈਮ ਮਿਨਿਸਟਰ ਜਿਹੜੇ ਉਹਨਾਂ ਨਾਲ ਮੇਰਾ ਸਿੱਧਾ ਜਿਵੇਂ ਆਪਾਂ ਬੈਠੇ ਆ ਜਿਆਦਾ ਜਿਵੇਂ ਹੁਣ ਆਪਾਂ ਕਹਿ ਦਈਏ ਵੀ ਜਿਵੇਂ ਜਿਆਦਾ ਯਾਰੀ ਦੋਸਤੀ ਕਿਹਦੇ ਨਾਲ ਸੀ ਕੋਈ ਇੱਕ ਹੁੰਦਾ ਨਾ ਫਰੈਂਡ ਸਰਕਲ ਜਿਵੇਂ ਮੈਂ ਰਵਨੀਤ ਬਿੱਟੂ ਹਰਾਂ ਕੋਲੇ ਬੈਠਾ ਰਵਨੀਤ ਬਿੱਟੂ ਹਰਾਂ ਦੀ ਸੀਐਮ ਸਾਹਿਬ ਨਾਲ ਵੀ ਮਤਲਬ ਬੜੀ ਯਾਰੀ ਦੋਸਤੀ ਜਾਂ ਜਿਵੇਂ ਔਜਲਾ ਸਾਹਿਬ ਇਹ ਤਿੰਨੇ ਇਕੱਠੇ ਹੀ ਜਿਆਦਾ ਹੁੰਦੇ ਆ ਮਤਲਬ ਥੋੜੀ ਯਾਰੀ ਕਿਹਦੇ ਨਾਲ ਸੀ ਪਾਰਟੀ 'ਚ ਵੀ ਤੇ ਪਾਰਟੀ ਤੋਂ ਬਾਹਰ ਵੀ ਪਾਰਲੀਮੈਂਟ 'ਚ ਕਿਹਦੇ ਨਾਲ ਯਾਰੀ ਸੀ ਨਹੀਂ ਮੇਰਾ ਸੁਹਾ ਅਸਲ 'ਚ ਹੁਣ ਵੀ ਤੁਸੀਂ ਕਿਸੇ ਥਾਂ ਤੇ ਕਰ ਲਓ ਵੀ ਇਹ ਹਰੇਕ ਨਾ ਇਹਦੀ ਦੋਸਤੀ ਆ ਹਰ ਇੱਕ ਨਾ ਤੁਸੀਂ ਮੈਂ ਸਮਝ ਗਿਆ ਕੋਈ ਝੂਟੀ ਦਾ ਹੁੰਦਾ ਨਾ ਜਿਵੇਂ ਹੁਣ ਮੰਨ ਕੇ ਚੱਲੋ ਹੁਣ ਕਿਸੇ ਇੱਕ ਨਾਲ ਮੈਂ ਤੁਹਾਨੂੰ ਬੜੀ ਸਾਫ਼ ਕਹਾਂ ਨਾ ਮੇਰੇ ਬਾਰੇ ਲੋਕਾਂ ਦਾ ਇੱਕ ਪਰਸੈਪਸ਼ਨ ਵੀ ਇਹੀ ਬਣੀ ਪਈ ਆ ਵੀ ਇਹ ਬਾਦਲ ਸਾਹਿਬ ਵੀ ਨਾ ਜਦੋਂ ਕੋਈ ਕੰਮ ਨਹੀਂ ਸੀ ਹੁੰਦਾ ਤਾਂ ਮੈਨੂੰ ਆ ਹੁਣ ਟ੍ਰਾਈਡੈਂਟਾ ਦਾ ਮਸਲਾ ਪੈ ਗਿਆ ਸੀ ਜੀ ਜੀ ਜਦੋਂ ਨਾ ਕੈਪਟਨ ਬ੍ਰਿੰਦਰ ਸਿੰਘ ਨੇ ਗੋਲੀਆਂ ਮਾਰ ਕੇ ਬੰਦੇ ਮਰਾਤੇ ਸੀ ਆਪਣੀ ਸਰਕਾਰ 'ਚ ਟ੍ਰਾਈਡੈਂਟਾ ਨਾਲ ਰੌਲਾ ਪੈ ਗਿਆ ਕਿਸਾਨ ਯੂਨੀਅਨ ਦਾ ਸਾਡੀ ਸਰਕਾਰ ਆ ਗਈ ਇਹਨਾਂ ਨੇ ਫੇਰ ਐਜੀਟੇਸ਼ਨ ਸ਼ੁਰੂ ਕਰ ਦਿੱਤੀ ਤੇ ਬਾਲ ਸਾਹ ਨੇ ਸਪੈਸ਼ਲ ਮੈਨੂੰ ਬੁਲਾ ਕੇ ਵੀ ਤੁਸੀਂ ਇਹ ਹੱਲ ਕਰਾਉਣਾ ਤੇ ਮੈਂ ਹੱਲ ਕਰਾਇਆ ਸੀ ਨਹੀਂ ਮੇਰੇ ਫੇਰ ਕਿਸਾਨਾਂ ਨਾਲ ਜੋ ਸੁੰਡੀ ਦਾ ਰੌਲਾ ਸੀ ਉਦੋਂ ਰੌਲਾ ਪਿਆ ਕਿਸਾਨ ਯੂਨੀਅਨ ਨਾਲ ਉਦੋਂ ਵੀ ਮੈਂ ਹੱਲ ਕਰਾਇਆ ਸੀ ਸੋ ਮੇਰੇ ਬਾਰੇ ਆਮ ਬਣਿਆ ਵਾ ਵੀ ਇਹ ਹਰ ਇੱਕ ਨਾਲ ਦੋਸਤੀ ਬਣਾ ਲੈਂਦੇ ਨੇ ਹਰ ਇੱਕ ਜਿਹੜੇ ਮਸਲਾ ਨਹੀਂ ਹਲ ਹੁੰਦਾ ਉਹ ਵੀ ਹੱਲ ਕਰਾ ਲੈਂਦੇ ਨੇ ਇਹ ਮੈਂ ਹੁਣੇ ਨਹੀਂ ਕਹਿ ਸਕਦਾ ਵੀ ਕਿਸੇ ਇੱਕ ਨਾਲ ਵੀ ਜਿਆਦਾ ਹੋਵੇ ਦੂਜੇ ਨਾਲ ਘੱਟ ਹੋਵੇ ਅਸਲ ਐ ਨਾ ਪੁਰਾਣੇ ਕਾਮਰੇਡੋਂ ਸਾਥੀ ਸਾਥੀ ਹੁੰਦੇ ਆ ਨਾ ਸਾਰਿਆਂ ਨੂੰ ਸਾਥੀ ਪੜਾ ਨਹੀਂ ਸਾਥੀ ਉਸ ਤਰ੍ਹਾਂ ਦੇ ਕਾਮਰੇਡ ਨਹੀਂ ਜਿੰਨਾ ਨਹੀਂ ਮਜ਼ਾਕ ਕਰ ਰਿਹਾ ਨਹੀਂ ਨਹੀਂ ਮੈਂ ਮਜ਼ਾਕ ਕਰ ਰਿਹਾ ਤੁਹਾਡੇ ਨਾਲ ਸਾਡੇ ਤਾਂ ਅਸੀਂ ਤਾਂ ਜੋ ਸਮਰਪਤ ਹੈ ਨਾ ਜੀ 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 ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਿਚਾਰਧਾਰਾ ਨੂੰ ਜੀ 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 ਉਹ ਹਰੇਕ ਨਹੀਂ ਹੋ ਸਕਦਾ ਅਸੀਂ ਇਸ ਵਿਚਾਰਧਾਰਾ ਤੇ ਚੱਲ ਕੇ ਆਪਣਾ ਜੀਵਨ ਪਰਿਵਾਰ ਨੇ ਵੀ ਬੱਚਿਆਂ ਨੇ ਵੀ ਮਾਲਾ ਪੂਰੀ ਤਰ੍ਹਾਂ ਨਿਭਾ ਕੇ ਦਿਖਾਇਆ ਵਾ ਅੱਛਾ ਚੰਦੂ ਮજરા ਸਾਹਿਬ ਜਿਵੇਂ ਕੋਈ ਨਾ ਚੂਟੀਦਾਰ ਹੁੰਦਾ ਜਿਵੇਂ ਹੁਣ ਦਫ਼ਤਰ 'ਚ ਮੈਂ ਅੱਛਾ ਇਸੇ ਵਿਚਾਰਧਾਰਾ ਕਰਕੇ ਤੁਹਾਨੂੰ ਹੋਣਾ ਹਾਂਜੀ ਇਹ ਜਿਹੜੀ ਵਿਚਾਰਧਾਰਾ ਹੁੰਦੀ ਹੈ ਨਾ ਇਹਦਾ ਅਸਰ ਹੁੰਦਾ ਹੂੰ ਤਤ ਨਵ ਆਜ਼ਾਦੀ ਤੋਂ ਬਾਅਦ ਅੱਜ ਤੱਕ ਕਿਸੇ ਮੈਂਬਰ ਪਾਰਲੀਮੈਂਟ ਨੇ ਨਹੀਂ ਸੋਚਿਆ ਵੀ ਸਾਬਜਾਦਨ ਦੀ ਸ਼ਹਾਦਤ ਨੂੰ ਸਤਿਕਾਰ ਭੇਟ ਕੀਤਾ ਜਾਵੇ ਪਾਰਲੀਮੈਂਟ ਦੇ ਵਿੱਚ ਜੀ ਕਈ ਰੌਲੇ ਪਾਉਂਦੇ ਨੇ ਜੀ ਵੀ ਅਸੀਂ ਪਹਿਲਾਂ ਕੀਤਾ ਅੱਜ ਤੱਕ ਰਿਕਾਰਡ ਦੀ ਗੱਲ ਆ ਮਾਲ 27 ਦਸੰਬਰ 2017 ਨੂੰ ਆਜ਼ਾਦ ਭਾਰ ਦੇ ਵਿੱਚ ਪਹਿਲੀ ਵਾਰੀ ਸਾਬਜਾਦਨ ਦੀ ਸ਼ਹਾਦਤ ਤੇ ਸਤਿਕਾਰ ਭੇਟ ਕੀਤਾ ਸ਼ਰਧਾਂਜਲੀ ਦਿੱਤੀ ਤਾਂ ਮੈਂ ਸਭ ਤੋਂ ਪਹਿਲਾਂ ਤੇ ਮੇਰੇ ਮਤੇ ਤੇ ਖੜਗੇ ਸਾਹਿਬ ਲੀਡਰ ਆਫ ਦੀ اپੋਜੀਸ਼ਨ ਉਹਨੇ ਕਿਹਾ ਵੀ ਚੰਦੂ ਮਾਜਰਾ ਜੀ ਨੇ ਜੋ ਮਤਾ ਲਿਆਂਦਾ ਮੈਂ ਇਹਦੇ ਨਾਲ ਸਹਿਮਤ ਆ ਜੀ ਦੇਸ਼ ਦਾ ਜਿਹੜੀ ਪਾਰਲੀਮੈਂਟ ਅਫੇਅਰ ਮੰਤਰੀ ਸੀ ਪਾਰਲੀਮੈਂਟ 'ਚ ਖੜ ਕੇ ਉਹਨੇ ਕਿਹਾ ਵੀ ਚੰਦੂ ਮਾਜਰਾ ਜੀ ਵੱਲੋਂ ਸਰਜਾਦ ਲਈ ਜਿਹੜਾ ਮਤਾ ਸਹਿਬ ਜੀ ਦੇਦਾ ਇਹਦੇ ਨਾਲ ਸਰਕਾਰ ਸਹਿਮਤ ਆ ਤੇ ਸਰਕਾਰ ਵੱਲੋਂ ਇਸ ਮਤੇ ਨੂੰ ਮਤਲਬ ਪ੍ਰਵਾਨ ਕੀਤਾ ਜਾਂਦਾ ਅਚਾ ਮੇਰਾ ਸਵਾਲ ਜੀ ਮੇਰਾ ਮੇਰਾ ਸਵਾਲ ਇਹ ਸੀਗਾ ਚੰਦੂ ਮਾਜਰਾ ਸਾਹਿਬ ਜਿਵੇਂ ਕੋਈ ਜੂਟੀਦਾਰ ਹੁੰਦਾ ਜਿਵੇਂ ਹੁਣ ਮੈਂ ਦਫ਼ਤਰ 'ਚ ਕੋਈ ਜਿਵੇਂ ਹੁਣ ਮੈਂ ਕੰਮ ਕਰਦਾ ਇੱਥੇ ਹਨਾ ਕੋਈ ਕਹੂਗਾ ਵੀ ਜੇ ਸਿਮਰ ਨੇ ਫੋਨ ਨਹੀਂ ਚੱਕਿਆ ਫਲਾਣੇ ਬੰਦੇ ਨੂੰ ਲਾਓ ਉਹਦੇ ਨਾਲ ਹੋਊਗਾ ਜਾਂ ਉਹਨੂੰ ਪਤਾ ਹੋਊਗਾ ਕਿੱਥੇ ਆ। ਥੋੜਾ ਵੀ ਕੋਈ ਝੂਟੀਦਾਰ ਤਾਂ ਹੋਊਗਾ ਸਿਆਸਤ 'ਚ ਯਾਰ ਦੋਸਤ ਪੱਕਾ। ਨਹੀਂ ਐ ਤਾਂ ਇਸ ਤਰ੍ਹਾਂ ਦੇ ਤਾਂ ਨਹੀਂ ਗੱਲ ਹੁੰਦਾ ਵੀ ਪੱਕਾ ਜਿਹੜਾ ਪੱਕਾ ਆੜੀ ਆ ਕੋਈ ਇੱਕ ਅੱਧਾ ਹੁੰਦਾ ਜਿਹਦੇ ਨਾਲ ਬਹਿ ਕੇ ਗੱਲਾਂ ਬੰਦਾ ਸਾਂਝੀਆਂ ਕਰਦਾ ਕੋਈ ਦੋਸਤ ਹੁੰਦਾ ਘਾਸੋ। ਮੈਂ ਤੁਹਾਨੂੰ ਗੱਲ ਕਹਤੀ ਵੀ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਜੇ ਕੋਈ ਕਹੇ ਨਾ ਵੀ ਲੈ ਵੀ ਫਲਾਣੀ ਬੰਦਾ ਜੀ ਉਹ ਤੋਂ ਬਿਨਾ ਨਹੀਂ ਇਹ ਹਿੱਲਦਾ ਐ ਨਹੀਂ ਕਰੇ ਮੇਰੀ ਪ੍ਰੋਸੈਸ਼ਨ ਹੋਏਗੀ। ਮੇਰੀ ਪ੍ਰੋਸੈਸ਼ਨ ਨੇ ਆ ਵੀ ਇਹ ਹਰ ਇੱਕ ਨਾਲ ਬਣਾ ਲੈਂਦੇ ਨੇ ਕੋਈ ਖਾਸ ਦੋਸਤ ਬਣਾ ਹੀ ਨਹੀਂ ਜ਼ਿੰਦਗੀ 'ਚ ਨਹੀਂ 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 ਮੇਰਾ ਹੁਣ ਆਇਆ ਇਹ ਸਵਾਲ ਆ ਹੁਣ ਕੋਈ ਖਾਸ ਦੋਸਤ ਬਣਾ ਹੀ ਨਹੀਂ ਜ਼ਿੰਦਗੀ 'ਚ ਸਾਰੇ ਦੋਸਤ ਤੇ ਦੋਸਤਾਂ ਦੋਸਤ ਬਣਾਇਆ ਹੀ ਨਹੀਂ ਕੋਈ ਨਹੀਂ 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 ਕੋਈ ਖਾਸ ਹੁੰਦਾ ਨਾ ਕੋਈ ਖਾਸ ਹੁੰਦਾ ਇਸ ਗੱਲ ਤੇ ਮੇਰਾ ਖਿਆਲ ਹੈ ਲਕੀਰ ਨਹੀਂ ਖਿੱਚੀ ਜਾ ਸਕਦੀ ਅੱਛਾ ਜੀ ਹਾਂ ਤੇ ਆਪਾਂ ਜੇ ਕਹੀਏ ਇਹਦਾ ਡਿਪਲੋਮੇਸੀ ਕਰ ਰਹੇ ਹਾਂ ਇਹ ਹੀ ਆ ਹੋਰ ਕੋਈ ਦੋਸਤ ਨਹੀਂ ਨਹੀਂ ਤੁਸੀਂ ਡਿਪਲੋਮੇਸੀ ਕਰ ਰਹੇ ਹੋ ਇਹ ਹੁਣ ਮੈਂ ਤੁਹਾਨੂੰ ਕਹਿ ਦਿੰਦਾ ਮੇਰਾ ਦੋਸਤ ਤੁਸੀਂ ਠੀਕ ਹੈ ਜੀ ਤੇ ਅੱਛਾ ਚੰਦੂ ਮજરા ਸਾਹਿਬ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਤੁਸੀਂ ਉਹ ਦੌਰ ਵੀ ਵੇਖਿਆ ਕਾਲੀ ਦਲ ਦਾ ਜਦੋਂ ਐਡੀ ਵੱਡੀ ਲੀਡਰਸ਼ਿਪ ਸੀ ਤੁਸੀਂ ਐਮਰਜੈਂਸੀ ਦੇਖੀ ਹੈ ਇੱਕ ਕਾਲੀ ਦਲ ਦਾ ਆ ਦੌਰ ਆ ਜਿਵੇਂ ਡਾਊਨਫਾਲ ਆਇਆ ਹੋਇਆ ਕਾਲੀ ਦਲ ਦਾ ਸੋ ਪੀਰ ਸਿੰਘ ਬਾਦਲ ਦੀ ਇੱਕ ਵਾਈ ਕੀ ਹੋ ਜੀ ਦੇਖੋ ਹਰ ਟਾਈਮ ਨਾ ਜੀ ਧਰੇ ਵੀ ਦੌਰ ਚੰਗੇ ਵੀ ਆਉਂਦੇ ਆ ਮਾੜੇ ਵੀ ਆਉਂਦੇ ਆ ਇਹ ਅਕਾਲੀ ਦਲ ਚ ਜਿਹੜਾ ਅੱਜ ਦਾ ਦੌਰ ਆ ਇਹ ਕੋਈ ਨਵਾਂ ਨਹੀਂ ਅਕਾਲੀ ਦਲ ਦੇ ਵਿੱਚ ਮੈਂ ਆਪ ਅੱਖੀਂ ਦੇਖਾ ਗਵਾ ਮੈਂ ਇਹ ਜੇ ਦੌਰ ਵੀ ਆਏ ਪਹਿਲਾਂ ਅੱਜ ਨਹੀਂ ਕਹਿੰਦਾ ਪਹਿਲਾਂ ਤੇਰੇ ਮੈਂ ਆਪ ਦੇਖਿਆ ਮੈਂ ਮੀਟਿੰਗਾਂ ਦੇ ਵਿੱਚ ਰਿਹਾ ਵੀ ਜਦੋਂ ਬੁਲਾਉਣ ਤੇ ਬਾਰ ਬਾਰ ਬੁਲਾਉਣ ਤੇ ਵੀ 8 ਦੇ 10 ਤੋਂ ਵੱਧ ਬੰਦੇ ਇਕੱਠੇ ਨਹੀਂ ਸੀ ਹੁੰਦੇ ਅਸੀਂ ਉਹ ਦੌਰ ਵੀ ਦੇਖੇ ਆ ਮਤਲਬ ਐਸੀ ਗੱਲ ਨਹੀਂ ਵੀ ਅੱਜ ਦਾ ਜਿਹੜਾ ਦੌਰ ਆ ਵੀ ਇਹ ਨਵਾਂ ਦੌਰ ਆ ਵੈਸੇ ਤਾਂ ਹਰ ਪਾਰਟੀ 'ਚ ਉਤਾਰ ਚੜਾਉ ਹੁੰਦੇ ਰਹਿੰਦੇ ਆ ਅਕਾਲੀ ਦਲ ਵੀ ਇਹਨਾਂ ਉਤਾਰ ਚੜਾਵਾ ਦੇ ਵਿੱਚ ਪਹਿਲਾਂ ਵੀ ਲੰਘਦਾ ਰਿਹਾ ਹੁਣ ਵੀ ਲੰਘ ਰਿਹਾ ਤੇ ਕੁਦਰਤੀ ਤੌਰ ਤੇ ਹੁੰਦੀ ਆ ਜਦੋਂ ਕਈ ਵਾਰੀ ਮਾਲਾ ਉੱਤੇ ਜਾਣੀਆਂ ਕਦੇ ਟਿਕਦੇ ਆ ਨਹੀਂ ਮੇਰਾ ਸਵਾਲ ਇਹ ਸੀ ਵੀ ਸੁਖਵੀਰ ਸਿੰਘ ਬਾਦਲ ਦੀ ਇੱਕ ਵਾਈ ਕਿਵੇਂ ਆ ਠੀਕ ਆ ਨਹੀਂ ਸੁਖਵੀਰ ਸਿੰਘ ਬਾਦਲ ਦੀ ਇੱਕ ਵਾਈ ਜਿਹੜੀ ਆ ਮੈਂ ਕਹਿੰਨਾ ਉਹਦੇ ਚ ਆਪਣੇ ਆਪਣੇ ਸਟਾਈਲ ਫਰਕ ਹੁੰਨੇ ਆ ਕਿਸੇ ਲੀਡਰ ਦਾ ਕੋਈ ਸਟਾਈਲ ਹੁੰਦਾ ਕਿਸੇ ਦਾ ਕੋਈ ਹੁੰਦਾ ਸੁਵੀਰ ਸਿੰਘ ਬਾਦਲ ਬਾਰੇ ਆਮ ਤੌਰ ਤੇ ਇਹ ਸੱਚ ਆ ਵੀ ਉਹ ਮਨਚ ਨਹੀਂ ਰੱਖਦਾ ਗੱਲ ਜੋ ਉਹਦੇ ਮਨਚ ਉਹਨੇ ਕਰਦੇ ਨਹੀਂ ਮੈਂ ਜਰਨਲ ਹੋਊ ਚਿਕ ਮਰੀ ਹਾਸਦੇ ਵੀ ਕਿਹਾ ਸੀ ਵੀ ਬਾਦਲ ਸਾਹਿਬ ਮੰਚੋਂ ਕੱਢਦੇ ਨਹੀਂ ਸੀ ਤੇ ਸੁਖਵੀਰ ਸਿੰਘ ਬੰਦ ਚ ਰੱਖਦਾ ਨਹੀਂ ਕੋਈ ਇਹ ਮਤਲਬ ਉਹ ਉਹ ਉਹਨਾਂ ਦਾ ਗੁਣ ਸੀ ਇਹ ਇਨਾ ਗੁਣਾ ਬਲਕਿ ਕਈ ਵਾਰੀ ਨਾ ਹਰ ਬੰਦੇ ਦਾ ਜਣੀ ਆਪਣਾ ਸਟਾਈਲ ਹੁੰਦਾ ਸੋ ਮੈਂ ਸਮਝਦਾ ਕਿ ਅੱਜ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਵਿਗਿਆਨਕ ਜੁਗ ਲਾ ਲੋ ਮਹਾਰਜ ਦੇ ਦੌਰ ਚ ਜਿਵੇਂ ਟੈਕਨੋਲੋਜੀ ਦਾ ਜੁਗ ਲਾ ਲੋ ਅ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਇੱਕ ਡਿਵੈਲਪਮੈਂਟ ਔਰੀਐਂਟਡ ਕਹਿ ਲੋ ਮੈਰਾ ਵਿਜ਼ਨਰੀ ਜਿਹੜੀ ਡਿਵੈਲਪਮੈਂਟ ਦਾ ਵਿਜ਼ਨ ਆ ਨਾ ਉਹ ਬਹੁਤ ਜ਼ਿਆਦਾ ਇਹ ਆਮ ਲੀਡਰਾਂ ਵਿੱਚ ਨਹੀਂ ਹੈ ਕਈ ਬੰਦੇ ਕਹਿ ਦਿੰਦੇ ਆ ਪਾਰਟੀ ਚ ਫਿਰਦਨ ਪਾਰਟੀ ਇਹ ਗੱਲ ਹੁੰਦੀ ਆ ਕਿ ਸੁਖਵੀਰ ਸਿੰਘ ਬਾਦਲ ਕਿਸੇ ਦੀ ਸੁਣਦੇ ਨਹੀਂ ਮੰਨਦੀ ਕਰਦੇ ਸੁਣਦੇ ਆ ਥੋੜੀਆਂ ਸੱਚੋ ਸੱਚ ਨਹੀਂ ਨਹੀਂ ਗੱਲ ਇਹ ਆ ਇਹ ਆਪਣਾ ਆਪਣਾ ਸਟਾਈਲ ਹੁੰਦਾ ਅਸਲ ਵਿੱਚ ਕਿਸੇ ਬੰਦੇ ਨੇ ਗੱਲ ਸੁਣ ਕੇ ਮੈਂ ਜਿਵੇਂ ਦੱਸੀ ਆ ਨਾ ਉਹ ਜਿਹੜੀ ਕੋਈ ਗੱਲ ਉਹਨਾਂ ਨੂੰ ਲੱਗਦੀ ਆ ਉਹਦੇ ਉਹ ਰਿਐਕਟ ਕਰ ਦਿੰਦੇ ਆ ਕਈ ਬੰਦੇ ਗੱਲ ਸੁਣ ਕੇ ਰਿਐਕਟ ਨਹੀਂ ਕਰਦੇ ਫਰਕ ਸਿਰਫ ਇੰਨੇ ਆ ਨਹੀਂ ਗੱਲ ਆਈ ਮੀਨ ਇੰਪਲੀਮੈਂਟ ਕਰਦੇ ਆ ਸੁਣਦੇ ਆ ਗੱਲ ਮੰਨਦੇ ਨੇ ਮੈਂ ਕਹਿੰਦਾ ਤੁਸੀਂ ਸੀਨੀਅਰ ਹੋ ਸਾਰੇ ਜਾਣੇ ਮਤਲਬ ਤੁਸੀਂ ਭੂਂਦੜ ਸਾਹਿਬ ਜਾਂ ਹੋਰ ਜਿਹੜੇ ਵੱਡੇ ਪ੍ਰਾਣੇ ਲੀਡਰ ਨੇ ਕਿਉਂ ਹੁਣ ਤਾਂ ਤੁਸੀਂ ਉਹ ਬ੍ਰਹਮਪੁਰਾ ਸਾਹਿਬ ਵੀ ਨਹੀਂ ਰਹੇਗੇ ਜਾਂ ਢਿੰਡਾ ਸਾਹਿਬ ਵੀ ਚਲੇ ਗਏ ਸੀ ਹੁਣ ਗੱਲਾਂ ਚੱਲ ਰਹੀਆਂ ਨੇ ਦੇਖੋ ਹਰ ਗੱਲ ਜਿਹੜੀ ਹੈ ਨਾ ਮਤਲਬ ਜਿੰਨੇ ਵੀ ਕਿਤੇ ਗੱਲ ਹੁੰਦੀ ਹੈ ਡਿਸਕਸ਼ਨਾਂ ਹੁੰਦੀਆਂ ਫੈਸਲੇ ਜਦੋਂ ਹੁੰਦੇ ਆ ਉਹ ਫਿਰ ਮਤਲਬ ਡਿਸਕਸ਼ਨਾਂ ਤੋਂ ਬਾਅਦ ਹੀ ਲੈ ਜਾਂਦੇ ਆ ਗੱਲ ਤਾਂ ਮਤਲਬ ਨਾ ਸੁਣ ਲਈ ਤਾਂ ਦੇਮਹੂਰੀ ਸੇਸ਼ਟ ਹੋਇ ਨਹੀਂ ਸਕਦੀ ਵੀ ਨਾ ਹੋਵੇ ਪਰ ਜਿਹੜੀ ਕਹਿੰਦੇ ਪ੍ਰਧਾਨਤਾ ਸੁਣਦੀ ਨਹੀਂ ਕਿਸੇ ਦੀ ਉਹ ਤਾਂ ਇੱਕ ਐਵੀ ਗੱਲ ਬਣੀ ਹੁੰਦੀ ਆ ਮਤਲਬ ਵਾਹ ਵਾਲੀ ਗੱਲ ਬੰਦਾ ਕੋਈ ਕਿਸੇ ਬਾਰੇ ਕੋਈ ਚਲਾਉਂਦਾ ਕਿਸੇ ਬਾਰੇ ਕੋਈ ਚਲਾ ਦਿੰਦਾ ਪਰ ਆਮ ਤੌਰ ਤੇ ਜਿਹੜੀ ਹੈ ਨਾ ਜੀ ਏ ਨਹੀਂ ਹੈ ਵੀ ਸੁਖਵੀਰ ਸਿੰਘ ਬਾਦਲ ਬਾਰੇ ਬਹੁਤ ਐਸੀਆਂ ਗੱਲਾਂ ਨੇ ਜਿਹੜੀਆਂ ਲੋਕ ਮਤਲਬ ਜਿਹੜੇ ਸਚਾਈ ਤੋਂ ਉਲਟ ਨੇ ਮੈਂ ਜਿਵੇਂ ਕਿਹੜੀਆਂ ਗੱਲਾਂ ਮੈਂ ਫੋਰ ਐਗਜ਼ਾਮਪਲ ਮੈਂ ਗਿਆ ਬਾਹਰ ਹਮ ਯੂ ਐਸ ਏ ਮੈਨੂੰ ਕਹਿੰਦੇ ਯਾਰ ਸੁਖਵੀਰ ਸਿੰਘ ਬਾਦਲ ਨੂੰ ਕਹੋ ਵੀ ਘੱਟ ਪੀਆ ਕਰੇ ਹਮ ਮੈਂ ਵੀ ਉਹ ਤਾਂ ਟੱਚ ਨਹੀਂ ਕਰਦਾ ਕਹਿੰਦੇ ਸ਼ਰਾਬ ਨਹੀਂ ਪੀਦਾ ਮੈਂ ਸਵਾਲੇ ਪੈਦਾ ਨਹੀਂ ਹੁੰਦਾ ਮਤਲਬ ਕਹੇ ਮਾਹੌਲ ਵੈਜਾ ਹਮ ਵੈਜੀਟੇਰੀਅਨ ਕਹੇ ਪੱਕੀ ਗੱਲ ਆ 100% ਦੀ ਆ ਕਹਤੋ ਸਤੂ ਆ ਮੰਨਣੇ ਨਾ ਹੋ ਮਾ 100 ਵੀਸ ਦੀਆ ਵੀ ਉਹ ਬਿਲਕੁਲ ਵੈਜੀਟੇਰੀਅਨ ਨਾ ਤੇ ਉਹ दारू ਨੂੰ ਹੱਥ ਨਹੀਂ ਲਾਉਂਦਾ ਹੂੰ ਤਾਂ ਲਾਉਣਾ ਇੱਕ ਪਾਸੇ ਰਿਹਾ ਤੀਜੀ ਗੱਲ ਮਾਨੂੰ ਕਹੀ ਵੀ ਇੱਕ ਬੰਦਾ ਜਿਹਦੇ ਘਰੇ 24 ਘੰਟੇ ਪਾਠ ਹੁੰਦਾ ਰਹਦਾ ਉਹ ਸਾਰੀਆਂ ਗੱਲਾਂ ਤੇ ਹੈਰਾਨ ਕਹਿੰਦੇ ਹੋਈ ਨਹੀਂ ਸਕਦਾ ਮੈਂ ਤੁਸੀਂ ਜਾ ਕੇ ਉਹ ਤੋਂ ਦੱਸਣਾ ਸੋ ਉਹਨਾਂ ਮਤਲਬ ਬੰਦੇ ਨੂੰ ਐਡੀ ਹੈਰਾਨੀ ਮਤਲਬ ਕਈ ਵਾਰੀ ਨਾ ਬੰਦੇ ਦੇ ਮਤਲਬ ਅਕਸ ਹੋਰ ਤਰ੍ਹਾਂ ਹੁੰਦਾ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਪੰਜਾਬੀ ਯੂਨੀਵਰਸਿਟੀ ਫੰਕਸ਼ਨ ਹੋਵੇ ਜੀ ਸੰਸਿੰਗ ਸੇਖੋ ਹੁੰਦੇ ਸੀ ਆਪਣੇ ਜੀ ਬੜੇ ਤਕੜੇ ਜੀ ਵਿਦਵਾਨ ਹੋਏ ਨੇ ਵਿਦਵਾਨ ਹੋਏ ਆ ਰਾਈਟਰ ਤੇ ਉਹਨਾਂ ਨੇ ਮੈਨੂੰ ਬੁਲਾ ਲਿਆ ਜੋ ਫੰਕਸ਼ਨ ਖਤਮ ਹੋਇਆ ਮੈਨੂੰ ਬੁਲਾਇਆ ਜਦ ਮੇਰੇ ਨਾਲ ਚੰਦੂ ਮજરાਣ ਸੀ ਲਾਦਾ ਮੈਨੂੰ ਕਹਿੰਦਾ ਪ੍ਰੇਮ ਸਿੰਘ ਤੂੰ ਹੀ ਆ ਮੈਂ ਕੋਈ ਸ਼ੱਕ ਆ ਕਦੇ ਮੈਨੂੰ ਤਾਂ ਇਹ ਲੱਗਦਾ ਸੀ ਵੀ ਤੂੰ ਬਹੁਤ ਬੜਾ ਮੈਂ ਨਾ ਜਦ ਮੇਰਾ ਪਤਲਾ ਜਿਹਾ ਸਰੀਰ ਹੁੰਦਾ ਸੀ ਕਦਰਮੈਂ ਤਾਂ ਇਹ ਲੱਗਦਾ ਤੂੰ ਬੜਾ ਵੱਡਾ ਮੋਟਾ ਤਾਜ਼ਾ ਬੜਾ ਐ ਹੋਏਗਾ ਕਹਿੰਦੇ ਤਾਂ ਬਿਲਕੁਲ ਹੀ ਪਤਲਾ ਜਿਹਾ ਸੌੜ ਜਿਹਾ ਜੀ 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 ਸੋ ਨਾ ਕਈ ਵਾਰੀ ਬੰਦੇ ਦੀਆਂ ਗੱਲਾਂ ਗੁਲਾਂ ਸੁਣ ਕੇ ਬੰਦੇ ਉਹੋ ਜਿਹੇ ਵਿਚਾਰ ਬਣਾ ਲੈਂਦੇ ਆ ਜੀ ਸੋ ਮੈਨੂੰ ਸੁਗੀਰ ਸਿੰਘ ਬਾਦਲ ਬਾਰੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਬਣਾਈਆਂ ਜਿਹੜੀਆਂ ਅਸਲੀਅਤ ਤੋਂ ਦੂਰ ਨੇ ਜਿਵੇਂ ਇੱਕ ਗੱਲ ਆਮ ਤੌਰ ਤੇ ਚੱਲਦੀ ਜਿਵੇਂ ਢੀਂਡਸਾ ਸਾਹਿਬ ਜਿਵੇਂ ਹੁਣ ਇਹਨਾਂ ਨੇ ਮੀਟਿੰਗ ਕੀਤੀ ਐ ਅਕਾਲੀ ਦਲ ਸੰਯੁਕਤ ਨੇ ਉਹਨਾਂ ਦੀ ਵਾਪਸੀ ਨੂੰ ਲੈ ਕੇ ਕਿ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆਇਆ ਜਾਵੇ ਜਾਂ ਇੱਕ ਗੱਲ ਨਿਕਲ ਕੇ ਬਾਹਰ ਆਈ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ 'ਚ ਨਹੀਂ ਅਸੀਂ ਵਾਪਸ ਆਵਾਂਗੇ ਵੀ ਜਿਹੜੇ ਉਹਨਾਂ ਦੇ ਵਰਕਰ ਨਹੀਂ ਮੰਨ ਰਹੇ ਜਾਂ ਉਹਨਾਂ ਦੇ ਹੋਰ ਆਗੂ ਸਹਿਬਾਨ ਨਹੀਂ ਮੰਨ ਰਹੇਗੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਇਹ ਕਹਿਣਾ ਹੈ ਇੰਟਰਨਲ ਜਿਹੜੀਆਂ ਗੱਲਾਂ ਨਿਕਲ ਕੇ ਬਾਹਰ ਆ ਰਹੀਆਂ ਨੇ ਕਹਿੰਦੇ ਵੀ ਪ੍ਰਧਾਨ ਬਦਲ ਦਿੱਤਾ ਜਾਵੇ ਕੋਈ ਹੋਰ ਲਾ ਦਿਓ ਇੰਨੀ ਸੀਨੀਅਰ ਲੀਡਰਸ਼ਿਪ ਹੈਗੀ ਆ ਦੋ ਇਲੈਕਸ਼ਨਾਂ ਕਹਿੰਦੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਵਿੱਚ ਹਾਰ ਗਏ ਮੇਰਾ ਖਿਆਲ ਆ ਵੀ ਜਿਹੜੀ ਇੰਟਰਨਲ ਕੀ ਆ ਉਹ ਤਾਂ ਤੁਹਾਨੂੰ ਪਤਾ ਹੋਵੇਗਾ ਹਨ ਤਾਂ ਨਹੀਂ ਪਤਾ ਸੱਚੀ ਗੱਲ ਹੈ ਤੇ ਤੁਹਾਨੂੰ ਪਤਾ ਲੱਗ ਗਿਆ ਤੇ ਵੱਖਰੀ ਗੱਲ ਆ ਪਰ ਅਦਰਵਾਈਜ਼ ਜੋ ਬਾਹਰ ਆਈ ਆ ਉਹ ਇਹੀ ਆਈ ਆ ਵੀ ਢੀਂਡਾ ਸਾਹਨੇ ਕਿਹਾ ਸੀ ਵੀ ਸੁਖਵੀਰ ਸਿੰਘ ਬਾਦਲ ਜਾਂ ਤਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਪਿੱਛੇ ਜੋ ਗਲਤੀਆਂ ਹੋਈਆਂ ਉਹਦੀ ਮਾਫੀ ਮੰਗ ਲੈਣ ਤੇ ਜਾਂ ਫਿਰ ਅਸੀਂ ਵਾਅਦਾ ਦਾਂ ਹੂੰ ਵੀ ਦੋਨਾਂ ਚੋਂ ਕੋਈ ਬਲਕੇ ਪ੍ਰੈਸ ਵਾਲੇ ਨੇ ਕੈਟਾਗੋਰਿਕਲੀ ਪੁੱਛਿਆ ਵੀ ਦੋਨਾਂ ਚੋਂ ਇੱਕ ਗੱਲ ਮਾਜੇ ਮਾਲਾ ਨੇ ਕਹਿੰਦੇ ਹਾਂ ਜੇ ਤੁਹਾਨੂੰ ਜੀ ਕੁਵਲ ਮਨ ਲੈਣ ਤਾਂ ਠੀਕ ਆ ਹਮ ਮਨ ਫਿਰ ਉਹਨਾਂ ਦੇ ਬੇਟੇ ਨੂੰ ਵੀ ਪੁੱਛਿਆ ਉਹਨੇ ਵੀ ਇਹੀ ਗੱਲ ਕਹੀ ਫਿਰ ਕਿਤੇ ਬਾਅਦ ਦੇ ਵਿੱਚ ਵੀ ਕਿਤੇ ਪ੍ਰੈਸਰ ਨੇ ਪੁੱਛਿਆ ਉਦੋਂ ਵੀ ਉਹਨਾਂ ਨੇ ਇਹ ਗੱਲ ਦੁਹराई ਹਮ ਤੇ ਹੁਣ ਅੰਦਰੋਂ ਕੀ ਆ ਬਾਹਰੋਂ ਬੱਕਰੀ ਗੱਲ ਆ ਪਰ ਬਾਹਰਲੇ ਤੌਰ ਤੇ ਜਿਹੜੀ ਸਾਡੇ ਸਾਹਮਣੇ ਗੱਲ ਆਈ ਆ ਇਹ ਆਈ ਆ ਬਾਕੀ ਠੀਕ ਆ ਵੀ ਉਹਨਾਂ ਨੇ ਆ ਡੈਮੋਕਰੇਟਿਕ ਸਿਸਟਮ ਦੇ ਵਿੱਚ ਹਰ ਬੰਦਾ ਕੋਸ਼ਿਸ਼ ਕਰਦਾ ਸਾਰੇ ਕੇਡਰ ਨੂੰ ਨਾਲ ਰੱਖਣ ਦੀ ਤੇ ਸਾਰਿਆਂ ਨੂੰ ਨਾਲ ਰੱਖਣ ਬਾਅਦ ਤੇ ਉਹਨਾਂ ਨੇ ਇੱਕ ਸਿਸਟਮ ਜਿਹੜਾ ਬਣਾਇਆ ਇਹ ਉਹਨਾਂ ਦੀ ਆਪਣੀ ਪਾਰਟੀ ਦਾ ਹੈ ਸਿਸਟਮ ਮਾਫੀ ਮਾਫੀ ਨੂੰ ਲੈ ਕੇ ਵੀ ਵੱਖ-ਵੱਖ ਵਿਚਾਰ ਪੰਥ ਹਲਕਿਆਂ ਜਿਵੇਂ ਵੀ ਆਏ ਵੀ ਤਖਤ ਸਾਹਿਬ ਦੇ ਮੂਹਰੇ ਪੇਸ਼ ਹੋਣਾ ਚਾਹੀਦਾ ਸੀਗਾ ਜੇ ਮਾਫੀ ਮੰਗਣੀ ਸੀਗੀ ਹਨਾ ਜਾਂ ਹੋਰ ਗੱਲਾਂ ਆਈਆਂ ਜਾਂ ਤੁਹਾਨੂੰ ਕੀ ਲੱਗਦਾ ਹੈਗਾ ਜੇ ਹੁਣ ਦੋ ਚੋਣਾਂ ਪ੍ਰਧਾਨ ਦੀ ਅਗਵਾਈ ਚ ਹਾਰ ਗਏ ਬੜੇ ਜਣੇ ਕਹਿ ਰਹੇ ਅਸਤੀਫਾ ਜਾਂ ਝੁੰਡਾ ਕਮੇਟੀ ਦੀ ਜਿਹੜੀ ਰਿਪੋਰਟ ਆ ਉਹਦੇ ਚ ਕਿਹਾ ਚਾਰ ਪੰਜ ਬੰਦੇ ਜਿਹੜੇ ਪਾਸੇ ਕਰ ਦਿੱਤੇ ਜਾਣ ਉਹ ਲਾਗੂ ਹੀ ਨਹੀਂ ਕੀਤੀ ਗਈ ਬੜੀਆਂ ਗੱਲਾਂ ਨਹੀਂ ਨਹੀਂ ਮਾਫੀ ਬਾਰੇ ਤਾਂ ਹੁਣ ਦੱਸ ਮਾਫੀ ਜਿਹੜੀ ਹੁੰਦੀ ਹੈ ਬੰਦੇ ਦੀ ਭਾਵਨਾ ਹੁੰਦੀ ਆ ਪਰ ਤਖਤ ਸਾਹਿਬ ਪਰ ਸਿੱਖਾਂ ਦਾ ਸਿੱਖਾਂ ਦਾ ਇਹੀ ਰਵਾਇਦਾ ਨਾ ਤਖਤ ਸਾਹਿਬ ਕੇ ਪੇਸ਼ ਹੋਣਾ ਇਹੀ ਰਵਾਇਦਾ ਦੀ ਗੱਲ ਆ ਜੇ ਤਾਂ ਇਹੀ ਤਾਂ ਮਤਲਬ ਸਮੱਸਿਆ ਨਾ ਵੀ ਹਰ ਗੱਲ ਆਪਣੀ ਮਰਜ਼ੀ ਨਾਲ ਕਹਿਦੇ ਨੇ ਦੂਜੀ ਸੁਣਦੇ ਨਹੀਂ ਹੁਣ ਮਾਫੀ ਬੰਦਾ ਇੱਕ ਸਵੋਮੋਟ ਹੋ ਜਾਂਦਾ ਆਪਣੇ ਤੌਰ ਤੇ ਜਾ ਕੇ ਮਾਫਾ ਹੁਣ ਸਵੇਰੇ ਜਿਸ ਨੂੰ ਅਰਦਾਸ ਕਰਦੇ ਆ ਮਾਪਾਠ ਕਰਦੇ ਆ ਅਰਦਾਸ ਕਰਦੇ ਆ ਤਾਂ ਕੋਈ ਵੀ ਗਲਤੀ ਹੋਈ ਹੋਵੇ ਉਹਦੀ ਮਾਫੀ ਮੰਗਦੇ ਆ ਰਾਤ ਨੂੰ ਫੇਰ ਮਾਫੀ ਮੰਗਦੇ ਆ ਉਹਦੇ ਕੋਈ ਮੈਂ ਤਾਂ ਨਹੀਂ ਹੈ ਵੀ ਹਰ ਤਰ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਮੰਗਣੀ ਆ ਵੈਸੇ ਵੀ ਅਰਦਾਸ ਕਰਕੇ ਆਪਾਂ ਮੰਚ 'ਤੇ ਰੱਖ ਕੇ ਕਰ ਲੈਂਦੇ ਆ ਹੁਣ ਹੁਣ ਜਿਹੜੇ ਦਿਨਾਂ ਨੇ ਵਿਰੋਧ ਕਰਨਾ ਉਹ ਕਹਿੰਦੇ ਅਕਾਲ ਤਖਤ ਸਾਹਿਬ ਦੇ ਅੱਗੇ ਖੜ ਕੇ ਮੰਗਣੀ ਸੀ ਕਹਿੰਦੇ ਪਿੱਛੋ ਕਿਉਂ ਮੰਗੀ ਆ ਲੈ ਤੇ ਨਹੀਂ ਪੇਸ਼ ਪੇਸ਼ ਹੋ ਕੀ ਨਾ ਪੇਸ਼ ਹੁਣ ਜੇ ਅਕਾਲ ਤਖਤ ਸਾਹਿਬ ਤੇ ਉਸ ਥਾਂ ਨਾ ਗੁਰੂ ਗ੍ਰੰਥ ਸਾਹਿਬ ਉੱਤੇ ਸਾਹਮਣੇ ਸੁਸ਼ੋਭਤ ਨੇ ਅਰਦਾਸ ਹੋਈ ਆ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਮਹਲਾ ਕਾਲ ਤੱਕ ਸਭ ਦੇ ਸਥਾਨ ਤੇ ਸੰਗਤ ਦੀ ਹਾਜ਼ਰੀ ਚ ਕੋਈ ਬੰਦਾ ਪਿਛਲੀਆਂ ਗਲਤੀਆਂ ਦੀ ਸੰਗਤ ਤੋਂ ਗੁਰੂ ਪੰਥ ਤੋਂ ਤੇ ਗੁਰੂ ਤੋਂ ਮਾਫੀ ਮੰਗਦਾ ਤੇ ਫਿਰ ਇਹਦੇ ਚ ਕੀ ਗੁਨਾਹ ਕੀ ਗਲਤੀ ਆ ਤੇ ਇਹ ਤਾਂ ਸੋ ਮੋਟੋ ਆ ਕੋਈ ਕਿਸੇ ਨੇ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਜਾਂ ਬੰਦੇ ਕਹਿੰਦੇ ਆ ਉਹ ਤਾਂ ਇਹ ਹੁੰਦਾ ਵੀ ਕਿਸੇ ਬੰਦੇ ਨੇ ਕੋਈ ਕੰਪਲੇਂਟ ਕੀਤੀ ਕਿਸੇ ਬਾਰੇ ਉਹ ਕੰਪਲੇਂਟ ਤੇ ਫਿਰ ਅਕਾਲ ਤਖਤ ਸਾਹਿਬ ਸੱਦਦਾ ਉਹ ਬੰਦੇ ਨੂੰ ਤੇ ਸੱਦ ਕੇ ਉਹਨੂੰ ਪੁੱਛਦਾ ਜੀ ਤੇ ਪੁੱਛ ਪਹਿਲਾਂ ਤਾਂ ਉਹਨੂੰ ਮਤਲਬ ਜੋ ਕਪਰੇਟ ਹੁੰਦੀ ਆ ਫਿਰ ਸੱਦਦੇ ਨੇ ਫਿਰ ਸੱਦ ਕੇ ਉਹਨੂੰ ਤਾਂ ਤਨਖਾਈਆ ਕਰਾਰ ਦਿੰਦੇ ਨੇ ਤਨਖਾਈਆ ਕਰਾਰ ਦੇ ਕੇ ਫਿਰ ਉਹਨੂੰ ਸਜ਼ਾ ਲਾਉਂਦੇ ਨੇ ਫਿਰ ਪੁੱਛਦੇ ਨੇ ਵੀ ਤੂੰ ਸਜ਼ਾ ਇਹ ਲਈ ਤੂੰ ਮੰਨੇਗਾ ਫਿਰ ਉਹ ਮੰਨਦਾ ਉਹਦਾ ਇੱਕ ਪ੍ਰੋਸੀਜਰਲ ਆ ਜਿਹੜਾ ਕੋਈ ਇਸ ਤਰ੍ਹਾਂ ਕੰਪਲੀਟ ਦਵੇ ਇਹ ਜਿਹੜੀ ਇਹਨਾਂ ਵਾਲਾ ਮਸਲਾ ਸੀ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਮਾਫੀ ਦਾ ਇਹ ਤਾਂ ਇਹਨਾਂ ਨੇ ਜਾ ਕੇ ਮਤਲਬ ਆਪਣੇ ਦਿਲੋਂ ਮਨੋਂ ਇਹ ਮਹਿਸੂਸ ਕਰਕੇ ਵੀ ਮਤਲਬ ਜਿਵੇਂ ਹੁੰਦਾ ਬੰਦੇ ਦੇ ਮਨ ਦੇ ਵਿੱਚ ਵੀ ਮਹਾਰਾਜ ਦੇ ਸਾਹਮਣੇ ਖੜ ਕੇ ਬੰਦਾ ਅਰਦਾਸ ਕਰਦਾ ਗੁਰੂ ਪੰਥ ਦੇ ਸਾਹਮਣੇ ਖੜ ਕੇ ਹੱਥ ਜੋੜ ਕੇ ਗੱਲ ਕਰਦਾ ਉਹ ਤਾਂ ਉਸ ਕਿਸਮ ਦੀ ਮਾਫੀ ਛੇ ਇਹਦੇ 'ਚ ਜਿਹੜੀ ਉਸ ਕਿਸਮ ਦੀ ਗੱਲਾਂ ਕਹਿੰਦੇ ਆ ਵੀ ਆ ਪ੍ਰੋਸੀਜਰ ਨਹੀਂ ਬਣਾਇਆ ਇਹ ਨਹੀਂ ਇਹ ਤਾਂ ਉਸ ਗੱਲ 'ਚ ਬਣਾਇਆ ਜਾਂਦਾ ਜੇ ਕਿਸੇ ਨੂੰ ਸੱਦਿਆ ਜਾਵੇ ਤਨਖਾਹਿਆ ਕਰਾਰ ਦਿੱਤਾ ਜਾਵੇ ਫਿਰ ਉਹ ਉਹ ਸਿਸਟਮ ਅੱਛਾ ਤੁਸੀਂ ਤੁਸੀਂ ਇਹ ਗੱਲ ਕਬੂਲਦੇ ਹੋ ਪ੍ਰਧਾਨ ਦੀ ਪ੍ਰਧਾਨ ਦੀ ਇਹ ਰਵਾਈ ਦਾ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਹੈ ਮੈਂ 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 ਕਹਾਂ ਜਿੱਥੇ ਹੈਗਾ ਉਨੇ ਹੀ ਵਾਧੂ ਆ ਹਾਂਜੀ ਸੋ ਮੈਂ ਕਦੇ ਮਤਲਬ ਅੱਜ ਤੱਕ ਤੁਸੀਂ ਹੋਰ ਹੋ ਮੈਂ ਅੱਜ ਤੱਕ ਜ਼ਿੰਦਗੀ 'ਚ ਕਦੇ ਟਿਕਟ ਨਹੀਂ ਮੰਗੀ ਕਦੇ ਕੋਈ ਆਉਦਾ ਨਹੀਂ ਮੰਗਿਆ ਕਦੇ ਵੀ ਤੁਸੀਂ ਹੈਰਾਨ ਹੋਵੋਗੇ ਜਦੋਂ ਮਤਲਬ ਮੈਂ ਜਿਹੜਾ 'ਚ ਵੀ ਰਿਹਾ ਸੀ ਜੀ ਧਰਮਯੁੱਧ ਮੋਰਚੇ 'ਚ ਵੀ ਪਹਿਲਾ ਸਟੂਡੈਂਟ ਮੂਵਮੈਂਟ 'ਚ ਵੀ ਐਮਰਜੈਂਸੀ 'ਚ ਵੀ 4-5 ਸਾਲ ਜਿਹੜਾ ਘਟਲੀ ਹੋਣੀ ਜਦੋਂ ਸੰਤ ਲੌਂਗਵਾਲ ਦੀ ਟਟੋਗਲ ਜਾ ਰਹੇ ਸੀ ਹਮ ਏ ਥੋੜਾ ਸਾਬ ਤੇ ਸੰਤ ਜੀ ਦੀ ਇੱਕ ਵਾਰੀ ਸੁਲਾ ਮੈਂ ਕਰਾਈ ਸੀ ਐਸਜੀਪੀਸੀ ਦਫਤਰ ਹਾਂਜੀ ਇਹ ਕਾਰ ਤੋਂ ਬਾਅਦ ਤੇ ਉਹਨਾਂ ਨੇ ਮੈਨੂੰ ਸੰਤਾਂ ਦੀ ਗੱਡੀ 'ਚ ਬਿਠਾਤਾ ਆ ਜੀਰਕਪੁਰ ਕੋਲ ਤੋਂ ਅੱਗੇ ਅਸੀਂ ਗਏ ਨਾ ਜਦੋਂ ਗੱਲਾਂ ਲਾ ਕੇ ਕਰਨ ਬਰਨਾਲ ਸਾਹਿਬ ਨਾਲ ਸੀ ਮੈਨੂੰ ਕਹਿੰਦਾ ਚੋਣ ਕਿੱਥੋਂ ਲੜਨੀ ਆ ਮੈਂ ਜੀ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਵੀ ਮੈਂ ਚੋਣ ਮੈਨੂੰ ਲੜਾਂਗੇ ਹਮ ਇੰਨੇ ਦੇ ਬਾਅਦ ਦੇਖੋ ਕਹਿੰਦਾ ਤੈਨੂੰ ਚੋਣ ਲੜਾਉਣੀ ਆ ਮੈਂ ਇਹਦੀ ਮੈਂ ਤਾਂ ਸੋਚਿਆ ਨਹੀਂ ਫਿਰ ਨਾ ਮੈਨੂੰ ਹਲਕੇ ਦਾ ਪਤਾ ਬਰਨਾਥ ਸਾਹਿਬ ਨੂੰ ਕਹਿੰਦੇ ਵੀ ਕਿਹੜਾ ਹਲਕਾ ਚੰਗਾ ਕਹਿੰਦੇ ਜੀ ਸਰਹੰਦ ਚੰਗਾ ਮੈਂ ਜੀ ਉੱਥੇ ਨਹੀਂ ਮੈਨੂੰ ਦੇਣੀ ਉੱਥੇ ਟੋੜਾ ਸਾਹਿਬ ਦਾ ਕੋਈ ਬੰਦਾ ਉਹ ਨੂੰ ਦੇਣਗੇ ਜੀ ਫਿਰ ਕਹਿੰਦੇ ਦੂਜਾ ਕਿਹੜਾ ਮੈਂ ਕਹਿੰਦੇ ਸਮਾਣਾ ਮੈਂ ਜੀ ਉੱਥੇ ਵੀ ਨਹੀਂ ਮਿਲਣੀ ਉੱਥੇ ਵੀ ਟੋੜਾ ਸਾਹਿਬ ਦਾ ਇੱਕ ਬੰਦਾ ਜੀ ਮੈਨੂੰ ਹੱਥ ਲਾ ਕੇ ਸੰਤ ਜੀ ਕਹਿੰਦੇ ਟਿਕਟ ਮੈਂ ਦੇਣੀ ਹੈ ਟੋੜਾ ਸਾਹਿਬ ਨੇ ਨਹੀਂ ਦੇਣੀ ਕਹਿੰਦੇ ਤੂੰ ਦੱਸ ਕਿਹੜੀ ਲੈਣੀ ਆ ਮੈਂ ਪੇਟਰੋਸਾ ਨੂੰ ਬਣਾਉਂਗਾ ਮੈਂ ਮੈਨੂੰ ਪਤਾ ਜੀ ਮੇਰੀ ਉਹਨਾਂ ਨਾਲ ਡਾਈ ਪੈ ਜਾਣੀ ਆ ਜੀ ਜੀ ਤੇ ਮੈਂ ਤੁਸੀਂ ਨਹੀਂ ਮਤਲਬ ਦਵਾ ਸਕਣੀ ਮੈਨੂੰ ਪੱਕਾ ਪਤਾ ਕਹਿੰਦੇ ਨਹੀਂ ਦੱਸ ਮੈਂ ਨਹੀਂ ਜੀ ਫਿਰ ਕਹਿੰਦੇ ਵੀ ਤੀਜਾ ਕਿਹੜਾ ਕਹਿੰਦੇ ਜੀ ਡਕਾਲਾ ਹੂੰ ਮੈਂ ਡਕਾਲੇ ਤੁਸੀਂ ਮੈਨੂੰ ਦੇ ਨਹੀਂ ਸਕਣੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਚ ਆਇਆ ਤੁਸੀਂ ਉਹਨੂੰ ਦਵੋਗੇ ਉਹ ਕਲੇਮ ਕਹੇ ਸਵਾਲੇ ਪੈਦਾ ਨਹੀਂ ਹੁੰਦਾ ਤੇਰੀ ਟਿਕਟਾ ਤੂੰ ਡਕਾਲੇ ਤੋਂ ਚੋੜ ਲੜਨੀ ਆ ਸੋ ਮੇਰਾ ਮਤਲਬ ਹੈ ਨਾ ਇਹ ਮਤਲਬ ਇੰਨੇ ਦੇ باوجود ਵੀ ਅਸੀਂ ਕਦੇ ਨਹੀਂ ਸੋਚਿਆ ਵੀ ਸਾਨੂੰ ਟਿਕਟ ਪਾਰਟੀ ਦਊਗੀ ਸੋ ਇਹ ਤਾਂ ਇਹ ਸਾਰਾ ਕੁਝ ਪ੍ਰਮਾਤਮਾ ਦੇ ਕਿਰਪਾ ਨਾਲ ਮਤਲਬ ਰੂਟੀਨ ਚ ਹੀ ਹੁੰਦਾ ਰਿਹਾ ਅੱਛਾ ਤੁਸੀਂ ਸਲਾਹ ਦੀ ਗੱਲ ਕੀਤੀ ਆ ਵੀ ਟੋੜਾ ਸਾਹਿਬ ਤੇ ਲੰਗਵਾਲ ਸਾਹਿਬ ਦੀ ਸਲਾਹ ਕਰਾਈ ਤੇ ਬੀਜੇਪੀ ਤੇ ਕਾਲੀ ਦਲ ਦੀ ਸਲਾਹ ਕਰਾ ਰਹੇ ਹੋ ਹਾਂਜੀ ਬੀਜੇਪੀ ਤੇ ਕਾਲੀ ਦਲ ਦੀ ਸਲਾਹ ਕਰਾ ਰਹੇ ਹੋ ਤੁਸੀਂ ਨਹੀਂ ਬੀਜੇਪੀ ਤੇ ਕਾਲੀ ਦਲ ਦੀ ਸਲਾਹ ਇੱਕ ਬੰਦੇ ਦੇ ਕਰਾਉਣ ਦੀ ਨਹੀਂ ਹੈ ਉਹ ਤਾਂ ਇਹ ਵੀ ਅਜੇ ਤਾਂ ਦੇਖੋ ਸੱਚੀ ਗੱਲ ਤਾਂ ਇਹ ਵੀ ਅਜੇ ਤਾਂ ਸਾਡਾ ਜਿਹੜਾ ਹੈ ਜੇ ਆਪਾਂ ਪੋਲੀਟੀਕਲ ਫਰੰਟ ਦੇ ਤੌਰ ਤੇ ਕਰੀਏ ਉਹ ਤਾਂ ਕਾਲੀ ਦਲ ਤੇ ਬੀਐਸਪੀ ਦਾ ਗਠਜੋੜਨ ਅਜੇ ਪੋਲੀਟੀਕਲ ਫੀਲਡ ਦੇ ਵਿੱਚ ਹੋਰ ਗਠਜੋੜਨ ਬਾਰੇ ਤਾਂ ਕੋਈ ਫਾਰਮਲ ਤੌਰ ਤੇ ਕੋਈ ਡਿਸਕਸ਼ਨ ਨਹੀਂ ਹੋਈ ਨਾ ਕੋਈ ਇਹ ਜੀ ਚਰਚਾ ਚੱਲੀ ਆ ਕਈ ਵਾਰੀ ਜਦੋਂ ਕੋਈ ਹਾਲਾਤ ਵੱਧਦੇ ਉਹ ਤੋਂ ਹਾਲਾਤਾਂ ਦੇ ਬਤਾਂ ਕੋਈ ਗੱਲ ਹੋਵੇ ਤਾਂ ਅਲੱਗ ਅਲੱਗ ਕੋਈ ਆਈ ਨਹੀਂ ਹੈ ਨਹੀਂ ਜਿੰਮੇ ਜਾਨਾ ਇੱਕ ਬੰਦਾ ਅੰਦਰਲੀਆਂ ਗੱਲਾਂ ਤਾਂ ਇਹ ਆ ਵੀ ਇੱਕੋ ਹੀ ਬੰਦਾ ਕਰਾ ਸਕਦਾ ਉਹ ਚੰਦੂ ਮਾਜਰਾ ਸਾਹਿਬ ਹੀ ਨੇ ਹੈਗੀ ਹੈ ਉਧਰੋਂ ਵੀ ਗੱਲਾਂ ਚੱਲ ਰਹੀਆਂ ਨੇ ਜਿਵੇਂ ਜਾਖੜ ਸਾਹਿਬ ਦਾ ਬਿਆਨ ਆਇਆ ਜਾਖੜ ਸਾਹਿਬ ਕਹਿੰਦੇ ਕਿ ਪੰਥਕ ਪੰਥ ਦੀ ਆਵਾਜ਼ ਦੇ ਲਈ ਕਾਲੀ ਦਲ ਦਾ ਜਿਉਂਦੇ ਰਹਿਣਾ ਜ਼ਰੂਰੀ ਆ ਭਾਜੀਪੀ ਪ੍ਰਧਾਨ ਦਾ ਪੰਜਾਬ ਦਾ ਜਿਹੜਾ ਬਿਆਨ ਆਉਂਦਾ ਇਹ ਬਿਆਨ ਨੂੰ ਕਿਵੇਂ ਦੇਖਦੇ ਹੋ ਇਹਨੂੰ ਕਿਵੇਂ ਡੀਕੋਡ ਕਰੀਏ ਜਾਂ ਉਹਨਾਂ ਨੇ ਪਿਛਲੇ ਦਿਨੀ ਵੀ ਸਾਡੇ ਨਾਲ ਗੱਲਬਾਤ ਕੀਤੀ ਕਹਿੰਦੇ ਹਾਂ ਕਾਲੀ ਦਲ ਦਾ ਕਹਿੰਦੇ ਐਡਜਸਟ ਕਰਨਾ ਜ਼ਰੂਰੀ ਆ ਪੰਜਾਬ ਲਈ ਪੰਜਾਬ ਦੇ ਹੱਕਾਂ ਲਈ ਪੰਥ ਲਈ ਦੇਖੋ ਇਹ ਕੱਲੇ ਜਾਖੜ ਸਾਹਿਬ ਨਹੀਂ ਕਹਿੰਦੇ ਹੂੰ ਇਹ ਜਿਹੜਾ ਪੰਜਾਬ ਦਾ ਅੰਨ ਖਾਂਦਾ ਪੰਜਾਬ 'ਚ ਰਹਿੰਦਾ ਹੂੰ ਜਿਹਨੂੰ ਪੰਜਾਬ ਨਾਲ ਮੋਹ ਆ ਹੂੰ ਉਹ ਲਾਜ਼ਮੀ ਸੋਚਦਾ ਵੀ ਜੇ ਪੰਜਾਬ ਨੂੰ ਬਚਾਉਣਾ ਤਾਂ ਅਕਾਲੀ ਦਲ ਦਾ ਜਿਉਂਦਾ ਰਹਿਣਾ ਜ਼ਰੂਰੀ ਆ ਹੂੰ ਇਹ ਪੋਲੀਟੀਕਲ ਤੌਰ ਤੇ ਨਹੀਂ ਐਜ਼ ਅ ਪੰਜਾਬੀ ਲੋਕ ਸੋਚਦੇ ਨੇ ਜਿਨ੍ਹਾਂ 'ਚ ਪੰਜਾਬੀਅਤ ਦੀ ਭਾਵਨਾ ਜਿਹੜਾ ਪੰਜਾਬ ਦਾ ਅਸਲ 'ਚ ਭਵਿੱਖ ਦੇਖਣਾ ਚਾਹੁੰਦਾ ਜੀ ਔਰ ਇਹ ਸੱਚ ਵੀ ਆ ਹੂੰ ਮੰਨ ਲਾ ਕਈ ਵਾਰੀ ਜਿਵੇਂ ਕਹਿੰਦੇ ਸੱਚ ਮੂੰਹ ਚੜ ਕੇ ਬੋਲਦਾ ਜੀ ਇਹ ਸਚਾਈ ਵੀ ਆ ਵੀ ਸੱਚ ਮੂੰਹ ਚੜ ਕੇ ਬੋਲਦਾ ਵੀ ਜਿਉ ਅੱਜ ਪੰਜਾਬ ਦੇ ਹਾਲਤ ਹੋਏ ਹੋਇਆ ਇਹਨਾਂ ਹਾਲਾਤਾਂ ਦੇ ਵਿੱਚ ਖਾਸ ਤੌਰ ਤੇ ਆਰਥਿਕ ਖੋਰਾ ਜਿਹੜਾ ਲੱਗ ਰਿਹਾ ਪੰਜਾਬ ਨੂੰ ਹੂੰ ਇਹ ਆਉਣ ਵਾਲੇ ਟਾਈਮ 'ਚ ਸਾਹਮਣਾ ਕਰਨਾ ਪਏਗਾ ਜਿਹੜੇ ਲੋਕਾਂ ਨੂੰ ਇਸ ਅਸਲੀਅਤ ਦਾ ਪਤਾ ਉਹਨਾਂ ਨੂੰ ਚਿੰਤਾ ਉਹਨਾਂ ਨੂੰ ਬਹੁਤ ਫਿਕਰ ਆ ਜੀ ਵੀ ਪੰਜਾਬ ਨੂੰ ਬਚਾਇਆ ਕਿਵੇਂ ਜਾ ਸਕਦਾ ਜੀ ਸੋ ਪੰਜਾਬੀਅਤ ਦੀ ਭਾਵਨਾ ਕਹਿ ਲਓ ਪੰਜਾਬੀਆਂ ਦਾ ਇਕੱਠ ਕਹਿ ਲਓ ਮਤਲਬ ਪੰਜਾਬੀ ਪਣਾ ਜਾਗਰਤ ਕਰਨ ਦੀ ਕਰ ਲੋ ਮਤਲਬ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਮੁੜ ਘੜ ਕੇ ਗੱਲ ਇੱਥੇ ਹੁੰਦੀ ਆ ਵੀ ਅਕਾਲੀ ਦਾਲੀ ਕਿ ਐਸੀ ਫੋਰਸ ਆ ਜਿਹੜੀ ਇਹ ਗੱਲਾਂ ਦਾ ਕੰਮ ਇਹ ਇਹ ਘਾਟਾ ਪੂਰਾ ਕਰ ਸਕਦੀ ਪਿਛਲੇ ਦਿਨ ਨੂੰ ਮੇਰੇ ਕੋਲ ਪਰਮੇਂਦਰ ਸਿੰਘ ਬਰਾੜ ਆਏ ਜਰਨਲ ਸਕੱਤਰ ਬੀਜੇਪੀ ਦੇ ਥੋੜੇ ਪੁਰਾਣੇ ਸਾਥੀ ਤੇ ਪਰਮੇਂਦਰ ਬਰਾੜਾਂ ਦੇ ਵੀ ਸੁਖਵੀਰ ਸਿੰਘ ਬਾਦਲ ਦੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਵਿਕਰਮਜੀਤ ਸਿੰਘ ਮਜੀਠੀਆ ਮਿਲ ਕੇ ਚੱਲਣ ਨਹੀਂ ਦਿੰਦੇ ਪਾਰਟੀ ਤੇ ਤੀਜੇ ਗਗਨ ਬਰਾੜ ਕਹਿੰਦੇ ਤੰਨਾ ਨੂੰ ਪਾਸੇ ਕਰਦੇ ਹੋ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਹੋ ਜੂ ਤੁਹਾਡੀ ਕੀ ਟਿੱਪਣੀ ਹੈ ਨਹੀਂ ਉਹ ਬਰਾੜ ਥਾ ਉਹਨਾਂ ਕੋਈ ਆਪ ਦੀ ਪਾਰਟੀ ਆਪਣੀ ਆਪਣੀ ਪਾਰਟੀ ਆ ਫਿਕਰ ਕਰਨਾ ਚਾਹੀਦਾ ਠੀਕ ਹੈ ਨਾ ਜੀ ਮਤਲਬ ਕਿਸੇ ਦੇ ਦੂਜੀ ਪਾਰਟੀ ਦਾ ਕਿਵੇਂ ਪਾਰਟੀ ਨੇ ਅੱਗੇ ਜਾਣਾ ਕੀ ਕਰਨਾ ਉਹ ਬਾਈ ਕਹਿੰਦੇ ਸੁਖਬੀਰ ਸਿੰਘ ਬਾਦਲ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਬੰਦੇ ਨੇ ਪਰ ਕਹਿੰਦੇ ਇਹ ਕਹਿੰਦੇ ਇਹ ਰਲ ਕੇ ਸਾਰੇ ਤਿੰਨ ਤਿੰਨ ਕ ਜਾਨੇ ਕਹਿੰਦੇ ਇਹਨਾਂ ਦੀ ਚੱਲਣ ਨਹੀਂ ਦਿੰਦੀ ਦੇਖੋ ਜਿਹੜੀਆਂ ਗੱਲਾਂ ਨਾਲ ਜੀ ਮੈਂ ਤਾਂ ਹੀ ਕਹਿਣਾ ਵੀ ਉਹਨਾਂ ਨੂੰ ਆਪਣੀ ਪਾਰਟੀ ਦਾ ਫਿਕਰ ਕਰਨਾ ਚਾਹੀਦਾ ਹਮ ਤੇ ਅਕਾਲੀ ਦਲ ਨੂੰ ਅਕਾਲੀ ਦਲ ਦਾ ਫਿਕਰ ਹਮ ਸੋ ਇਸ ਕਰਕੇ ਅਕਾਲੀ ਦਲ ਆਪਣੇ ਤੌਰ ਤੇ ਅ ਇਮਾਨਦਾਰੀ ਨਾਲ ਕੋਸ਼ਿਸ਼ ਕਰ ਰਿਹਾ ਵੀ ਜੇ ਕਿਤੇ ਕਮੀ ਪੇਸ਼ੀ ਰਹੀ ਆ ਹਮ ਕਿਤੇ ਘਾਟ ਰਹੀ ਆ ਉਹਨੂੰ ਦੂਰ ਕੀਤਾ ਜਾਵੇ ਤੇ ਭਵਿੱਖ ਵਿੱਚ ਮਨ ਲ ਜਿਹੜੀ ਰਣਨੀਤੀਆ ਸਟ੍ਰੈਟਜੀਆ ਜਿਹੜੀ ਉਹੀ ਦੀ ਬਣਾਈ ਜਾਵੇ ਜਿਹਦੇ ਨਾਲ ਅਸੀਂ ਇਹ ਜਿਹੜਾ ਪਿੱਛੇ ਲੱਗਿਆ ਖੋਰਾ ਉਹਨੂੰ ਅਸੀਂ ਦੂਰ ਕਰ ਸਕੀਏ ਸ਼ੌਂਕੀ ਨੇ ਤੁਹਾਡੇ ਨਿੱਜੀ ਸ਼ੌਂਕੀ ਆ ਸ਼ੌਂਕ ਤਾਂ ਬਸ ਸੇਵਾ ਕਰਨ ਦਾ ਹੀ ਸ਼ੌਂਕ ਅਸਲ ਚ ਲੋਕਾਂ ਦੀ ਸਵੇਰ ਤੋਂ ਲੈ ਕੇ ਇਹ ਤਾਂ ਇਹ ਤਾਂ ਲੋਕੀ ਆਖ ਦਿੰਦੇ ਆ ਇਹ ਤਾਂ ਤਾਂ ਹਰੇਕ ਆ ਝੂਠ ਮਾਰਦੇ ਆ ਰਾਜਨੀਤਿਕ ਲੋਕਾਂ ਦੇ ਕਹਿੰਦਾ ਤਾਂ ਹਰੇਕਿਆ ਫਿਰ ਇਹ ਗੱਲ ਠੀਕ ਆ ਪਰ ਜੇ ਸਚਾਈ ਦੇਖੀ ਜਾਵੇ ਤਾਂ ਸਾਡੇ ਤੇ ਪੂਰੀ ਢੋਕਦੀ ਆ ਰਾਜ ਨਹੀਂ ਸੇਵਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਤਲਬ ਹੁਣ ਰਾਤ ਅਸੀਂ ਆਏ ਆ ਮੇਰੇ ਖਿਆਲ 10 10:30 ਵਜੇ ਗਏ ਸੀ ਤੁੰ ਤੋਂ ਪੈ ਰਹੀ ਸੀ ਨਹੀਂ ਅਗਲਾ ਸੌਦਾ ਵੀ ਇਹਨਾਂ ਨੂੰ ਕੀ ਪੈਸਾ ਉਹ ਰਾਤ ਇੰਨੀ देर ਤੁਰੇ ਫਿਰਦੇ ਆ ਤੇ ਤੁਹਾਨੂੰ ਆਸੀ ਗੱਲ ਦੱਸਦਾ ਅਸੀਂ ਆਪ ਇੱਥੇ ਦਿੱਲੀ ਗਏ ਜੀ ਮਤਲਬ ਪਾਰਟੀ ਦੇ ਕੰਮ ਸੀ ਮਤਲਬ ਰਾਤ ਨੂੰ ਗਏ ਮੈਂ ਉਹ ਪੋਦੇਵਾਲ ਤੋਂ ਆਣ ਕੇ ਫਲਾਈਟ ਲਈ ਹੂੰ ਹਾਂਜੀ ਇੰਨੀ ਗੱਡੀ ਤੇਜ਼ ਭਜਾਈ ਆਣ ਕੇ ਫਲਾਈਟ ਲਈ ਫਲਾਈਟ ਥੋੜੀ ਲੇਟ ਹੋ ਗਈ ਪਹੁੰਚ ਤੇ ਆਪਣੀ ਕਰਕੇ ਮੀਟਿੰਗ ਸਵੇਰੇ ਮਲ 9 ਵਜੇ ਇੱਥੇ ਆ ਗਏ ਹੂੰ ਲੋ ਹਰਾਨ ਸਿਆਲਾ ਕਹਿੰਦਾ ਵੀ ਤੁਸੀਂ ਅਨੰਦਪੁਰ ਸਾਹਿਬ 10 ਵਜੇ ਪਹੁੰਚ ਗਏ ਜੀ ਜੀ ਹਾਂਜੀ 6 ਵਜੇ ਅੱਜ ਦੇ ਭਾਰਤ ਲੈ ਕੇ ਉਹ ਮੇਰਾ ਮਤਲਬ ਇਹ ਸਾਡੇ ਮਨ ਤੇ ਨਾ ਮਤਲਬ ਮੇਰਾ ਖਿਆਲ ਹੈ ਜ਼ਿੰਦਗੀ ਚ ਘਰੇ ਤਾਂ ਮੈਂ ਸ਼ਾਇਦ ਹੀ ਕੋਈ ਦਿਨ ਹੋਣਾ ਜੇ ਰਹਾਂ ਹੂੰ ਤੇ ਜਿੱਦਾਂ ਰਹਿ ਜੀ ਉਦੋਂ ਬੁਖਾਰ ਚੜ ਜਾਂਦਾ ਨਹੀਂ ਸਵੇਰ ਤੋਂ ਲੈ ਕੇ ਜਾਵਰ ਜਾਨਾ ਹੀ ਕਿਤੇ ਨਾ ਕਿਤੇ ਕੰਮ ਤੇ ਜਾਈਦਾ ਹੀ ਆ ਹਾਂਜੀ ਸੋ ਸ਼ੌਂਕ ਤਾਂ ਸੇਵਾ ਕਰਨ ਦਾ ਹੀ ਆ ਜਾ ਕਿਤੇ ਦੇ ਕਿਤੇ ਬੇਲ ਲੱਗ ਜੇ ਤਾਂ ਕਿਤੇ ਪੜ੍ਹ ਵਰਲ ਲਈਦਾ ਅੱਛਾ ਕੀ ਕਿਹੜੀ ਕਿਤਾਬ ਪੜ੍ਹ ਰਹੇ ਹੋ ਅੱਜ ਕੱਲ ਕਿਹੜੀ ਕਿਤਾਬ ਪੜ੍ਹ ਰਹੇ ਆ ਕਿਤਾਬਾਂ ਕੋਈ ਜਰਨਲ ਹੀ ਨਹੀਂ ਆ ਜਿਹੜੀ ਵੀ ਕੋਈ ਸਿੱਖ ਇਤਿਹਾਸ ਤੇ ਮਿਲਦੇ ਜਾਂ ਪੋਲੀਟੀਕਲ ਉਸ ਤੇ ਮਿਲਦੇ ਤਾਂ ਉਹ ਕਿਤੇ ਪੜ੍ਹ ਲਈਦੀ ਇੰਟਰਸਟ ਕਾਦੇ ਚਾ ਤੁਹਾਡਾ ਕਿਵੇਂ ਕੋਈ ਬੰਦੇ ਦਾ ਨਿੱਜੀ ਇੰਟਰਸਟ ਹੁੰਦਾ ਜਿਵੇਂ ਪੜ੍ਹਨ ਚ ਹੁੰਦਾ ਫਿਲਮਾਂ ਦੇਖਣ ਚ ਹੁੰਦਾ ਗਾਣੇ ਸੁਣਨ ਚ ਹੁੰਦਾ ਨਹੀਂ ਫਿਲਮਾਂ ਫਿਲਮਾਂ ਦੇਖਣ ਚ ਮੇਰਾ ਕੋਈ ਇੰਟਰਸਟ ਨਹੀਂ ਕਦੇ ਮੈਂ ਫਿਲਮਾਂ ਦੇਖਣ ਚ ਕਦੇ ਸੁਣਿਆ ਹੋਇਆ ਔਰ ਇਹ ਕਿਤੇ ਮੈਂ ਕੱਲ ਦੇ ਲਾਈਫ 'ਚ ਵੀ ਫਿਲਮਾਂ ਸਾਡੇ ਨਾਲ ਦੇ ਮੁੰਡੇ ਜਾਂਦੇ ਸੀ ਮੈਂ ਕਦੇ ਨਹੀਂ ਗਿਆ ਹੂੰ ਤੇ ਕੱਲ ਲਈ ਤੋਂ ਬਾਅਦ ਵੀ ਮੇਰਾ ਕਦੇ ਵੀ ਰਿਆਰ ਕਿਤੇ ਮੈਂ ਫਿਰ ਉਹ ਦੇਖੀ ਹੋਣੀ ਨਹੀਂ ਕੁਦਰਤੀ ਫਿਲਮੇ ਨਹੀਂ ਵਗਦੇ ਦੇਖਣ ਜਾਂਦਾ ਕੋਈ ਪਸੰਦੀਦਾ ਫਿਲਮ ਜਾਂ ਗੀਤ ਹਾਂਜੀ ਪਸੰਦੀਦਾ ਫਿਲਮ ਜਾਂ ਗੀਤ ਨਹੀਂ ਪਸੰਦੀਦਾ ਉਤਰਾਂ ਦਾ ਗੀਤ ਤਾਂ ਮੈਂ ਬਲੇ ਤੁਹਾਨੂੰ ਕਹਿ ਰਿਹਾ ਉਹ ਮਰਦਾਪੁਰ ਤੋਂ ਕਹਿੰਦੇ ਹੁੱਤ ਨਹੀਂ ਸੰਦੀਆਂ ਗੱਲਾਂ ਵੇ ਬੇਬਾ ਵੇਲੇ ਵੇਲੇ ਦੀਆਂ ਗੱਲਾਂ ਹਣ ਅਸੀਂ ਕਹਦੇ ਹਾਂ ਜੇ ਗੀਤ ਅਵਲੂ ਧਿਆਨ ਨਹੀਂ ਦਿੱਤਾ ਹਾਂ ਨਹੀਂ ਕੋਈ ਹੋਰ ਜਿਹੜੇ ਸੰਘਰਸ਼ ਸਮ័យ ਸਮਾਜਿਕ ਤਬਦੀਲੀ ਵਾਲੇ ਜਾਂ ਲੋਕਪੱਖੀ ਉਹ ਗੀਤ ਜ਼ਰੂਰ ਕਈ ਵਾਰੀ ਅੱਛਾ ਗੱਡੀ 'ਚ ਕੀ ਚੱਲਦਾ ਹੁੰਦਾ ਜਦੋਂ ਅਸੀਂ ਟਰੈਵਲ ਕਰਦੇ ਹਾਂ ਗੱਡੀ 'ਚ ਕੁਛ ਤਾਂ ਚੱਲਦਾ ਹੂ ਨਹੀਂ ਗੱਡੀ 'ਚ ਤਾਂ ਫੋਨ ਚੱਲਦੇ ਆ ਅੱਜ ਕੱਲ ਦਾ ਫਲਾ ਅੱਜ ਕੱਲ ਤਾਂ ਟੈਲੀਫੋਨ ਆ ਫਲਾ ਨੇ ਦਾ ਆ ਗਿਆ ਜੀ ਫਲਾ ਨੇ ਫੋਨ ਕਰ ਦੋ ਜੀ ਅੱਜ ਕੱਲ ਤਾਂ ਅੱਗੇ ਤਾਂ ਗੱਡੀਆਂ 'ਚ ਨਾ ਜੀ ਅਸੀਂ ਲਾ ਕੇ ਰੇਡੀਓ ਵੀ ਸੁਣ ਲੈਂਦੇ ਸੀ ਹੋਰ ਸੀ ਹੁਣ ਤਾਂ ਤੁਸੀਂ ਯਕੀਨ ਕਰਿਓ ਹੁਣ ਤਾਂ ਟੈਲੀਫੋਨ ਹੀ ਮਤਲਬ ਹਾਂਜੀ ਮੈਨੂੰ ਜਾ ਕੋਈ ਨਾ ਜਿਹੜੇ ਲੋਕਪਖੀ ਗੀਤ ਹੋਣ ਉਹ ਜ਼ਰੂਰ ਮੈਂ ਕਈ ਵਾਰੀ ਜਿੱਥੇ ਕੋਈ ਸਿੰਗਰ ਕਿਹੜਾ ਵਧੀਆ ਲੱਗਦਾ ਖਾੜਾ ਖੂੜਾ ਤਾਂ ਸੁਣਦੇ ਹੀ ਹੁੰਗੇ ਵਿਆਹਾਂ 'ਚ ਕਿਹੜਾ ਗਾਇਕ ਚੰਗਾ ਲੱਗਦਾ ਨਹੀਂ ਵਿਆਹਾਂ 'ਚ ਕਦੇ ਮੈਂ ਖਾੜਾ ਖੂੜਾ ਦਾ ਧਿਆਨ ਨਹੀਂ ਸੱਚੀ ਗੱਲ ਹੈ ਕਦੇ ਉਹ ਜਿਵੇਂ ਸੰਤਰਾ ਵਦਾਸੀ ਦੇ ਗੀਤ ਜਿਹੜੇ ਅਸੀਂ ਪੜ੍ਹਦੇ ਹੁੰਦੇ ਸੀ ਉਹ ਚੰਗੇ ਪਸੰਦ ਕਰਦੇ ਸੀ ਹੋਰ ਵੀ ਮਤਲਬ ਇਸ ਕਿਸਮ ਦੇ ਗੀਤ ਜਾਂ ਕਹਿ ਲੋ ਮਤਲਬ ਗੱਲਾਂ ਕਈ ਵਾਰੀ ਲਿਖੀਆਂ ਹੋਈਆਂ ਹਮ ਮਲ ਉਹ ਯਾਦ ਰਹਿ ਜਾਂਦੀਆਂ ਭਾਵੇਂ ਧਰਮਕ ਹੋਣ ਭਾਵੇਂ ਲੋਕਪਕੀ ਹੋਣ ਹਮ ਹਮ ਅੱਛਾ ਖਾਣਾ ਖਾਣ ਚ ਕਿਹੜੀ ਚੀਜ਼ ਵਧੀਆ ਲੱਗਦੀ ਮਾਜੀ ਬਈ ਨਾ ਹੁਣ ਪਤਾ ਸੀ ਮੈਨੂੰ ਬੜਾ ਚੰਗਾ ਲੱਗਦਾ ਵੀ ਜਦੋਂ ਨਾ ਐਸ ਕੱਚੀ ਚਮਕੌਰ ਦੀ ਗੜੀ ਅੱਗੇ ਹਾਂਜੀ ਅ ਕਿਲਾ ਕਿਲਾ ਦੇਲੀ ਦਾ ਤਰ੍ਹਾਂ ਚੱਕਾ ਦੇ ਆਗੇ ਹਾਂਜੀ ਝੋਰਾ ਕਰੀਨਾ ਕਿਲਾ ਨੰਦਪੁਰ ਦਾ ਕੁਲੀ ਕੁਲੀ ਨੂੰ ਕਿਲਾ ਬਣਾ ਦਿਆਂਗੇ ਇਸ ਤਰ੍ਹਾਂ ਦੇ ਹਾਂ ਜਿਹੜੇ ਦਿਨਾ ਕੰਦ ਸਰਾਂਦ ਦੀ ਤੋੜਨੀ ਆ ਅਜੇ ਤੱਕ ਨੇ ਉਹ ਹਥਿਆਰ ਬਾਕੀ ਗੋਠਾ ਲਾਇਆ ਨਾ ਜਿਨ੍ਹਾਂ ਵਿਦਾਵਿਆਂ ਤੇ ਲੱਖਾਂ ਕਰੋੜ ਨੇ ਅਜੇ ਸਿੰਘ ਬਾਕੀ ਭਲਾ ਇਆਂ ਇਆਂ ਗੱਲਾਂ ਜਾਂ ਜਿਵੇਂ ਸੀ ਨਾ ਜੀ ਆਪਣਾ ਗੁਰੂ ਸਾਹਿਬ ਬਾਰੇ ਸੀ ਅ ਅਕਾਲ ਦਾ ਨਾਰਾ ਮਾਰਦਾ ਮੈਂ ਲੋਕ ਸਭਾ ਚ ਵੀ ਸੁਣਾਇਆ ਸੀ ਅੱਛਾ ਜੀ ਵੀ ਮੈਂ ਸਾਨੂੰ ਜੋਗੀ ਨਿਤਿਆਣਾ ਨੂੰ ਸੀ ਮਿਲਣ ਗਏ ਨਾ ਮੈਂ ਤੇ ਸੁਖਵੀਰ ਜੀ ਅਸੀਂ ਯੂਪੀ ਦੇ ਸਿੱਖਾ ਦਾ ਮਸਲਾ ਸੀ ਹਾਂਜੀ ਉਹ ਲਾਈਵ ਬੈਠਾ ਸੀ ਟੈਲੀਵਿਜ਼ਨ ਤੇ ਹੂੰ ਅ ਕਹਿੰਦਾ ਮੈਂ ਅਸੀਂ ਕਿ ਕੀ ਦੇਖਦੇ ਆ ਕਹਿੰਦਾ ਮੈਂ ਰਾਜਨਾਥ ਜੀ ਨੂੰ ਕਿਹਾ ਸੀ ਵੀ ਆਪਾਂ ਨੂੰ ਨਾ ਆਈਟਮ ਬੰਬ ਹੋਰ ਲੋੜੇ ਨਹੀਂ ਕਹਿੰਦਾ ਫੌਜ ਤੇ ਸਿੰਘ ਭਰਤੀ ਕਰ ਲੋ ਕਹਿੰਦਾ ਜਗਾਰਿਆਂ ਨਾਲ ਭਜਾ ਦੇਣਗੇ ਹੂੰ ਉਹਦੇ ਨੇ ਚਾਈਨਾ ਦੇ ਬਾਰਡਰ ਤੇ ਹਾਂਜੀ ਅ ਫਿਰ ਮੈਂ ਉਹਨੂੰ ਸੁਣਾਈ ਗੱਲ ਲੋਕ ਸਭਾ 'ਚ ਵੀ ਮੈਂ ਇਹ ਸੁਣਾਇਆ ਸੀ ਵੀ ਅਕਾਲ ਕਾ ਨਾਰਾ ਮਾਰਾ ਥਾ ਗੋਬਿੰਦ ਕੇ ਗਾਜੀ ਸਿੰਘੋਂ ਨੇ ਭੈ ਪੀਤ ਹੋਈ ਔਰ ਕਾਂਫ ਉੱਠੀ ਉਹ ਮਾਨਮਤੀ ਤੁਰਕਾਨੀ ਥੀ ਪੰਜਾਬ ਕੇ ਬੇਲੇ ਸ਼ਾਦ ਹੈ ਹੈ ਜਿਨ ਮੇ ਲੜਕੀ ਹੋਈ ਲੀਰੇ ਉਸ ਭਾਗ ਰਹੇ ਦੁਰਾਨੀ ਕੀ ਸਲਵਾਰ ਜਹ ਉਲਜਾਨੀ ਥੀ ਵੀ ਪੰਜਾਬ ਦੇ ਬੇਲਿਆਂ ਚ ਜਿਹੜੀਆਂ ਅਜੇ ਵੀ ਦੁਰਾਨੀ ਦੀ ਸਪਾਈਆਂ ਦੀਆਂ ਸਲਵਾਰਾਂ ਦੀਆਂ ਟਾਕੀਆਂ ਦੇ ਦਿਖਾਈ ਦਿੰਦੀਆਂ ਨੇ ਗਵਾਹੀ ਭਰਦੀਆਂ ਨੇ ਵੀ ਸਿੰਘਾਂ ਨੇ ਜਕਾਰਿਆ ਨਾ ਕਿਵੇਂ ਭਜਾਇਆ ਸੀ ਸੋ ਇੰਜ ਜਿਹੇ ਚਿਹਰੇ ਆ ਨਾ ਉਹ ਮੇਰੇ ਯਾਦ ਰਹਨੇ ਆ ਜੀ ਤੇ ਉਹ ਪ੍ਰਭਾਵਤ ਵੀ ਕਰਦੇ ਆ ਅੱਛਾ ਪਸੰਦੀਦਾ ਖਾਣਾ ਕਿਹੜਾ ਤੁਹਾਡਾ ਕੀ ਖਾਣਾ ਪਸੰਦ ਕਰਦੇ ਘਰ ਦੀ ਰੋਟੀ ਤੋਂ ਇਲਾਵਾ ਨਹੀਂ ਘਰ ਦੀ ਰੋਟੀ ਉਹ ਪਸੰਦ ਆਉਂਦੀ ਮੈਂ ਤਾਂ ਹੋਰ ਬਾਹਰ ਦਾ ਕੁਝ ਤਾਂ ਖਾਂਦੇ ਹਾਂ ਕਦੇ ਤੇ ਬਾਹਰ ਦੇ ਖਾਣੇ ਨੂੰ ਮੈਂ ਬਹੁਤਾ ਪਸੰਦ ਨਹੀਂ ਕਰਦਾ ਸੱਚੀ ਗੱਲ ਆ ਮਿੱਠੇ ਚ ਕੀ ਪਸੰਦ ਆ ਮਿੱਠੇ ਦਾ ਭਾਰਤੀ ਜੀ ਪਸੰਦ ਆ ਹਾਂ ਖੀਰ ਵੀ ਪਸੰਦ ਆ ਪ੍ਰਸ਼ਾਦ ਵੀ ਪਸੰਦ ਆ ਗਜਰੇਲਾ ਵੀ ਪਸੰਦ ਆ ਮਤਲਬ ਮਿੱਠੇ ਦਾ ਮੈਂ ਚਾਉਂਗਾ ਤੇ ਸ਼ੱਕਰ ਨਾਲ ਸ਼ੱਕਰ ਨਾਲ ਤਾਂ ਸਾਡੀ ਲੜਾਈ ਹੋ ਜਾਂਦੀ ਸੀ ਘਰੇ ਅੱਛਾ ਜੀ ਜੇ ਤੁਸੀਂ ਪੜਦੇ ਹੁੰਦੇ ਸੀ ਉਦੋਂ ਮਤਲਬ ਸ਼ੱਕਰ ਪਿੱਛੇ ਲੜਪੈਣਾ ਭਰਾਵਾਂ ਨਾਲ ਵੀ ਉਹਨਾਂ ਵੱਧ ਵੱਧ ਕਿੰਨੇ ਭੈਣ ਭਾਈ ਸੀ ਤੁਸੀਂ ਚਾਰ ਭਰਾ ਅੱਛਾ ਜੀ ਇੱਕ ਭੈਣ ਜੀ ਕੀ ਕਰਦੇ ਬਾਕੀ ਜੀ ਬਾਕੀ ਮਤਲਬ ਮੈਂ ਛੋਟਾ ਭਰਾ ਮੇਰਾ ਜਿਹੜਾ ਸੀ ਉਹ ਸਰਵਿਸ ਕਰਦਾ ਸੀ ਤੇ ਹੁਣ ਤਾਂ ਘਰੇ ਆ ਖੇਤੀ ਕਰਦਾ ਅੱਛਾ ਜੀ ਤੇ ਵੱਡੇ ਵੀ ਖੇਤੀ ਕਰਦੇ ਆ ਆਪਣੇ ਆਪਣੇ ਅਲੱਗ-ਅਲੱਗ ਸੀ ਅਸੀਂ ਦੋ ਭਰਾ ਛੋਟੇ ਮੇਰੇ ਨਾਲ ਇਕੱਠੇ ਆ ਜੀ 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 ਅੱਛਾ ਸਾਨੂੰ ਪੁਵਾਦੀ ਬੋਲ ਕੇ ਸੁਣਾਓ ਹੈ ਪਵਾਤ ਚੋਂ ਆਨੇ ਹੋ ਤੁਸੀਂ ਪਵਾਦੀ ਬੋਲ ਕੇ ਸੁਣਾਓ ਸਾਨੂੰ ਪਵਾਦੀ ਦਾ ਜਿਹੜੀ ਸਾਡੇ ਵਾਲੀ ਪਵਾਦੀ ਹੈ ਨਾ ਉਹ ਥੋੜੀ ਜੀ ਕੁਦਰਤੀ ਜਿਹੜਾ ਸਾਡਾ ਪਿੰਡ ਆ ਨਾ ਬਿਲਕੁਲ ਕੋਰਨਰ ਤੇ ਆ ਪਵਾਦੀ ਤੇ ਔਰ ਮਾਲਵੇ ਦੀ ਸ਼ੁਰੂਆਤ ਉੱਥੋਂ ਸਾਡੇ ਪਿੰਡ ਤੋਂ ਹੀ ਹੁੰਦੀ ਹੈ ਤਕਰੀਬਨ ਸਾਡਾ ਪਿੰਡ ਐਸਾ ਵੀ ਫਟੇਗੜ ਸਾਹਿਬ ਦਿਲੇ ਦੀ ਵੀ ਕਾਰਨਰ ਆ ਜੀ ਇਧਰੋਂ ਮਹਾਲੀ ਵਾਲਾ ਵੀ ਕਾਰਨਰ ਆ ਜਾਂਦਾ ਉਧਰੋਂ ਪਟਿਆਲੇ ਵਾਲਾ ਕਾਰਨਰ ਆ ਜਾਂਦਾ ਜੀ 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 ਮਤਲਬ ਬੋਲੀ ਦੇ ਪੱਖੋਂ ਵੀ ਨਾ ਸਾਡੇ ਤੋਂ ਤਕਰੀਬਨ ਮਾਲਵੇ ਦੀ ਸ਼ੁਰੂ ਹੋ ਜਾਂਦੀ ਹੈ ਸਾਡੇ ਤੋਂ ਇਧਰੋਂ ਬਨੂੜ ਸਾਈਡ ਨੂੰ ਇਸ ਪਾਸੇ ਨੂੰ ਪਵਾਦੀ ਸ਼ੁਰੂ ਹੋ ਜਾਂਦੀ ਹੈ ਸੋ ਸਾਡੇ ਬਹੁਤ ਘੱਟ ਪਵਾਦੀ ਦਾ ਅਸਰ ਹੈ ਜੀ ਥੋੜਾ ਬਹੁਤ ਆ ਆ ਤਾਂ ਤੀ ਵੇਸਟਰਾਂਡਾ ਸਾਡੇ ਹੈਗਾ ਸਰ ਹੂੰ ਕੀ ਕਰਦਾ ਥਾ ਹਾਂਜੀ ਕਿੱਥੇ ਜਾ ਰਿਹਾ ਚੰਨੀ ਸਾਹਿਬ ਚੰਨੀ ਸਾਹਿਬ ਬੋਲਦੇ ਹੁੰਦੇ ਸੀ ਨਾ ਬਹੁਤ ਉਸ ਤਰ੍ਹਾਂ ਦੇ ਨਹੀਂ ਹੂੰ ਹਾਂ ਜੀ ਉਸ ਤਰ੍ਹਾਂ ਦੀ ਸਾਡੀ ਬੋਲੀ ਵੀ ਹੈ ਨਹੀਂ ਹੂੰ ਉਥੋਂ ਦੀ ਜੀ ਜੀ ਕੋਈ ਸਾਡੀ ਨਾ ਮਲਵਈਆ ਹੂੰ ਪੰਜਾਬੀ ਡਾਇਲੈਕਟ ਜ਼ਿਆਦਾ ਸਾਡੇ ਤੇ ਹਿੰਦੀ ਡਾਇਲੈਕਟ ਘੱਟ ਸਾਤੋਂ ਮਤਲਬ ਸਾਡੇ ਨਾਲ ਹੀ ਪਿੰਡਾ ਵਟ ਨੂੰ ਵਾਟੇ ਲੱਗਦੀ ਹੈ ਤਕਰੀਬਨ ਥੋੜੀ ਦੂਰ ਤੇ ਪਗੜਾਣਾ ਪਿੰਡ ਹੁੰਦਾ ਉੱਥੇ ਹਿੰਦੀ ਡਾਇਲੈਕਟਾ ਜ਼ਿਆਦਾ ਤੇ ਸਾਡੇ ਇਧਰਲੇ ਪਾਸੇ ਨੂੰ ਪੰਜਾਬੀ ਡਾਇਲੈਕਟ ਹੈ ਨਾਲ-ਨਾਲ ਲੱਗਦੇ ਏਰੀਏ ਚਲੋ ਬਹੁਤ ਸੋਹਣੀਆਂ ਗੱਲਾਂ ਹੋਈਆਂ ਜੀ ਤੁਹਾਡੇ ਨਾਲ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਮੈਨੂੰ ਤੁਹਾਨੂੰ ਕਿਵੇਂ ਲੱਗਿਆ ਤੁਹਾਨੂੰ ਤਾਂ ਬਹੁਤ ਵਧੀਆ ਲੱਗਿਆ ਚਲੋ ਰਿਲੈਕਸ ਹੋ ਗਏ ਪੁਰਾਣੀਆਂ ਯਾਦਾਂ ਜੀ 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 ਕਈ ਤੁਸੀਂ ਤਾਜ਼ੀਆਂ ਕਰਾਤੀਆਂ ਹਾਂਜੀ ਨਹੀਂ ਤਾਂ ਐ ਹੈ ਨਾ ਵੀ ਅਤਰਾ ਕਰਤਾ ਤੇ ਤੇ ਕੋਸ਼ਣ ਪੁੱਛਦੇ ਆ ਵੀ ਤਿਆਰ ਹੋ ਕਿਉਂ ਨਾ ਪੈਂਦਾ ਵੀ ਆਹ ਨਾ ਪੁੱਛ ਲੈਣਾ ਨਾ ਪੁੱਛ ਲੈਣਾ ਹਣਾ ਨਾ ਇਹ ਤਾਂ ਐਸੀ ਜ਼ਿੰਦਗੀ ਦੀ ਬੀਤੀ ਹੋਈ ਦਾਸ ਤਾਂ ਸੀ ਜੀ 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 ਹਾਂ ਜੀ ਬੀਤੀ ਹੋਈ ਦਾਸ ਤਾਂ ਸੀ ਜੀ ਜਿਹੜਾ ਕਾਫੀ ਇਤਹਾਸ ਡਿਸਕਸ ਹੋਇਆ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਵਧੀਆ ਲੱਗਿਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ ਤਾਂ ਐਸੀ ਕੇ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੇ ਆਪਣੀ ਜ਼ਿੰਦਗੀ ਦੇ ਕਿਸੇ ਸਾਡੇ ਨਾਲ ਸਾਂਝੇ ਕੀਤੇ ਆ ਜੀ ਕਰਦਾ ਸੀ ਪ੍ਰੋਫੈਸਰ ਲੱਗਣ ਨੂੰ ਪ੍ਰੋਫੈਸਰੀ ਕੀਤੀ ਵੀ ਪਰ ਹਾਲਾਤ ਰਾਜਨੀਤੀ ਚ ਲੈ ਆਏ ਤੇ ਹੁਣ ਲਗਾਤਾਰ ਰਾਜਨੀਤੀ ਚ ਅੱਗੇ ਵਧ ਰਿਹਾ ਦੇਖਦੇ ਆ ਕਿਵੇਂ ਅੱਗੇ ਹੋਰ ਕਿੰਨਾ ਕੁ ਵਾਧੇ ਨੇ ਕਿਉਂਕਿ ਦੇਖਣ ਵਾਲਾ ਹੋਊਗਾ ਕਿਉਂਕਿ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਾਲੀ ਭਾਜਪਾ ਗੱਠ ਜੋੜ ਵੀ ਦੁਬਾਰਾ ਹੋ ਸਕਦਾ ਹੈ ਤੇ ਗੱਠ ਜੋੜ ਦੇ ਵਿੱਚ ਕੜੀ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਬਣ ਸਕਦੇ ਆ ਅੱਜ ਦਾ ਪੋਡਕਾਸਟ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ